नहीं हवाए किस्सा जोड़ दे प्रीत दा, रूदी रीत दा, दिलां दे माही मीत दा, पै गई अथरे ख्यालां नाल दोस्ती, ते गवाचिआं जिआं दा समां बीतदा, ते सानू सिरा नहीं थे आउंदा सुच्चे गीत दा। जे एक दुकान चलती हो वो खराब करके दूसरी नहीं खोलनी चाहिए, इस करके मैं फिल्म नू हमेशा अवॉइड किया। तुहानू जबान की इंपोर्टेंस दसदा, बेसिकली तुसी जेकर पंजाब के किसी खालस पिंड जाओगे, फर्ज करो जलंधर के किसी खालस पिंड, जिथे तुहानू पता कि ज़्यादातर लोगों को पंजाबी तो अलावा होर कोई जबान नहीं आती, उत्थे तुहाडी बेवकूफ़ी होगी जे तुसी उर्दू, फारसी या इंग्लिश बोलो। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਔਰ ਮੈਂ ਹਾਂ ਤੁਹਾਡੇ ਨਾਲ ਮੀਤ, ਔਰ ਮੇਰੇ ਨਾਲ ਮੌਜੂਦ ਹੈ ਮੇਰੀ ਸਹਿਯੋਗੀ ਬਬੀਤਾ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਬਬੀਤਾ? ਬਹੁਤ ਵਧੀਆ ਜੀ, ਤੁਸੀਂ ਸੁਣਾਓ? ਮੈਂ ਵੀ ਵਧੀਆ ਇੱਕਦਮ, ਘੈਂਟ ਘੈਂਟ ਹੀ ਹੋਣਾ ਚਾਹੀਦਾ, ਜ਼ਰੂਰੀ ਹੈ। ਹਾਂ ਜ਼ਰੂਰੀ ਤਾਂ ਹੈਗਾ ਹੀ, ਔਰ ਜ਼ਰੂਰੀ ਉਹਨਾਂ ਲਈ ਵੀ ਹੈਗਾ ਘੈਂਟ ਹੋਣਾ ਜਿਨ੍ਹਾਂ ਦੇ ਕੱਲ੍ਹ ਦਿਲ ਟੁੱਟ ਚੁੱਕੇ ਨੇ। ਬਿਲਕੁਲ ਬਿਲਕੁਲ ਬਿਲਕੁਲ, ਜਿਨ੍ਹਾਂ ਦੇ ਦਿਲ ਟੁੱਟ ਚੁੱਕੇ ਨੇ, ਕੱਲ੍ਹ ਉਹਨਾਂ ਦੀ ਪ੍ਰਪੋਜ਼ਲ ਜਿਹੜੀ ਆ ਉਹ ਅਸੈਪਟ ਨਹੀਂ ਹੋਈ, ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋਣਗੇ। ਮੈਨੂੰ ਪਰ ਇਹ ਨਹੀਂ ਅੱਜ ਤੱਕ ਸਮਝ ਆਈ ਕਿ ਹਫ਼ਤੇ ਭਰ ਦੀ ਮੁਹੱਬਤ ਹੈ ਜਾਂ ਮੁਹੱਬਤ ਵਾਲਾ ਹਫ਼ਤਾ ਹੈ। ਕਹਿ ਸਕਦੇ ਹੋ ਅੱਜ ਦੇ ਟਾਈਮ ਦੇ ਵਿੱਚ ਮੁਹੱਬਤ ਦਾ ਵੈਸੇ ਕੋਈ ਵਕਤ ਨਹੀਂ ਹੁੰਦਾ, ਮੁਹੱਬਤ ਮੁਹੱਬਤ ਹੀ ਹੁੰਦੀ ਆ ਔਰ ਫੋਰਐਵਰ ਮੁਹੱਬਤ ਹੁੰਦੀ ਆ। ਲੇਕਿਨ ਅੱਜ ਦੇ ਟਾਈਮ 'ਚ ਜਿਵੇਂ ਮੈਂ ਕੱਲ੍ਹ ਵੀ ਸ਼ੂਟ 'ਤੇ ਸੀ ਜਦੋਂ ਮੈਂ ਕਿਹਾ ਕਿ ਮੁਹੱਬਤ ਦਾ ਜਿਹੜਾ ਉਹ ਦਾਇਰਾ ਹੈ ਨਾ ਅੱਜ ਦੇ ਟਾਈਮ ਥੋੜ੍ਹਾ ਜਿਹਾ ਘੱਟ ਗਿਆ। ਤਾਂ ਫਿਰ ਭੂੰਡ ਆਸ਼ਕ ਕਹਾਂਗੇ ਉਹਨਾਂ ਨੂੰ? ਹਾਂ ਕਹਿ ਸਕਦੇ ਹੋ ਤੁਸੀਂ, ਬਿਲਕੁਲ ਕਹਿ ਸਕਦੇ ਹੋ। ਹਾਂਜੀ, ਉਹ ਆਸ਼ਕਾਂ ਦਾ ਜਿਹੜਾ ਮਤਲਬ ਇੱਕ ਹਫ਼ਤਾ ਹੈਗਾ ਉਹਦੇ ਵਿੱਚ ਉਹ ਇੰਨੇ ਵਧੀਆ ਆਸ਼ਕ ਬਣ ਜਾਂਦੇ ਨੇ ਕਿ ਰੋਮੀਓ ਰਾਂਝਾ ਵੀ ਪਿੱਛੇ ਰਹਿ ਜਾਂਦਾ। ਬਿਲਕੁਲ ਬਿਲਕੁਲ, ਔਰ ਉਸ ਤੋਂ ਬਾਅਦ ਵੈਲੈਂਟਾਈਨ ਡੇ ਤੋਂ ਬਾਅਦ ਕੀ ਹੁੰਦਾ ਉਹ ਤੁਸੀਂ ਦੱਸ ਦਿਓ। ਉਸ ਤੋਂ ਬਾਅਦ ਇਹ ਹੁੰਦਾ ਕਿ ਕੁਝ ਦਿਨਾਂ ਬਾਅਦ ਇੱਕ ਅਜਿਹੀ ਫਿਲਮ ਆਏਗੀ ਜੋ ਵੈਲੈਂਟਾਈਨ ਡੇ ਦੇ ਨਾਲ ਮਿਲਦੀ ਜੁਲਦੀ ਹੋਏਗੀ, ਪਿਆਰ ਨੂੰ ਰਿਪ੍ਰੈਜ਼ੈਂਟ ਕਰੇਗੀ। ਯਾਨੀ ਕਿ ਫਿਲਮ ਦਾ ਟਾਈਟਲ ਹੈ ਇੱਕੋ ਮਿੱਕੇ, ਜਿਸ ਦੀ ਸਟਾਰ ਕਾਸਟ ਮੌਜੂਦਾ ਸਾਡੇ ਨਾਲ ਅਦਿਤੀ ਸ਼ਰਮਾ ਐਂਡ ਸਤਿੰਦਰ ਸਰਤਾਜ। ਨਿੱਘਾ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਤੁਹਾਡਾ? ਬਹੁਤ ਵਧੀਆ ਜੀ, ਚੜ੍ਹਦੀ ਕਿਵੇਂ ਦਾ ਗਿਆ ਵੈਲੈਂਟਾਈਨ ਡੇ, ਪਹਿਲਾਂ ਤਾਂ ਇਹ ਦੱਸੋ। ਸਾਡਾ ਤਾਂ ਪ੍ਰਮੋਸ਼ਨ 'ਚ ਹੀ ਗਿਆ ਆਲਮੋਸਟ ਜੀ ਜੀ। ਹਾਂਜੀ, ਕੱਲ੍ਹ ਅਸੀਂ ਚੰਡੀਗੜ੍ਹ ਸੀਗੇ ਜੀ, ਉੱਥੇ ਕਾਫੀ ਜ਼ਿਆਦਾ ਇੰਟਰਵਿਊ ਸੀਗੀਆਂ ਸੈਕਟਰ ਸੈਕਟਰ, ਇਸੇ ਕਰਕੇ ਅਸੀਂ ਇੱਕ ਦਿਨ ਪਹਿਲਾਂ ਸੌਂਗ ਰਿਲੀਜ਼ ਕਰਤਾ ਸੀਗਾ, ਉਸ ਦਿਨ ਵੀ ਵੈਸੇ ਅਸੀਂ ਸ਼ੂਟ 'ਤੇ ਸੀਗੇ, ਬਟ ਸੋ ਫਾਰ ਸੋ ਗੁੱਡ ਆਈ ਥਿੰਕ। ਮੈਨੂੰ ਲੱਗਦਾ ਅਸੀਂ ਕਾਫੀ ਲੋਕਾਂ ਦਾ ਵੈਲੈਂਟਾਈਨਸ ਕੱਲ ਖਰਾਬ ਕਰ ਦਿੱਤਾ। ਵਧੀਆ ਕਰਤਾ? ਨੋ ਨੋ, ਅੱਛਾ, ਬਿਕੋਜ਼ ਉਹ ਜਾ ਨਹੀਂ ਪਾਏ ਆਪਣੇ ਆਪਣੇ ਘਰ, ਬਿਕੋਜ਼ ਵੀ ਹੈਡ ਇੰਟਰਵਿਊਜ਼ ਲਾਈਨਡ ਅਪ ਲੇਟ ਇਨ ਦਾ ਨਾਈਟ। ਓਕੇ ਓਕੇ, ਲਾਏ ਇੱਕ ਮਿੱਕੀ ਨਹੀਂ ਹੋਣੀ, ਉਹ ਕਹਿੰਦੇ ਵਧੀਆ ਕੀਤਾ, ਉਹ ਕਹਿੰਦੇ ਖਰਾਬ ਕੀਤਾ, ਜਦਕਿ ਮੂਵੀ ਦਾ ਨਾਮ ਇੱਕੋ। ਦੇਖੋ ਮੈਂ ਮੈਜੋਰਿਟੀ ਦੀ ਗੱਲ ਕਰ ਰਿਹਾ, ਇਹ ਸਿਰਫ ਦੇਖੋ ਅੱਜ ਦਾ ਹੁਣ ਸਾਡੇ ਕੋਲ ਤਿੰਨ ਬੰਦੇ ਖੜੇ ਆ ਬਿਹਾਈਂਡ ਦਾ ਕੈਮਰਾ, ਹੁਣ ਜੇਕਰ ਇਹਨਾਂ ਦਾ ਵੈਲੈਂਟਾਈਨ ਖਰਾਬ ਹੋਇਆ ਤੁਸੀਂ ਥੋੜੇ 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 ਲੋਕ, ਹਾਂ ਇਹ ਨਹੀਂ ਜਾ ਸਕਦਾ, ਬਟ ਜਿਹੜੇ ਕਰੋੜਾਂ ਲੋਕਾਂ ਦੇ ਲਈ ਅਸੀਂ ਗਾਣਾ ਬਣਾ ਕੇ ਪੇਸ਼ ਕੀਤਾ ਉਹਨਾਂ ਦਾ ਅੱਛਾ। ਸੋ ਗਾਣੇ ਤੋਂ ਸ਼ੁਰੂਆਤ ਕਰਦੇ ਹਾਂ, ਇੰਟਰੋ ਦੀ ਫੇਰ ਸਵਾਲ ਕਰਦੇ ਹਾਂ ਜੀ। ਓਕੇ, ਨੀ ਹਵਾਏ ਕਿੱਸਾ ਜੋੜ ਦੇ ਪ੍ਰੀਤ ਦਾ, ਰੂਦੀ ਰੀਤ ਦਾ, ਦਿਲਾਂ ਦੇ ਮਾਹੀ ਮੀਤ ਦਾ, ਪੈ ਗਈ ਅਥਰੇ ਖਿਆਲਾਂ ਨਾਲ ਦੋਸਤੀ, ਤੇ ਗਵਾਚਿਆਂ ਜਿਆਂ ਦਾ ਸਮਾਂ ਬੀਤਦਾ, ਤੇ ਸਾਨੂੰ ਸਿਰਾ ਨਹੀਂ ਥੇ ਆਉਂਦਾ ਸੁੱਚੇ ਗੀਤ ਦਾ। ਚਾਹ ਤਾਂ ਵੱਡੇ ਅਤੇ ਵਾਕ ਨਿੱਕੇ ਨਿੱਕੇ, ਦੱਸੋ ਜੀ ਹੁਣ ਕੀ ਲਿਖੀਏ, ਹਾਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ, ਦੱਸੋ ਜੀ ਹੁਣ ਕੀ। ਵਾਹ ਜੀ ਵਾਹ, ਕਿਆ ਬਾਤ ਹੈ, ਬਹੁਤ ਖੂਬਸੂਰਤ। ਸਰਤਾਜ ਜੀ, ਮੈਂ ਵੀ ਪੁੱਛਣਾ ਚਾਹੂੰਗੀ ਕਿ ਤੁਸੀਂ, ਤੁਹਾਨੂੰ ਮੈਂ ਕਹਿ ਸਕਦੀ ਹਾਂ ਕਿਤਾਬੀ ਕੀੜਾ, ਅੱਛਾ ਹੈ ਨਾ, ਠੀਕ ਹੈ, ਕਿਉਂਕਿ ਤੁਸੀਂ ਕਿਤਾਬਾਂ ਦੇ ਨਾਲ ਬਹੁਤ ਹੀ ਜ਼ਿਆਦਾ ਜੁੜੇ ਹੋ, ਕੀ ਇੰਨਾ ਤਜਰਬਾ ਕਿਤਾਬਾਂ 'ਚ ਹੋਇਆ? ਹਾਂ ਦੇਖੋ, ਪੋਇਟਰੀ ਜਿਹੜੀ ਹੈ ਇਨੀਸ਼ੀਅਲ ਸਟੇਜ 'ਤੇ ਤਾਂ ਅਸੀਂ ਪੜ੍ਹੀ ਬਹੁਤ ਆ, ਇਸੇ ਕਰਕੇ ਮੈਨੂੰ ਲੱਗਦਾ ਉਹਦੀ ਥੋੜ੍ਹੀ ਜਿਹੀ ਉਹ ਬਣ ਜਾਂਦੀ ਆ, ਇੱਕ ਰਿਦਮ ਬਣ ਜਾਂਦੀ ਤੁਹਾਡੇ ਕੋਲ, ਥੋੜ੍ਹੀ ਜਿਹੀ ਵੋਕੈਬਲਰੀ ਰਿਚ ਹੋ ਜਾਂਦੀ ਆ, ਥੋੜ੍ਹੀ ਜਿਹੀ ਕਾਫੀ ਰਦੀਫ ਦਾ ਪੋਇਟਰੀ ਦੀ ਸਮਝ ਆਉਣ ਲੱਗ ਜਾਂਦੀ ਆ। ਸੋ ਪੜ੍ਹਨ ਦਾ ਜ਼ਾਹਿਰ ਜੀ ਗੱਲ ਹੈ ਬਹੁਤ ਜ਼ਿਆਦਾ ਫਾਇਦਾ ਹੁੰਦਾ, ਬਟ ਉਸ ਤੋਂ ਇਲਾਵਾ ਪੋਇਟਰੀ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਜਿਹਦੇ 'ਚ ਜੇਕਰ ਅਸਰ ਨਹੀਂ ਹੈਗਾ ਫਿਰ ਤੁਸੀਂ ਕਾਫੀ ਰਦੀਫ ਜਿੰਨੇ ਮਰਜ਼ੀ ਮਿਲਾਈ ਜਾਓ। ਸੋ ਜਿਹੜਾ ਅਸਰ ਆ ਉਹ ਇਤਫਾਕਨ ਹੈ ਅਤੇ ਕੁਦਰਤਨ ਹੈ। ਸੋ ਦੈਟ ਇਜ਼ ਸਿੱਖਣਾ ਚਾਹੀਦਾ, ਦੈਟ ਇਜ਼ ਦੀ ਬਲੈਸਿੰਗ। ਪੋਇਟਰੀ ਨਹੀਂ, ਹਾਂ ਪੋਇਟਰੀ ਤੁਸੀਂ ਪੜ੍ਹ ਸਕਦੇ ਹੋ, ਸ਼ਾਇਰਾਂ ਨੂੰ ਦੀ ਸੋਬਤ ਕਰਕੇ ਥੋੜ੍ਹਾ ਬਹੁਤ ਸਿੱਖ ਸਕਦੇ ਹੋ, ਪੋਲਿਸ਼ ਕਰ ਸਕਦੇ ਹੋ, ਬਟ ਜਿਹੜੀ ਚੀਜ਼ ਕੁਦਰਤਨ ਹੁੰਦੀ ਹੈ, ਇਨਹੈਰੀਟਡ ਵੀ ਨਹੀਂ ਕਹਿ ਸਕਦੇ, ਜਸਟ ਅ ਬਲੈਸਿੰਗ ਸਮ ਹਾਓ ਗਿਫਟ, ਸੋ ਉਹਨੂੰ ਹੀ ਪੋਲਿਸ਼ ਕੀਤਾ ਜਾ ਸਕਦਾ, ਇਹ ਕਿਤੇ ਨਾ ਕਿਤੇ ਹੋਣੀ ਜ਼ਰੂਰ ਚਾਹੀਦੀ। ਬਿਲਕੁਲ ਬਿਲਕੁਲ ਹੋਣੀ ਚਾਹੀਦੀ ਹੈ, ਜ਼ਰੂਰੀ ਹੈ। ਸੋ ਜੇਕਰ ਮੈਂ ਫਿਲਮ ਦੀ ਗੱਲ ਕਰਾਂ ਤੁਹਾਡੇ ਦੋਵਾਂ ਤੋਂ ਪੁੱਛਾਂਗਾ, ਇੱਕੋ ਮਿੱਕੇ ਪਹਿਲੇ ਤੁਸੀਂ ਦੱਸੋ ਪੰਜਾਬੀ ਬਾਕੀ ਫਿਲਮਾਂ ਤੋਂ ਡਿਫਰੈਂਟ ਕਿਵੇਂ ਸਾਬਿਤ ਹੋਏਗੀ? ਪੰਜਾਬੀ ਤਾਂ ਛੱਡੋ ਤੁਸੀਂ, ਸਾਰੀ ਜਿਹੜੀ ਸਾਡੀ ਨੈਸ਼ਨਲ ਫਿਲਮ ਇੰਡਸਟਰੀ ਹੈ ਇੰਡੀਆ ਦੀ, ਉਹਦੇ ਤੋਂ ਵੀ ਡਿਫਰੈਂਟ ਹੋਏਗੀ ਸਮਹਾਓ। ਅਸੀਂ ਵੈਸੇ, ਮੈਂ ਪਹਿਲਾਂ ਕਦੀ ਕਿਹਾ ਨਹੀਂ, ਅਦਿਤ ਨੂੰ ਵੀ ਨਹੀਂ ਪਤਾ ਹੋਣਾ, ਫਿਲਮ ਜਦੋਂ ਅਸੀਂ ਸਕ੍ਰਿਪਟਿੰਗ ਕੀਤੀ ਸੀ ਨਾ ਉਹਦੀ,
ਉਹਦੀ ਸਕ੍ਰਿਪਟਿੰਗ ਉਹਦੀ ਉਹਨੂੰ ਇਸ ਬੇਸ 'ਤੇ ਰੱਖ ਕੇ ਰੱਖੀ ਸੀਗੀ ਕਿ ਕੱਲ੍ਹ ਨੂੰ ਕਿਸੇ ਵੀ ਜ਼ੁਬਾਨ 'ਚ ਪਰਟੀਕੁਲਰਲੀ ਜੇ ਹਿੰਦੀ ਜ਼ੁਬਾਨ 'ਚ ਡੱਬ ਹੁੰਦੀ ਹੈ ਤਾਂ ਕੁਛ ਵੀ ਚੇਂਜ ਨਾ ਕਰਨਾ ਪਵੇ, ਬਿਲਕੁਲ ਇਹੋ ਹੀ ਕੈਰੈਕਟਰਾਈਜੇਸ਼ਨ, ਇਹੋ ਹੀ ਸਾਰਾ ਕੁਝ ਸੀਕੁਐਂਸ ਰਿਲੇਟਿਵ ਲੱਗਣਾ ਚਾਹੀਦਾ ਸਭ ਬੰਦਿਆਂ ਨੂੰ। ਸੋ ਪਰਟੀਕੁਲਰ ਕਿਸੇ ਸਟੇਟ ਜਾਂ ਸੂਬੇ ਦੀ ਜਾਂ ਕਲਚਰ ਦੀ ਸਟੋਰੀ ਬਣ ਕੇ ਨਾ ਰਹਿ ਜਾਏ, ਸਾਰੀ ਹਿਊਮੈਨਿਟੀ ਦੀ ਇੱਕ ਜਿਹੜਾ ਇਮੋਸ਼ਨ ਹੁੰਦਾ ਉਹ ਇੱਕ ਕਾਮਨ ਫੈਕਟਰ ਹੋਣਾ ਚਾਹੀਦਾ ਉਹਦੇ 'ਚ। ਸੋ ਇਸ ਕਰਕੇ ਦਿਸ ਇਜ਼ ਦੀ ਮੇਜਰ ਡਿਫਰੈਂਸ। ਜੀ ਸਰਤਾਜ ਜੀ, ਤੁਸੀਂ ਨਾ ਇੱਕ ਮੂਵੀ ਕੀਤੀ ਸੀ ਬਲੈਕ ਪ੍ਰਿੰਸ ਹਾਲੀਵੁੱਡ ਦੀ, ਤੁਸੀਂ ਸਟਾਰਟਿੰਗ ਹਾਲੀਵੁੱਡ ਦੀ ਮੂਵੀ ਤੋਂ ਹੀ ਕਿਉਂ ਕੀਤੀ? ਕੀ ਤੁਹਾਨੂੰ ਬਾਲੀਵੁੱਡ ਇੰਡਸਟਰੀ 'ਚ ਯਕੀਨ ਨਹੀਂ? ਨਹੀਂ ਨਹੀਂ ਯਕੀਨ ਜੇ ਨਹੀਂ ਹੁੰਦਾ ਤਾਂ ਫਿਰ ਹਾਲੀਵੁੱਡ ਤੋਂ ਬਾਅਦ ਇਹ ਕਿਉਂ ਨਹੀਂ ਕਰਦੇ? ਹਾਂ ਬਟ ਮੇਰਾ ਫਿਲਮਾਂ 'ਚ ਇੰਨਾ ਜ਼ਿਆਦਾ ਇੰਟਰਸਟ ਨਹੀਂ ਹੈ ਆਨੈਸਟਲੀ। ਹਾਂ ਪਹਿਲਾਂ ਵੀ ਨਹੀਂ ਸੀਗਾ ਮੈਨੂੰ, 2010 ਤੋਂ ਆਫਰਸ ਹੁੰਦੀਆਂ ਸੀ ਜਦੋਂ ਸਾਈ ਗਾਣਾ ਆਇਆ ਸੀ ਅਤੇ ਮੇਰੇ ਕੋਲ, ਮੈਂ ਹੁਣ ਨਾਮ ਨਹੀਂ ਦਊਂਗਾ, ਬਹੁਤ ਰਿਫਾਇੰਡ ਐਕਟਰਸ ਅਤੇ ਡਾਇਰੈਕਟਰਸ ਅਤੇ ਰਾਈਟਰਸ ਸੀਗੇ, ਉਹ ਕਹਿੰਦੇ ਅੱਛਾ ਸਟੋਰੀ ਤੁਹਾਡੇ ਲਈ ਬਣੀ ਹੈ ਇਹ। ਮੈਨੂੰ ਪਤਾ ਸੀ ਯਾਰ ਐਕਟਿੰਗ ਤਾਂ ਜਦੋਂ ਤੁਸੀਂ ਵੀਡੀਓ ਕਰਦੇ ਆ, ਪਾਣੀ ਪੰਜਾਂ ਦਰਿਆਵਾਂ ਦਾ ਮੈਨੂੰ ਅੱਜ ਵੀ ਯਾਦ ਆ, ਤੁਸੀਂ ਵੀਡੀਓ ਦੇਖਿਓ, ਆਰ ਸਵਾਮੀ ਇੱਥੋਂ ਜਲੰਧਰ ਤੋਂ ਹੀ ਨੇ, ਉਹਨਾਂ ਨੇ ਵੀਡੀਓ ਸ਼ੂਟ ਕੀਤਾ, ਉਹਦੇ ਵਿੱਚ ਇੱਕ ਸੀਨ ਸੀਗਾ ਕਿ ਕੋਈ ਲੜ ਰਹੇ ਆ ਬੰਦੇ, ਤੁਸੀਂ ਕਾਰ 'ਚੋਂ ਦੇਖ ਕੇ ਉਹਨੂੰ ਇੱਦਾਂ ਘਬਰਾਉਣਾ ਹੈ, ਯੂ ਨੋ ਦੈਟ ਵਾਜ਼ ਦ ਵਰਸਟ ਸੀਨ ਆਈ ਐਵਰ ਡਿਡ, ਕਿ ਉਹ ਕੋਈ ਐਕਸਪ੍ਰੈਸ਼ਨ ਨਹੀਂ ਆ ਰਹੇ, ਉਹ ਮੈਨੂੰ ਕਹਿ ਰਹੇ, ਮੈਂ ਯਾਰ ਮੈਂ ਤਾਂ ਕਰ ਰਿਹਾ, ਉਹ ਕਹਿੰਦੇ ਨਹੀਂ ਆ ਰਹੇ, ਮੈਨੂੰ ਉਦੋਂ ਪਤਾ ਲੱਗਿਆ ਕਿ ਆਈ ਐਮ ਨੋਟ ਐਨ ਐਕਟਰ। ਫਿਰ ਮੈਂ ਸੋਚਿਆ ਕਿ ਜੇ ਇੱਕ ਦੁਕਾਨ ਚੱਲਦੀ ਹੋਵੇ ਉਹ ਖਰਾਬ ਕਰਕੇ ਦੂਸਰੀ ਨਹੀਂ ਖੋਲ੍ਹਣੀ ਚਾਹੀਦੀ, ਇਸ ਕਰਕੇ ਮੈਂ ਫਿਲਮ ਨੂੰ ਹਮੇਸ਼ਾ ਅਵੋਇਡ ਕੀਤਾ। ਬਟ ਵੈਨ ਦ ਬਲੈਕ ਪ੍ਰਿੰਸ ਅਰਾਈਵਡ, ਫਿਰ ਮੈਨੂੰ ਲੱਗਿਆ ਕਿ ਦਿਸ ਇਜ਼ ਸਮਥਿੰਗ ਬਿਯੋਂਡ ਇਮੈਜੀਨੇਸ਼ਨ, ਦਿਸ ਇਜ਼ ਸਮਥਿੰਗ ਬਿਯੋਂਡ ਟਾਈਮ, ਕਿ ਜਿਹੜਾ ਮੈਨੂੰ ਹਰ ਹੀਲੇ ਕੰਸਿਡਰ ਕਰ ਲੈਣਾ ਚਾਹੀਦਾ, ਬਿਕੋਜ਼ ਇਹ ਉਹ ਚੀਜ਼ ਆ, ਇੱਕ ਉਹੋ ਜਿਹੀ ਡਾਕੂਮੈਂਟੇਸ਼ਨ ਹੋ ਜਾਏਗੀ ਜਿਹੜੀ ਤੁਹਾਡੇ ਤੋਂ ਬਾਅਦ ਵੀ ਸਦੀਆਂ ਤੱਕ ਸ਼ਾਇਦ ਰਹੇਗੀ। ਸੋ ਇਸੇ ਤਰ੍ਹਾਂ ਹੀ ਸ਼ਾਇਦ ਹੋਇਆ, ਮਹਾਰਾਜਾ ਦਲੀਪ ਸਿੰਘ ਦੀ ਜਿਹੜੀ ਇਮੇਜ ਪਹਿਲਾਂ ਸੀ ਸਾਡੀ ਪੰਜਾਬੀ ਜਾਂ ਸਿੱਖ ਕਮਿਊਨਿਟੀ ਦੇ ਵਿੱਚ, ਉਹ ਬਹੁਤ ਬਦਲੀ, ਉਹਨਾਂ ਨੂੰ ਹੁਣ ਅਸੀਂ ਇੱਕ ਹੀਰੋ ਦੇ ਤੌਰ 'ਤੇ ਦੇਖਣ ਲੱਗ ਗਏ ਹਾਂ ਸਮ ਹਾਓ। ਉਹ ਸਾਰਾ ਦਾ ਕੁਛ ਬਨਿਸਬਤ ਹੋਇਆ ਸਾਡੀ ਜਿਹੜੀ ਰਿਸਰਚ ਸੀ ਬਿਹਾਈਂਡ ਦ ਬਲੈਕ ਪ੍ਰਿੰਸ, ਓਬਵੀਅਸਲੀ ਮੇਰੀ ਪਰਸਨਲ ਜਿਹੜੀ ਐਫਰਟ ਸੀਗੇ ਉਹਦੇ ਵਿੱਚ ਇਨਪੁਟ ਸੀਗੀਆਂ ਜਾਂ ਕੁਛ ਕਹਿ ਲਓ, ਜਾਂ ਮੇਰੀ ਆਪਣੀਆਂ ਵਿਜ਼ਿਟਸ, ਚਾਹੇ ਜਿੱਥੇ ਉਹ ਪੈਰਿਸ ਡੈਥ ਹੋਈ, ਚਾਹੇ ਜਿੱਥੇ ਮਹਾਰਾਣੀ ਜਿੰਦ ਕੌਰ ਨੂੰ ਮਿਲੇ ਕੈਲਕਟਾ ਸਪੈਂਸ ਹੋਟਲ 'ਚ, ਮੈਂ ਹਰ ਇੱਕ ਕੱਲੀ ਕੱਲੀ ਜਗ੍ਹਾ 'ਤੇ ਆਪ ਗਿਆ, ਹੈ ਨਾ। ਸੋ ਉਹ ਚੀਜ਼ਾਂ ਰਿਲੇਟਿਵਿਟੀ ਹੋ ਜਾਂਦੀ, ਬਟ ਉਹ ਮੂਵੀ ਜ਼ਿਆਦਾਤਰ ਬਾਹਰ ਹੀ ਚੱਲੀ ਆ, ਇੰਡੀਆ 'ਚ ਆਪਾਂ ਉਹਨੂੰ ਨਹੀਂ ਕਹਿ ਸਕਦੇ ਕਿ ਬਹੁਤ ਜ਼ਿਆਦਾ ਲੋਕਾਂ ਨੇ ਪਸੰਦ ਕੀਤਾ ਹੈ ਜਾਂ ਦੇਖੀ ਆ, ਹੈ ਨਾ। ਓਬਵੀਅਸਲੀ ਓਬਵੀਅਸਲੀ ਉਹ ਮੈਂ ਜਦੋਂ ਸਾਡੀ ਲੁਧਿਆਣੇ ਪ੍ਰੈਸ ਕਾਨਫਰੰਸ ਸੀ, ਸ਼ਿਵਾਨਾ ਜੀ ਆਏ ਹੋਏ ਸੀ ਜਿਸ ਤਰ੍ਹਾਂ ਅੱਜ ਅਦਿਤੀ ਆਈ ਆ, ਅਤੇ ਮੈਂ ਉਸ ਪ੍ਰੈਸ ਕਾਨਫਰੰਸ, ਮੈਨੂੰ ਕਹਿੰਦੇ ਕਹਿੰਦੇ ਪੰਜਾਬ 'ਚ ਤੁਹਾਨੂੰ ਕੀ ਲੱਗਦਾ? ਮੈਂ ਕਿਹਾ ਜੀ ਜੇ ਦੇਖ ਲੈਣਗੇ ਤਾਂ ਬਹੁਤ ਵਧੀਆ, ਪਰ ਮੈਨੂੰ ਲੱਗਦਾ ਨਹੀਂ ਵੈਸੇ, ਯੂ ਨੋ, ਕਹਿ ਸਕਦੇ ਹੋ ਤੁਹਾਨੂੰ ਸਮਝ ਨਹੀਂ ਆਈ। ਈਵਨ ਬਿਫੋਰ ਦੀ ਰਿਲੀਜ਼ ਆਈ ਸੈਡ ਦਿਸ, ਈਵਨ ਸ਼ਿਵਾਨਾ ਸੈਡ ਵਾਈ ਯੂ ਸੈਡ ਦੈਟ, ਮੈਂ ਕਿਹਾ ਆਈ ਜਸਟ ਫੈਲ ਦੈਟ ਐਂਡ ਆਈ ਵਾਸ ਸੋ ਟਰੂਥਫੁਲ। ਸੋ ਕਿਉਂਕਿ ਉਹ ਫਿਲਮ ਜਿਹੜੀ ਸੀ ਨਾ, ਇੱਕ ਜਿਹੜੀ ਉਹਦੀ ਐਕਚੁਅਲੀ ਜਿਹੜੀ ਸਕ੍ਰਿਪਟਿੰਗ ਜਾਂ ਉਹਦੀ ਸਟੋਰੀ ਜਾਂ ਸਾਰਾ ਕੁਝ, ਉਹ ਬਹੁਤ ਹੀ ਜ਼ਿਆਦਾ ਹਾਲੀਵੁੱਡਿਸ਼ ਸੀਗਾ, ਹਰ ਇੱਕ ਚੀਜ਼ ਸਟਲ, ਹਰ ਇੱਕ ਚੀਜ਼ ਪੋਇਜ਼ਡ, ਹਰ ਇੱਕ ਚੀਜ਼ ਟਰੂ, ਉਹਦੇ ਵਿੱਚ ਫਿਲਮੀ ਮਸਾਲਾ ਕੁਝ ਨਹੀਂ ਸੀ, ਜੋ ਕੁਝ ਟਰੂ ਇਵੈਂਟਸ ਹੋਏ ਉਹਨੂੰ ਐਜ਼ ਇਟ ਇਜ਼ ਫਿਲਮ ਆਇਆ। ਤਾਂ ਹੀ ਫਿਰ ਆਪਣੇ ਪੰਜਾਬ ਵਿੱਚ ਜ਼ਿਆਦਾ, ਹਾਂ ਇੱਥੇ ਉਹ ਹਾਲੇ ਫਿਲਮਾਂ ਦਾ ਕਲਚਰ ਨਹੀਂ ਹੋਇਆ, ਹੁਣ ਨੈਟਫਲਿਕਸ ਨਾਲ ਹੌਲੀ ਹੌਲੀ ਬੰਦਾ ਦਾ ਇਵੋਲਵ ਹੋ ਜਾਏਗਾ ਸਾਡਾ ਸਿਨੇਮਾ। ਨੈਟਫਲਿਕਸ ਤੇ ਆਪੇ ਲੱਗਦਾ ਹੈ ਕਿ ਕਾਮੇਡੀ ਮੂਵੀਜ਼ ਹੀ ਜ਼ਿਆਦਾ ਆਪਣੇ ਲੋਕ ਜਿਹੜੇ ਪਸੰਦ ਕਰਦੇ ਨੇ, ਕਾਮੇਡੀ ਐਕਸ਼ਨ ਵੀ ਕਹਿ ਸਕਦੇ ਹੋ। ਪੰਜਾਬੀ ਸਿਨੇਮਾ ਹੀ ਮਤਲਬ ਕਹਿ ਲਓ ਕਿ ਆਡੀਅנס ਅਜਿਹੀ ਹੈ, ਤਾਂ ਕਰਕੇ ਸਿਨੇਮਾ ਦੇ ਵਿੱਚ ਕਾਮੇਡੀ ਫਿਲਮਾਂ ਜ਼ਿਆਦਾ ਆਈਆਂ, ਇੱਕ ਦੌਰ ਸੀਗਾ, ਹੁਣ ਉਹ ਦੌਰ ਚੇਂਜ ਹੋ ਰਿਹਾ। ਪਰ ਤੁਸੀਂ ਇਹ ਦੇਖੋ ਜਿਹੜੇ ਪੰਜਾਬ ਤੇ ਜੰਮੇ ਪਲੇ ਬਾਹਰ ਰਹਿਣ ਲੱਗ ਗਏ ਆ, ਫਸ ਕਰੋ ਨਿਊਜ਼ੀਲੈਂਡ 'ਚ ਉਸ ਫਿਲਮ ਦੀ ਗ੍ਰੋਸ ਜਿਹੜੀ ਆ ਕਿਸੇ ਵੀ ਨਾਰਮਲ ਇੰਡੀਅਨ ਫਿਲਮ ਨਾਲੋਂ ਟ੍ਰਿਪਲ ਆ, ਕੈਨੇਡਾ 'ਚ, ਯੂਨਾਈਟਿਡ ਕਿੰਗਡਮ 'ਚ, ਸਟੇਟਸ 'ਚ, ਸਾਰੇ ਪਾਸੇ ਉੱਥੇ ਪੰਜਾਬੀ ਲੋਕਾਂ ਨੇ ਵੇਖੀ ਫਿਲਮ। ਹਾਂ ਮੈਜੋਰਟੀ ਆਫ ਦਾ ਟਾਈਮ ਰਿਟੇਲ ਆਡੀਅנס ਹੈ, ਸ਼ਾਇਦ ਉਹਦਾ ਮਾਈਂਡਸੈਟ ਵੀ ਇਦਾਂ ਦਾ ਹੋਇਆ ਕਿ ਕਾਮੇਡੀ ਫਿਲਮਾਂ ਜ਼ਿਆਦਾ ਪਸੰਦ ਕੀਤੀਆਂ ਜਾਂਦੀਆਂ, ਪਰ ਉਹ ਕਿਤੇ ਨਾ ਕਿਤੇ ਹੁਣ ਚੇਂਜ ਹੋ ਰਿਹਾ ਹੈ, ਕਿਉਂਕਿ ਇਸ ਸਾਲ ਕੀ ਹੈ ਕਿ ਕਾਮੇਡੀ ਫਿਲਮਾਂ ਘੱਟ ਹੈ, ਐਕਸ਼ਨ ਫਿਲਮਾਂ ਜਾਂ ਥ੍ਰਿਲਰ ਫਿਲਮਾਂ ਜ਼ਿਆਦਾ ਆ ਰਹੀਆਂ। ਸੋ ਮੈਂ ਇੱਕੋ ਮਿੱਕੇ ਵਾਲਾ ਦੀਦੀ ਪਹੁੰਚਦਾ ਤੁਹਾਨੂੰ ਲੈ ਕੇ, ਮੈਨੂੰ ਇਹ ਦੱਸੋ ਕਿ ਜਦੋਂ ਫਿਲਮ ਤੁਹਾਨੂੰ ਅਪਰੋਚ ਹੋਈ ਕੀ ਰਿਐਕਸ਼ਨਸ ਕੀ ਸੀਗੇ ਤੁਹਾਡੇ ਕਿ ਸਰਤਾਜ ਨਾਲ ਕੰਮ ਕਰਨ ਦਾ ਮੌਕਾ ਮਿਲਦਾ? ਮੈਨੂੰ ਲੱਗਦਾ ਲੱਕੀ ਸਮਝਦੇ ਹੋਵੋਗੇ ਤੁਸੀਂ ਆਪਣੇ ਆਪ ਨੂੰ, ਕਿੰਨੇ ਸ਼ਾਂਤ ਸੁਭਾਅ ਦੇ ਬੰਦੇ ਨਾਲ ਕੰਮ ਕਰਨ ਦਾ ਮੌਕਾ। ਪਹਿਲੇ ਤੇ ਮੈਨੂੰ ਇਹ ਫਿਲਮ ਦੀ ਸਕ੍ਰਿਪਟ ਸਾਡੇ ਡਾਇਰੈਕਟਰ ਸਾਹਿਬ ਪੰਕਜ ਜੀ, ਉਹਨਾਂ ਨੇ ਸੁਣਾਈ ਸੀ ਫੋਨ ਤੇ, ਤੇ ਮੈਨੂੰ ਬਹੁਤ ਹੀ ਚੰਗੀ ਲੱਗੀ ਤੇ ਸਾਡੀ ਸਕ੍ਰਿਪਟ, ਤੇ ਫਿਰ ਜਦੋਂ ਮੈਂ ਸ਼ੂਟਿੰਗ ਤੇ ਆਈ ਤਬ ਜਾ ਕੇ ਮੈਂ ਇਹਨਾਂ ਨੂੰ ਮਿਲੀ, ਉਸ ਤੋਂ ਪਹਿਲਾਂ ਤਾਂ ਮੈਂ ਮਿਲੀ ਨਹੀਂ ਸੀ। ਤੇ ਇਹਨਾਂ ਦੀ ਡੈਫੀਨੇਟਲੀ ਇਮੇਜ ਹੈਗੀ ਹੈ ਕਿ ਬੜੇ ਕਾਮ ਕੰਪੋਜ਼ਡ, ਬਿਲਕੁਲ ਜੈਂਟਲਮੈਨ ਲਾਈਕ ਹੈਗੇ ਨੇ। ਅਤੇ ਸਾਡੀ ਫਿਲਮ ਵਿੱਚ ਬੜੇ ਸਾਰੇ ਨਾ ਲਵਰਸ, ਅਸੀਂ ਬਹੁਤ ਲਵਰਸ ਪਲੇ ਕਰਦੇ ਹਾਂ, ਪਾਰਟਨਰਸ, ਹਸਬੈਂਡ ਵਾਈਫ ਪਲੇ ਕਰਦੇ ਹਾਂ, ਤਾਂ ਕਾਫੀ ਸਾਰੇ ਸਾਡੇ ਆਰਗੂਮੈਂਟਸ ਐਂਡ ਲਾਊਡ ਸੀਨਸ ਵੀ ਹੈਗੇ ਆ ਫਿਲਮ ਵਿੱਚ। ਅਤੇ ਮੈਂ ਇਹਨਾਂ ਨੂੰ ਵੇਖਿਆ ਅਤੇ ਮੈਨੂੰ ਲੱਗਿਆ ਉਹ ਗੋਡ, ਮਤਲਬ ਇਹ ਮੇਰੇ ਨਾਲ ਲੜੇਂਗੇ? ਹਾਂਜੀ, ਹਾਂ ਮੈਂ ਲੱਗਾ ਲੜੇਂਗੇ, ਮਤਲਬ ਕਿਸੀ ਸੇ ਵੀ ਨਹੀਂ ਲੜ ਸਕਤੇ, ਐਸਾ ਐਸਾ ਲੱਗਾ। ਬਟ
ਜਦੋਂ ਆਈ ਥਿੰਕ ਆਲਮੋਸਟ ਇੱਕ ਹਫ਼ਤੇ ਬਾਅਦ ਹੀ ਹਾਂਜੀ ਡਿਊਰਿੰਗ ਦ ਸ਼ੂਟ ਅਤੇ ਮੈਂ ਇਹਨਾਂ ਦਾ ਜਦੋਂ ਮੈਂ ਇਹਨਾਂ ਨੂੰ ਸਟੇਜ 'ਤੇ ਵੇਖਿਆ ਨਾ ਅਤੇ ਮੈਂ ਲਗਾਓ ਓਹ ਇਹ ਤਾਂ ਕੁਛ ਵੀ ਕਰ ਸਕਦੇ ਨੇ ਹੀ ਵਾਜ਼ ਮੈਜੀਕਲ ਔਨ ਸਟੇਜ ਇਨਫੈਕਟ ਨੋਟ ਓਨਲੀ ਮੀ ਮੈਂ ਸਾਡੇ ਡਾਇਰੈਕਟਰ ਸਾਹਿਬ ਸਾਡੇ ਡੀ ਓ ਪੀ ਸਰ ਰਵੀ ਸਰ ਅਸੀਂ ਤਿੰਨੋਂ ਲੋਕਾਂ ਵੀ ਲਾਈਕ ਹੀ ਵਾਜ਼ ਡਿਫਰੈਂਟ ਔਨ ਸਟੇਜ He was magical on stage. ਮੈਂ ਜਿੰਨਾ ਕੁ ਸਮਝ ਪਾਇਆ ਕਿ ਪੰਜਾਬੀ ਬੋਲਣ ਚ ਕਿਤੇ ਨਾ ਕਿਤੇ ਤਾਂ ਤੁਹਾਨੂੰ ਆਉਂਦੀ ਹੈ। ਹਾਂਜੀ ਹਾਂਜੀ। ਤੇ ਡਬਿੰਗ ਦੇ ਵਿੱਚ ਕਿੰਨੀ ਕੌਫ ਆਉਂਦੀ ਹੈ? ਆਂਦੀ ਮੈਂ ਫਿਲਮ ਦੀ ਡਬਿੰਗ ਨਹੀਂ ਕੀਤੀ ਹੈ। ਅੱਛਾ ਫਿਲਮ ਦੀ ਡਬਿੰਗ ਆਪ ਨਹੀਂ ਕੀਤੀ? ਨਹੀਂ ਮੈਂ ਨਹੀਂ ਕੀਤੀ। ਕਦੀ ਕੋਸ਼ਿਸ਼ ਕਰੋਗੇ ਕਿ ਆਉਣ ਵਾਲੇ ਟਾਈਮ 'ਚ ਮੈਂ? ਨਹੀਂ ਨਹੀਂ ਮੈਂ ਇਸ ਵਾਰੀ ਮੈਂ ਟਰਾਈ ਕਰਨਾ ਚਾਹੁੰਦੀ ਸੀ, ਇਹ ਵੀ ਚਾਹੁੰਦੇ ਸੀ, ਬਟ ਮੇਰੇ ਕੋਲ ਕੁਛ ਟਾਈਮ ਦਾ ਪ੍ਰੋਬਲਮ ਸੀ। ਬਟ ਮੈਂ ਕੀਤੀ ਹੈ ਫਿਲਮ, ਮੈਂ ਗੁਲਕ ਬੁਗਨੀ ਦੀ ਕੀਤੀ ਹੈ, ਨਨਕਾਣਾ ਦੀ ਕੀਤੀ ਹੈ, ਸੂਬੇਦਾਰ ਦੀ ਕੀਤੀ ਹੈ। ਦਿਸ ਵਨ ਆਈ ਵਾਂਟਡ ਟੂ ਟਰਾਈ ਬਿਕੋਜ਼ ਮੈਨੂੰ ਫਿਲਮ ਬਹੁਤ ਹੀ ਪਸੰਦ ਹੈ ਅਤੇ ਮੈਨੂੰ ਪੂਰਾ ਸਪੋਰਟ ਸੀ, ਇਹ ਕਹਿੰਦੇ ਸੀ ਆਈ ਵਿਲ ਹੈਲਪ ਦਬਕਰ। ਕਿਉਂਕਿ ਜਿਸ ਤਰੀਕੇ ਦੇ ਨਾਲ ਸਰਦਾਰ ਤੁਹਾਨੂੰ ਸਿਖਾ ਸਕਦੇ, ਮੈਨੂੰ ਨਹੀਂ ਲੱਗਦਾ ਕੋਈ ਹੋਰ ਸਿਖਾ ਸਕਦੇ ਨੇ। ਹਾਂ, ਹੀ ਵਾਸ ਫੁਲੀ ਸਪੋਰਟਿਵ, ਬਟ ਟਾਈਮ ਦਾ ਥੋੜਾ ਜਿਹਾ ਇਸ਼ੂ ਸੀ। ਜੀ ਜੀ। ਸਰਤਾਜ, ਇਸ ਫਿਲਮ ਦੀ ਲੋਕੇਸ਼ਨਸ ਦੀ ਗੱਲ ਕਰਦੇ ਹਾਂ, ਕਿੱਥੇ ਕਿੱਥੇ ਫਿਲਮ ਦੀਆਂ ਲੋਕੇਸ਼ਨ ਸੀਗੀਆਂ, ਕਿੱਥੇ ਕਿੱਥੇ ਸ਼ੂਟ ਹੋਇਆ? ਚੰਡੀਗੜ੍ਹ ਬੇਸਡ ਕੰਟੈਂਪਰੇਰੀ 2020 ਦੀ ਫਿਲਮ ਹੈ। ਚੰਡੀਗੜ੍ਹ 'ਚ ਹੀ ਰਹਿਣ ਵਾਲਾ ਇੱਕ ਕਪਲ ਹੈ ਜਿਹੜੇ ਕਿ ਪਹਿਲਾਂ ਇੱਕ ਆਰਟਸ ਕਾਲਜ ਦਾ ਸਟੂਡੈਂਟ ਹੈ, ਇੱਕ ਯੂਨੀਵਰਸਿਟੀ ਦੀ ਸਟੂਡੈਂਟ ਹੈ। ਉਹਨਾਂ 'ਚ ਆਪਸ 'ਚ ਓਬਵੀਅਸਲੀ ਅਫੈਕਸ਼ਨ ਹੁੰਦੀ ਹੈ, ਪਿਆਰ ਹੁੰਦਾ। ਉਹ ਜਿਹੜੇ ਮੈਜੋਰਟੀ ਸੀਨ ਹੈ ਸਾਡੀ ਪੰਜਾਬ ਯੂਨੀਵਰਸਿਟੀ ਕੈਂਪਸ ਦੇ ਸ਼ੂਟ ਕੀਤੇ ਆ। ਥੋੜ੍ਹਾ ਜਿਹਾ ਅਸੀਂ ਪੈਕ ਪੰਜਾਬ ਇੰਜੀਨੀਅਰਿੰਗ ਕਾਲਜ ਜਿਹੜਾ ਸੈਕਟਰ 10 ਉੱਥੇ ਸ਼ੂਟ ਕੀਤਾ, ਅਤੇ ਸੋਰੀ 12। ਬਾਕੀ ਦੀਆਂ ਸਾਰੀਆਂ ਲੋਕੇਸ਼ਨ ਜਿਹੜੀਆਂ ਜਿਵੇਂ ਆਈ ਟੀ ਪਾਰਕ ਹੈ, ਹੈ ਨਾ, ਕੁਛ ਰੈਜੀਡੈਂਸ਼ੀਅਲ ਏਰੀਆ ਦੇ ਵਿੱਚ, ਬਾਕੀ ਰੋਡਸ, ਇੰਟਾਇਰ ਫਿਲਮ ਸ਼ੋਟ ਇਨ ਚੰਡੀਗੜ੍ਹ। ਜੀ ਸਰਤਾਜ ਜੀ, ਜਿਵੇਂ ਤੁਸੀਂ ਲੋਕੇਸ਼ਨ ਦੀ ਗੱਲ ਕਰ ਰਹੇ ਹੋ, ਨੇਚਰ ਨਾਲ ਤੁਸੀਂ ਬਹੁਤ ਜੁੜੇ ਹੋਏ ਹੋ। ਹਾਂਜੀ, ਲੇਕ ਤੇ ਅਸੀਂ ਸ਼ੂਟ ਕੀਤਾ। ਹਾਂ, ਨੇਚਰ, ਕਿਉਂਕਿ ਤੁਹਾਡੇ ਮੋਸਟਲੀ ਸੌਂਗ ਜਿਹੜੇ ਆ ਨੇਚਰ ਤੇ ਨੇ, ਕਿਵੇਂ ਤੁਸੀਂ ਇਸ ਚੀਜ਼ ਨੂੰ ਵੇਖਦੇ ਹੋ ਕਿ ਕਿੱਦਾਂ ਥੌਟ ਆਉਂਦਾ ਤੁਹਾਨੂੰ? ਮੇਰੀ ਆਪਣੀ ਪਰਸਨਲ ਪਰਸੈਪਸ਼ਨ ਹੈ ਇਹ ਕਿ ਨੇਚਰ ਇਜ਼ ਦੀ ਓਨਲੀ ਥਿੰਗ ਦੈਟ ਵਿਲ ਨੈਵਰ ਚੇਂਜ। ਜਿਹੜੀ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਇੱਥੇ ਸੁਲਤਾਨਪੁਰ ਲੋਧੀ ਹੋਣੇ ਆ, ਅਤੇ ਵਿਆਈ ਜਿਹੜੀ ਆ ਉਸੇ ਤਰ੍ਹਾਂ ਦੀ ਹੋਣੀ ਆ, ਹੁਣ ਵੀ ਉਹਨੂੰ ਜੇ ਤੁਸੀਂ ਥੋੜ੍ਹਾ ਸਾਫ਼ ਸੁਥਰਾ ਰੱਖੋਗੇ ਤਾਂ ਉਸੇ ਤਰ੍ਹਾਂ ਵਗੇਗੀ। ਰੁੱਖ ਵੀ ਉਹੋ ਜਿਹੇ ਨੇ, ਹਵਾਵਾਂ ਵੀ ਉਹੋ ਜਿਹੀਆਂ ਨੇ, ਸਿਰਫ ਕੰਸਟਰਕਸ਼ਨ ਚੇਂਜ ਹੁੰਦੀ ਆ, ਐਲੀਮੈਂਟਸ ਚੇਂਜ ਹੋ ਜਾਂਦੇ ਆ, ਹਿਊਮਨ ਟ੍ਰੈਡੀਸ਼ਨਸ ਚੇਂਜ ਹੋ ਜਾਂਦੇ ਆ, ਜਨਰਲੀ ਤੁਹਾਡੇ ਪਹਿਰਾਵੇ ਚੇਂਜ ਹੋ ਜਾਂਦੇ ਆ, ਬਟ ਦਰਿਆ, ਪਹਾੜ, ਨਦੀਆਂ, ਰੁੱਖ, ਫੁੱਲ, ਹਵਾਵਾਂ, ਇਹ ਸਾਰਾ ਕੁਛ ਜਦੋਂ ਦੀ ਇਹ ਕਾਇਨਾਤ ਚੱਲਦੀ ਆ ਰਹੀ ਉਹੋ ਜਿਹਾ, ਸੋ ਜਦੋਂ ਤੱਕ ਰਹੇਗੀ ਉਦੋਂ ਤੱਕ ਸੇਮ ਰਹੇਗੀ। ਸੋ ਜੇਕਰ ਤੁਸੀਂ ਉਹਦੇ ਨਾਲ, ਜੇਕਰ ਤੁਸੀਂ ਉਹਦੇ ਬਾਰੇ ਗੱਲਾਂ ਕਰੋਗੇ ਤਾਂ ਉਹ ਸਦੀਵੀ ਹੋਣਗੀਆਂ, ਉਹ ਬਹੁਤ ਹਮੇਸ਼ਾ ਹੀ ਰਹਿਣਗੀਆਂ ਮੇਰੇ ਖਿਆਲ। ਜੀ, ਤੁਸੀਂ ਕਿੰਨਾ ਨੇਚਰ ਨਾਲ ਜੁੜੇ ਹੋ? ਮੈਂ ਤਾਂ ਨੇਚਰ ਨਾਲ ਜੁੜਿਆ, ਨੇਚਰ ਮੇਰੇ ਨਾਲ ਬੈਠਾ, ਜਿੰਦੀ ਜਾਨ ਦੀ ਮਿਸਾਲ ਹੈ। ਨਹੀਂ ਚਲੋ ਇਹ ਤਾਂ ਠੀਕ ਹੈ, ਮਤਲਬ ਉਹ ਜਿਹੜਾ ਓਵਰਆਲ ਨੇਚਰ ਹੈ, ਪਾਣੀ, ਦਰਿਆ, ਪੇੜ ਪੌਦੇ, ਡਰ ਬਹੁਤ ਲੱਗਦਾ ਪਾਣੀ ਤੋਂ। ਅੱਛਾ, ਪਰ ਸਰਦੀ ਨਾਲ ਨਹਾ ਲਈਦਾ, ਨਹਾ ਲਈਦਾ ਸਰਦੀ ਚ। ਮੈਂ ਬਬੀਤਾ ਵਾਂਗ ਨਹੀਂ ਹੈ ਕਿ ਮੈਂ ਬਬੀਤਾ ਵਾਂਗ ਕਦੀ ਕਦੀ ਨਹਾ। ਅੱਛਾ ਅੱਛਾ, ਠੀਕ ਹੈ, ਤੁਹਾਨੂੰ ਪਤਾ ਕਿ ਮੈਂ ਨਹਾਉਂਦੀ ਕਿ ਨਹੀਂ, ਹੈ ਨਾ? ਠੀਕ ਠੀਕ। ਅਕਸਰ ਮੈਂ ਕਈ ਵਾਰ ਦੇਖਿਆ ਕਿ ਬਬੀਤਾ ਦੇ ਕੋਲ ਕੋਈ ਮੱਖੀ ਨਹੀਂ ਆਉਂਦੀ। ਰੀਜ਼ਨ ਇਹ ਹੈ ਕਿ ਮੱਖੀ ਆ ਗਈ, ਕਹਿੰਦੀ ਨਹੀਂ ਮੈਂ ਲਾਗੇ ਨਹੀਂ ਆਣਾ। ਹਾਂ, ਕਿਉਂ ਨਹੀਂ ਜਾਣਾ? ਕਿਉਂਕਿ ਉਹ ਨਹਾਤੀ ਨਹੀਂ ਹੈ, ਨਹਾਤੀ ਨਾ ਹੁੰਦੀ ਫਿਰ ਜਾਣਾ। ਵੈਰੀ ਗੁੱਡ। ਹਾਂ, ਅਦੇ ਦੀ ਮਜ਼ਾਕ ਇੱਕ ਪਾਸੇ ਰਿਹਾ, ਜੇਕਰ ਪੰਜਾਬੀ ਸਿਨੇਮਾ ਦੀ ਮੈਂ ਗੱਲ ਕਰਾਂ, ਤੁਸੀਂ ਕਾਫੀ ਫਿਲਮਾਂ ਦਿੱਤੀਆਂ ਨੇ। ਇਸ ਫਿਲਮ ਦੀ ਤੁਸੀਂ ਕਿਹਾ ਕਿ ਸਕ੍ਰਿਪਟ ਮੈਨੂੰ ਫੋਨ ਤੇ ਸੁਣਾਈ ਗਈ ਸੀਗੀ, ਪਰ ਕਿੰਨਾ ਕੁ ਟਾਈਮ ਤੁਹਾਨੂੰ ਲੱਗਾ ਇਸ ਨੂੰ ਯੈਸ ਜਾਂ ਨੋ ਕਰਨ ਦੇ ਵਿੱਚ ਕਿ ਹਾਂ ਮੈਂ ਫਿਲਮ ਕਰਨੀ ਹੈ ਜਾਂ ਨਹੀਂ ਕਰਨੀ? ਫਿਲਮ ਸੁਣਦੇ ਹੀ ਮੈਨੂੰ ਲੱਗਿਆ ਮੈਂ ਕਰਨਾ ਚਾਹੁੰਦੀ ਹਾਂ ਫਿਲਮ। ਮੈਨੂੰ ਲੱਗਦਾ ਕਿ ਸਾਡੀ ਫਿਲਮ ਦਾ ਜੋ ਹੀਰੋ ਹੈਗਾ, ਸਾਡੀ ਫਿਲਮ ਦਾ USP ਸਾਡੀ ਸਕ੍ਰਿਪਟ ਹੈ, ਸਾਡੀ ਸਟੋਰੀ ਹੈ। ਅਤੇ ਸਟੋਰੀ ਸੁਣ ਕੇ ਜਦੋਂ ਮੈਂ ਪੰਕਜ ਨਾਲ ਗੱਲ ਕਰਨੀ ਸ਼ੁਰੂ ਕੀਤੀ ਸੀ, ਮੈਂ ਸੋਚ ਰਹੀ ਸੀ ਮੈਨੂੰ ਇਹ ਫਿਲਮ ਨਹੀਂ ਕਰਨੀ ਹੁਣੇ। ਤਦੋਂ ਮੇਰਾ ਸ਼ੋਅ ਖਤਮ ਹੋ ਰਿਹਾ ਸੀ, ਖਤਮ ਹੀ ਨਹੀਂ ਹੋਇਆ ਸੀ, ਅਤੇ ਮੈਂ ਸੋਚ ਰਹੀ ਸੀ ਹੁਣੇ ਮੈਂ ਫਿਲਮ ਨਹੀਂ ਕਰਨੀ। ਬਟ ਜਦੋਂ ਉਹਨਾਂ ਨੇ ਮੈਨੂੰ ਸਟੋਰੀ ਸੁਣਾਈ ਔਨ ਦਾ ਫੋਨ ਓਨਲੀ, ਆਈ ਵਾਸ ਕਨਵਿੰਸਡ ਕਿ ਮੈਂ ਕਰਨਾ ਚਾਹੁੰਦੀ ਹਾਂ। ਸੋ ਸਰਦਾਰ, ਤੁਹਾਡੀ ਗੱਲ ਕਰਾਂ, ਤੁਹਾਨੂੰ ਕਿੰਨਾ ਕੁ ਵਕਤ ਲੱਗਾ, ਕਿੰਨਾ ਕੁ ਸਮਾਂ ਤੁਸੀਂ ਲਿਆ? ਦੇਖੋ, ਅਸੀਂ ਜਿਹੜਾ ਬੇਸਿਕ ਡਿਸੀਜ਼ਨ ਹੈ ਉਹ ਸਾਡੇ ਵੱਲੋਂ ਹੀ ਸੀਗਾ, ਕਿਉਂਕਿ ਪੰਕਜ ਸਾਡੇ ਨਾਲ ਰਾਬਤਾ, ਮੈਂ ਕਿਹਾ ਉਹਨਾਂ ਦਾ ਚਾਰ ਕੁ ਸਾਲ ਦਾ ਹੈਗਾ ਜਦੋਂ ਮਾਸੂਮੀਅਤ ਸਾਡਾ ਸੌਂਗ ਆਇਆ ਸੀ ਨਾ, ਉਹ ਪੰਕਜ ਨੇ ਹੀ ਸ਼ੂਟ ਕੀਤਾ ਸੀ। ਉਹ ਮੇਰੇ ਕੋਲ ਐਕਚੁਲੀ ਸਕ੍ਰਿਪਟ ਲੈ ਕੇ ਉਦੋਂ ਆਏ ਸੀ, ਅਤੇ ਮੈਂ ਕਿਹਾ ਯਾਰ ਲੈਟਸ ਬੀ ਲਿਟਲ ਕੰਫਰਟੇਬਲ ਐਂਡ ਬੀ ਫਰੈਂਡਲੀ। ਪਹਿਲਾਂ ਇੱਕ ਆਪਾਂ ਵੀਡੀਓ ਸ਼ੂਟ ਕਰਦੇ ਹਾਂ, ਅਸੀਂ ਲੇਹ ਲੱਦਾਖ ਗਏ ਇਕੱਠੇ, ਹੈ ਨਾ, ਥੋੜ੍ਹੀ ਜਿਹੀ ਤੁਹਾਡੀ ਕਨਵਰਸੇਸ਼ਨ ਹੁੰਦੀ ਆ, ਤੁਸੀਂ ਥੋੜ੍ਹਾ ਜਿਹਾ ਇੱਕ ਦੂਜੇ ਨੂੰ ਜਾਣ ਲੈਂਦੇ ਹਾਂ ਕਿ ਯਾਰ ਉਹਦਾ ਪ੍ਰੋਸਪੈਕਟ ਕੀ ਆ, ਉਹਦੇ ਹੈ ਨਾ, ਜਾਂ ਕਿਸ ਤਰ੍ਹਾਂ ਉਹ ਕੈਮਰੇ ਨੂੰ ਵੇਖਦਾ, ਜਾਂ ਐਕਟਰ ਕਿਵੇਂ ਕਢਾਉਂਦਾ ਹੈ, ਜਾਂ ਕਾਇੰਡ ਆਫ ਉਹਦੀ ਅਸੀਂ ਬੈਠ ਕੇ ਇਕੱਠਿਆਂ ਨੇ ਸਕ੍ਰਿਪਟਿੰਗ ਕੀਤੀ ਸੀ ਛੋਟੇ ਜਿਹੇ ਸੌਂਗ ਦੀ, ਔਰ ਉਹ ਬਹੁਤ ਹੀ ਸੋਹਣਾ ਨਿਕਲਿਆ, ਸਾਰਿਆਂ ਨੂੰ ਬੜਾ ਚੰਗਾ ਲੱਗਿਆ। ਫਿਰ ਮੈਂ ਕਿਹਾ ਚਲੋ ਹੁਣ ਤੂੰ ਉਹ ਸਟੋਰੀਆਂ ਮੈਨੂੰ ਸੁਣਾਉਂਦਾ ਰਿਹਾ। ਅਸੀਂ ਉਸ ਤੋਂ ਇਲਾਵਾ ਵੀ ਪੰਜਾਬ ਦੇ ਤਕਰੀਬਨ ਸਾਰੇ ਰਾਈਟਰਸ, ਮੈਂ ਸਾਰਿਆਂ ਦੀ ਬਹੁਤ ਰਿਸਪੈਕਟ ਆ,
ਔਰ ਸਾਰੀਆਂ ਬਹੁਤ ਸੋਹਣੀਆਂ ਸਕ੍ਰਿਪਟਸ ਹੁੰਦੀਆਂ ਸੀ, ਪਰ ਮੈਨੂੰ ਲੱਗਦਾ ਸੀ ਕਿ ਮੇਰੇ ਲਈ ਬਿਫਿਟਿੰਗ ਇਹ ਆ, ਕਿਉਂਕਿ ਮੈਨੂੰ ਜਿੱਦਾਂ ਤੁਸੀਂ ਕਿਹਾ ਕਿ ਪੀਰੀਅਡ ਫਿਲਮ, ਮੈਨੂੰ ਲੱਗਦਾ ਕਿ ਯਾਰ ਇਹ ਪੀਰੀਅਡ ਫਿਲਮ ਹੀ ਕਰਨਗੇ, ਨੋ ਆਈ ਐਮ ਡਨ ਵਿਦ ਪੀਰੀਅਡ, ਮੈਨੂੰ ਹੁਣ ਕੰਟੈਂਪਰੇਰੀ ਸਿਨੇਮਾ ਕਰਨਾ, ਪਰ ਥੋੜ੍ਹਾ ਜਿਹਾ ਪੈਰਲਲ ਹੋਣਾ ਚਾਹੀਦਾ, ਥੋੜ੍ਹਾ ਜਿਹਾ ਕੁਛ ਐਲੀਮੈਂਟ ਐਡ ਹੋਣਾ ਚਾਹੀਦਾ ਉਹਦੇ ਵਿੱਚ। ਸੋ ਉਹ ਮਿਹਨਤ ਕਰਦੇ ਰਹੇ ਹੌਲੀ ਹੌਲੀ, ਫਾਈਨਲੀ ਇਹ ਸਕ੍ਰਿਪਟ ਜਾਂ ਇਹ ਟਾਈਮ ਲਾਈਨ ਇੱਕ ਸਟੋਰੀ ਦੀ ਆਈ, ਮੈਂ ਕਿਹਾ ਦਿਸ ਇਜ਼ ਦਾ ਥਿੰਗ ਦੈਟ ਵੀ ਸ਼ੁੱਡ ਪ੍ਰੋਸੀਡ। ਅਤੇ ਫਿਰ ਉਹਦੇ ਵਿੱਚ ਅਸੀਂ ਬੈਠੇ ਇਕੱਠੀਆਂ, ਡਿਸਕਸ਼ਨਸ ਹੋਈਆਂ, ਕੁਛ ਅਮੈਂਡਮੈਂਟਸ ਹੋਈਆਂ, ਕੁਛ ਨਾ ਕੁਛ ਆਲਟਰੇਸ਼ਨ ਹੋਈਆਂ, ਕਰੈਕਟਰਾਈਜੇਸ਼ਨ ਦੀ ਪੋਲਿਸ਼ਿੰਗ ਹੋਈ, ਡਾਇਲੋਗ ਰਾਈਟਿੰਗ ਦੇ ਵਿੱਚ ਮੇਰੀ ਜਿੰਨੀ ਹਮਾਇਤ ਚਾਹੀਦੀ ਸੀ ਮੈਂ ਉਹਨਾਂ ਨੂੰ ਦਿੱਤੀ। ਸੋ ਯਾ, ਦੈਨ ਵੀ ਡਿਸਾਈਡਡ ਟੂ ਸ਼ੂਟ। ਜੀ, ਜਿਵੇਂ ਸਰਤਾਜ ਜੀ ਅੱਜ ਕੱਲ੍ਹ ਚੱਲ ਰਹੇ ਨੇ ਬੜੇ ਕੜਕ ਧੜਕ ਵਾਲੇ ਸੌਂਗ, ਬਹੁਤ ਚੱਲਦੇ ਨੇ ਆਪਾਂ ਦੇਖਦੇ ਹਾਂ, ਕੰਟਰੋਵਰਸੀ ਵੀ ਬਹੁਤ ਉਹਨਾਂ ਚੀਜ਼ਾਂ 'ਚ ਹੁੰਦੀ, ਕਿ ਤੁਸੀਂ ਆਪਣੇ ਆਪ ਨੂੰ ਫਿਰ ਵੀ ਸੂਫੀਆਨਾ ਔਰ ਸ਼ਾਇਰਾਨਾ ਅੰਦਾਜ਼ ਦੇ ਵਿੱਚ ਸਟੈਬਲਿਸ਼ ਕੀਤਾ, ਕਿ ਤੁਹਾਨੂੰ ਨਹੀਂ ਕਦੇ ਦਿਮਾਗ 'ਚ ਆਇਆ ਕਿ ਮੈਨੂੰ ਵੀ ਕੁਛ ਇੱਦਾਂ ਦਾ ਕਰਨਾ ਚਾਹੀਦਾ ਜਿਹਦੇ ਨਾਲ ਮੈਂ ਵੀ ਟਾਈਮ ਲਾਈਨ 'ਚ ਆਵਾਂ, ਰੋਜ਼ ਖਬਰਾਂ 'ਚ ਆਇਆ ਕਰਾਂ, ਔਰ ਮੇਰੇ ਨਾਲ ਵੀ ਕੁਛ ਇੱਦਾਂ ਦਾ ਕੰਟਰੋਵਰਸੀ ਹੋਵੇ ਔਰ ਮੈਂ ਲੋਕਾਂ 'ਚ ਹੋਰ ਵੀ ਜ਼ਿਆਦਾ ਉੱਭਰ ਕੇ ਆਵਾਂ ਔਰ ਦੇਖਾਂ। ਕੀ ਸਵਾਲ ਕੀ ਸੀ ਤੁਹਾਡਾ? ਮੇਰਾ ਜੀ ਨਹੀਂ ਕੀਤਾ ਇਸ ਤਰ੍ਹਾਂ? ਹਾਂ। ਅੱਛਾ, ਦੇਖੋ, ਬੰਦੇ ਨੂੰ ਵੈਸੇ ਆਪਣਾ ਪਤਾ ਹੀ ਹੁੰਦਾ ਤਕਰੀਬਨ ਕਿ ਮੈਂ ਕੀ ਬੈਟਰ ਕਰ ਸਕਦਾ। ਮੈਨੂੰ ਲੱਗਦਾ ਕਿ ਮੈਂ ਇਹ ਬੈਟਰ ਕਰ ਸਕਦਾ, ਜੇ ਮੈਂ ਉਹ ਟਰਾਈ ਵੀ ਕਰੂੰਗਾ ਤਾਂ ਮੈਂ ਉਨਾ ਵਧੀਆ ਨਹੀਂ ਕਰ ਸਕਦਾ ਜਿੰਨੇ ਵਧੀਆ ਹੋਰ ਲੋਕ ਉਹਨੂੰ ਕਰ ਰਹੇ ਨੇ, ਜ਼ਾਹਿਰ ਜੀ ਗੱਲ ਆ। ਸੋ ਇਸ ਕਰਕੇ ਪਹਿਲਾਂ ਤਾਂ ਇਹੀ ਡਿਸੀਜ਼ਨ ਸੀਗਾ ਕਿ ਡੂ ਵਟ ਯੂ ਥਿੰਕ ਯੂ ਕੈਨ ਡੂ ਦਾ ਬੈਸਟ, ਜਿਹੜੀ ਚੀਜ਼ ਤੁਸੀਂ ਬਿਹਤਰ ਕਰ ਸਕਦੇ ਹੋ ਉਹ ਕਰਨੀ ਚਾਹੀਦੀ ਹੈ, ਬਸ਼ਰਤੇ ਕਿ ਜਿਹੜੀ ਚੀਜ਼ ਦੀ ਜ਼ਰੂਰਤ ਹੈ ਜਾਂ ਜਿਹੜੀ ਚੀਜ਼ ਹੋਰ ਕਰਦੇ ਆ ਉਹ ਕਰੋ। ਇਹ ਇੱਕ ਮੇਰਾ ਆਪਣਾ ਨਜ਼ਰੀਆ ਹੈ ਕੰਮ ਕਰਨ ਦਾ। ਦੂਸਰਾ, ਮੈਨੂੰ ਕਦੀ ਕਿਸੇ ਨੇ ਪ੍ਰੈਸ਼ਰਾਈਜ਼ ਕੀਤਾ ਨਹੀਂ, ਜਿਵੇਂ ਤੁਹਾਨੂੰ ਲੱਗਦਾ ਹਰ ਇੱਕ ਬੰਦੇ ਦੀ ਇੱਕ ਬਣ ਜਾਂਦੀ ਹੈ ਇਮੇਜ, ਹੈ ਨਾ, ਇੱਕ ਡੈਕਡ ਹੋ ਗਿਆ ਸਾਨੂੰ ਇੰਡਸਟਰੀ 'ਚ, ਹਰ ਬੰਦੇ ਨੂੰ ਪਤਾ ਕਿ ਯਾਰ ਅੱਛਾ ਜੀ ਵੱਧ ਤੋਂ ਵੱਧ ਇਹ ਕਰਨਗੇ ਇਹਨਾਂ ਦੀ ਇਹ, ਜਿੱਦਾਂ ਅਦਿਤੀ ਨੇ ਕਿਹਾ ਕਿ ਪਤਾ ਸੀਗਾ ਇਹਨਾਂ ਨੂੰ ਵੀ, ਹਾਲਾਂਕਿ ਇਹ ਬੰਬੇ ਰਹਿੰਦੇ ਸੀ, ਅਸੀਂ ਪਹਿਲੀ ਵਾਰੀ ਮਿਲੇ ਹਾਂ, ਈਵਨ ਦੋ ਸ਼ੀ ਨਿਊ ਦੈਟ ਵਟ ਕਾਇੰਡ ਆਫ ਪਰਸਨ ਹੀ ਇਜ਼। ਸੋ ਉਹ ਤੁਹਾਡੀ ਕਿਤੇ ਨਾ ਕਿਤੇ ਇਮੇਜ ਚਲੇ ਜਾਂਦੀ ਹੈ, ਜੇ ਤੁਸੀਂ ਉਹਨੂੰ ਡਿਸਟੋਰਟ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਉਹਦੇ ਨੁਕਸਾਨ ਹੀ ਹੋਣਗੇ, ਫਾਇਦੇ ਮੇਰੇ ਖਿਆਲ ਨਹੀਂ ਹੋਣਗੇ। ਜਿਹੜੀ ਲਾਈਮਲਾਈਟ ਜਾਂ ਤੁਸੀਂ ਕਿਹਾ ਕੰਟਰੋਵਰਸੀਜ਼, ਉਹ ਮੇਰਾ ਵੈਸੇ ਨੇਚਰ ਨਹੀਂ ਹੈਗਾ, ਮੈਨੂੰ ਤਾਂ ਆਰਟਿਸਟਿਕ ਸੈਟਿਸਫੈਕਸ਼ਨ ਤੋਂ ਇਲਾਵਾ ਹੋਰ ਕਿਸੇ ਚੀਜ਼ ਦੀ ਪ੍ਰਾਇੋਰਟੀ ਨਹੀਂ ਹੈ। ਫਾਈਨੈਂਸਿਸ ਨੈਵਰ, ਫੇਮ ਨੈਵਰ, ਬਟ ਇਫ ਆਈ ਐਮ ਵੈਰੀ ਮੱਚ ਸੈਟਿਸਫਾਈਡ ਵਿਦ ਮਾਈ ਕ੍ਰੀਏਟਿਡ ਥਿੰਗ, ਫਸਟ ਕਰੋ ਮੈਂ ਕੋਈ ਗੀਤ ਬਣਾਇਆ, ਇੱਕੋ ਮਿੱਕੇ ਸੀਗਾ, ਅਤੇ ਮੈਂ ਫੋਨ 'ਤੇ, ਕਿਉਂਕਿ ਸਾਡਾ ਬੀਟ ਨੇ ਮਿਊਜ਼ਿਕ ਕੀਤਾ ਅਤੇ ਉਹ UK ਗਿਆ ਹੋਇਆ ਸੀ ਉਹਦੇ ਕਰਨ ਨੂੰ, ਅਤੇ ਮੈਂ ਕਹਿੰਦਾ ਨਹੀਂ ਇਹ ਕੱਟਦੇ ਇਹ ਕਰਦੇ, ਕਿਉਂਕਿ ਕ੍ਰੀਏਟਿਵ ਫਰੀਡਮ ਜਿੱਥੇ ਹੋਵੇ ਨਾ ਤੁਹਾਡੀ, ਤੁਸੀਂ ਉਹਨਾਂ ਲੋਕਾਂ ਨਾਲ ਕੰਮ ਕਰਦੇ ਹੋ, ਸਪੈਸ਼ਲੀ ਮੈਂ, ਜਿਹੜੇ ਲੋਕਾਂ ਦੇ ਨਾਲ ਤੁਹਾਡੀ ਟਿਊਨਿੰਗ ਆ, ਜਿਹੜੇ ਤੁਹਾਨੂੰ ਸਮਝਦੇ, ਜਿਹਨਾਂ ਨੂੰ ਤੁਸੀਂ ਸਮਝਦੇ ਹੋ, ਜਿਹੜੀ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਇੱਕ ਚੀਜ਼ ਬਣਦੀ ਹੈ। ਸੋ ਮੇਰੀ ਸੈਟਿਸਫੈਕਸ਼ਨ ਅਤੇ ਹੈਪੀਨੈਸ ਅਤੇ ਕੰਟੈਂਟਮੈਂਟ, ਸਾਰੀਆਂ ਚੀਜ਼ਾਂ ਜਿਹੜੀਆਂ ਉਹ ਮੇਰੇ ਆਰਟ 'ਤੇ ਖੜੀਆਂ ਨੇ ਉਹਦੇ ਆਲੇ ਦੁਆਲੇ, ਬਾਕੀ ਚੀਜ਼ਾਂ ਮੈਨੂੰ ਇੰਨੇ ਜ਼ਿਆਦਾ ਮੈਟਰ ਨਹੀਂ ਕਰਦੀਆਂ। ਜੀ, ਜਿਵੇਂ ਤੁਸੀਂ ਆਪਣੇ ਨੇਚਰ ਦੀ ਗੱਲ ਕੀਤੀ ਕਿ ਤੁਸੀਂ ਬਹੁਤ ਸ਼ਾਂਤ ਸੁਭਾਅ ਦੇ ਹੋ, ਕਿ ਤੁਸੀਂ ਬਚਪਨ ਤੋਂ ਹੀ ਇੱਦਾਂ ਦੇ ਹੋ ਜਾਂ ਫਿਰ ਪੜ੍ਹਦੇ ਕੰਮ ਕਰਦੇ ਆਪਣੇ ਆਪ ਨੂੰ ਉਦਾਂ ਦਾ ਬਣਾ ਲਿਆ ਤੁਸੀਂ? ਹੋ ਗਏ ਹੈ ਨਾ, PhD ਕਰਕੇ ਹੋ ਗਏ, ਕਿਉਂਕਿ TV 'ਚ ਦੇਖਣ ਨੂੰ ਲੱਗਦਾ ਕਿ ਨਹੀਂ ਬਹੁਤ ਸ਼ਾਂਤ ਹੈ, ਬਹੁਤ ਮਤਲਬ ਕਦੀ ਲੜਾਈ ਝਗੜਾ ਕੀਤੀ ਨਹੀਂ, ਕਦੀ ਮਸਤੀ ਵੀ ਨਹੀਂ ਕੀਤੀ। ਨਹੀਂ ਮਸਤੀ ਕਰਦੇ ਨੇ ਹਾਂ, ਧੀਰੇ ਧੀਰੇ। ਹਾਂ, ਪਬਲਿਕ ਨੂੰ ਇਹ ਲੱਗਦਾ ਨਾ ਕਿ ਉਦਾਂ ਦਾ ਤੁਸੀਂ ਦੇਖਦੇ ਹੋ। ਨਹੀਂ, ਇੱਕ ਜਨਰਲ ਹਿਊਮਨ ਦੀਆਂ ਜਿਹੜੀਆਂ ਵੀ ਟੈਂਡੈਂਸੀਜ਼ ਹੁੰਦੀਆਂ ਉਹ ਹੀ ਆ, ਮਤਲਬ ਮੈਂ ਕੋਈ ਇਸ ਤਰ੍ਹਾਂ ਨਹੀਂ ਹੈਗਾ, ਕੋਈ ਮਤਲਬ ਫਕੀਰਾਨਾ ਤਬੀਅਤ ਕਹਿ ਲਓ ਜਾਂ ਬਹੁਤ ਹੀ ਇਵੋਕ ਪਰਸਨ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਜਿੰਨੀਆਂ ਵੀ ਜਿਹੜੀਆਂ ਹਰ ਇੱਕ ਬੰਦੇ ਨੂੰ ਚੀਜ਼ਾਂ ਚੰਗੀਆਂ ਲੱਗਦੀਆਂ ਮੈਨੂੰ ਉਹੀ ਲੱਗਦੀਆਂ ਨੇ, ਸਾਰੇ ਤੁਹਾਡੇ ਦੋਸਤ ਹੁੰਦੇ ਨੇ, ਤੁਸੀਂ ਹੱਸਦੇ ਗਾਉਂਦੇ ਹੋ, ਨੱਚਦੇ ਹੋ, ਮੈਂ ਵੀਡੀਓਜ਼ 'ਚ ਵੀ ਡਾਂਸ ਕਰਦਾ ਹਾਂ, ਔਰ ਹਾਂ, ਅਤੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਸਾਡਾ ਪ੍ਰੋਮੋਸ਼ਨਲ ਸੌਂਗ ਵੀ ਇਟਸ ਵੈਰੀ ਡਿਫਰੈਂਟ ਦੈਨ ਉਹ ਵਾਲੇ, ਆਪਾਂ ਦੱਸਣਾ ਨਹੀਂ ਨਾ ਜਿਵੇਂ ਅਦਿਤੀ ਨੇ ਤੁਹਾਨੂੰ ਦੱਸਿਆ ਕਿ ਮੇਰੀ ਥੋੜੀ ਫਿਤਰਤ ਇਹੋ ਜਿਹੀ ਆ ਕਿ ਤੁਸੀਂ ਇੱਕ ਤਾਂ ਕਿਸੇ ਨਾਲ ਮੈਕਸ ਕਿਸੇ ਵੀ ਐਕਸਟੈਂਡ ਤੇ ਕੀ ਕਹਿੰਦੇ ਨੇ ਰੂਡ ਨਹੀਂ ਹੋ ਸਕਦਾ ਕਿਸੇ ਨਾਲ, ਹਨਾ, ਕਿ ਅੱਛਾ ਯਾਰ ਕਿਸੇ ਨੂੰ ਬਲੰਟਲੀ ਕਹਿਣਾ ਵਟਐਵਰ, ਸੋ ਉਹ ਮੇਰੇ ਤੋਂ ਨਹੀਂ ਕਿਹਾ ਜਾਂਦਾ, ਇਹ ਮੇਰੀ ਆਵਾਜ਼ 'ਚ ਵੀ ਤੁਸੀਂ ਕਦੀ ਨਹੀਂ ਬੋਲਿਆ। ਹਾਂ, ਜੇ ਕਿਸੇ ਦੇ ਗੁੱਸਾ ਵੀ ਆ ਗਿਆ ਮੈਂ ਸੋਚ ਲੈਣਾ ਯਾਰ ਕਿ ਅੱਛਾ ਯਾਰ ਪਹਿਲਾਂ ਦੇ ਸਰਕਮਸਟਾਂਸਸ ਦੇਖ ਲੈ ਕਿਉਂ, ਹਨਾ, ਇਹ ਮੇਰੇ ਨਾਲ ਇਸ ਤਰ੍ਹਾਂ ਕਿਉਂ ਕਰ ਰਿਹਾ ਜਾਂ ਮੈਂ ਕਿਉਂ ਕਰ ਰਿਹਾ। ਸੋ ਥੋੜ੍ਹਾ ਜਿਹਾ ਜੇ ਤੁਸੀਂ ਬੈਕਫੁੱਟ 'ਤੇ ਹੋਗੇ, 3 ਸੈਕਿੰਡਸ ਦੀ ਗੱਲ ਹੁੰਦੀ ਜਦੋਂ ਤੁਹਾਨੂੰ ਗੁੱਸਾ ਆਉਂਦਾ, ਇਫ ਯੂ ਹੋਲਡ ਦ ਐਂਗਰ ਫੋਰ 3 ਸੈਕਿੰਡਸ ਦੈਨ ਯੂ ਵਿਲ ਮੈਨੇਜ ਇਟ। ਤੁਹਾਨੂੰ ਫਿਰ ਗਾਂਧੀ ਜੀ ਤਾਂ ਨਹੀਂ ਕਹਿੰਦੇ ਲੋਕ, ਕਿੰਨੇ ਸ਼ਾਂਤ ਸੁਭਾਅ ਦੇ ਵਿੱਚ ਜੋ ਲੜਨੇ ਵਾਲਾ ਸੀਨ ਕੀਤਾ ਹੈ ਸੀ, ਤਾਂ ਉਸ ਤੋਂ ਜ਼ਿਆਦਾ ਲਾਊਡ ਆਈ ਡੋਨਟ ਥਿੰਕ। ਤੁਹਾਨੂੰ ਕੀ ਲੱਗਦਾ ਹੈ? ਮੈਨੂੰ ਇਹ ਲੱਗਦਾ ਕਿ ਜਿਹੜਾ ਤੁਸੀਂ ਸੀਨ ਦਾ ਜ਼ਿਕਰ ਕਰ ਰਹੇ ਹੋ ਬਬੀਤਾ, ਇਹ ਥੋੜਾ ਜਿਹਾ ਜੇ ਤੁਸੀਂ ਦਿਖਾ ਦਿਓ ਆਡੀਅੰਸ। ਓ ਨਾ, ਵਾਈ ਕਰ ਕੀ ਹੈ ਮਤਲਬ,
ਇੰਸਟੈਂਟਲੀ ਹੋ ਸਕਦਾ ਜੇਕਰ ਤੁਸੀਂ ਫਿਲਮ ਦੇ ਵਿੱਚ ਕੀਤਾ ਔਰ ਸਾਨੂੰ ਸਰਤਾਜ ਬਕਾਇਦਾ ਦੇਖਣ ਨੂੰ ਮਿਲੇਗਾ ਕਿ ਹਾਂ ਉਹ ਟਰ ਜਾਂਦਾ ਹੈ ਉਹ ਤੇ ਪਾਣੀ ਆ ਉਹਨੂੰ ਜਿਸ ਰੰਗ ਚ ਪਾਓ ਉਸ ਰੰਗ ਦਾ ਹੋ ਜਾਂਦਾ ਉਹਦੇ ਲਈ ਤਾਂ ਪ੍ਰੋਪਰ ਆਲਮ ਫਿਰ ਚਾਹੀਦਾ ਨਾ ਕ੍ਰੀਏਟ ਤੁਸੀਂ ਫਿਰ ਮੈਥਡ ਐਕਟਰ ਬਣਦੇ ਨਾ ਚਲੋ ਮੰਨ ਲੈਨੇ ਉਹ ਡਾਇਲੌਗ ਨਹੀਂ ਜਾਂ ਫਿਲਮ ਦਾ ਕੋਈ ਹੋਰ ਡਾਇਲੌਗ ਹੋਏ ਜਿਹੜਾ ਤੁਸੀਂ ਆਡੀਅੰਸ ਲਈ ਲਾਈਵ ਇੱਥੇ ਕਰ ਸਕੋ ਵਿਚ ਵਨ ਮੈਂ ਤਾਂ ਆਪਣਾ ਯਾਦ ਆ ਤੁਹਾਡਾ ਬਸ ਆਪਣਾ ਬੋਲ ਦੋ ਮੈਂ ਕੁਝ ਵੀ ਅੱਗੇ ਬਣਾ ਦੂੰਗਾ ਅੱਛਾ ਜਿਹੜਾ ਸਾਡਾ ਟ੍ਰੇਲਰ ਚ ਆਂਦਾ ਹੈ ਨਾ ਵਿਚ ਵਨ ਟ੍ਰੇਲਰ ਕੇ ਸੌਂਗਸ ਨਹੀਂ ਟ੍ਰੇਲਰ ਓ ਸੌਰੀ ਸੌਂਗਸ ਹਾਂ ਓਕੇ ਆਉਸ ਇਟ ਮੇਰੇ ਤਾਂ ਡਾਇਲੌਗ ਹੈ ਨਹੀਂ ਮੈਂ ਐਕਸਪ੍ਰੈਸ਼ਨ ਹੀ ਦੇਣੀ ਆਈ ਵਿਲ ਡੂ ਦੈਟ ਕਾਫੀ ਲੈ ਕੇ ਆਏ ਨਾ ਤੁਸੀਂ ਹਾਂ ਮੈਂ ਕੱਪ ਲੈ ਕੇ ਐਂਟਰ ਕਰਦਾ ਠੀਕ ਹੈ ਸੋ ਇਹ ਮੇਰੇ ਘਰ ਆਈ ਹੋਈ ਹੈ ਮੈਂ ਕਾਫੀ ਦੇਰ ਤੋਂ ਤਾਂ ਫੋਨ ਨਹੀਂ ਚੱਕ ਰਿਹਾ ਅੱਛਾ ਤੇ ਉਹਨੂੰ ਲੱਗਿਆ ਕਿ ਪਤਾ ਨਹੀਂ ਕੀ ਪ੍ਰੋਬਲਮ ਹੈ ਸੋ ਦੈਨ ਮੈਨੂੰ ਇਸ ਗੱਲ ਕਿ ਚਲੋ ਛੱਡੋ ਯਾਰ ਇਹਨਾਂ ਗੱਲ ਤਾਂ ਬਣਨੀ ਨਹੀਂ ਇਹਨੇ ਤਾਂ ਬਾਹਰ ਪੜ੍ਹਨ ਪੁੜਨ ਜਾਣਾ ਦਿਸ ਐਂਡ ਦੈਟ ਸੋ ਮੈਂ ਬਹੁਤ ਹੀ ਡਿਸਹਰਟਨ ਕਾਈਂਡ ਆਫ ਆਫ ਮੂਡ 'ਚ ਅਤੇ ਸਡਨਲੀ ਸ਼ੀ ਸੈਡ ਐਕਸ਼ਨ ਨਿਹਾਲ ਨਿਹਾਲ ਮੈਨੂੰ ਲੱਗਦਾ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ ਥੋੜੇ ਦਿਨ ਪਹਿਲਾਂ ਨਾ ਬਬੀਤਾ ਨੇ ਤੁਹਾਡੇ ਨਾਲ ਕੰਟਰੋਵਰਸੀ ਦਾ ਇੱਕ ਜ਼ਿਕਰ ਕੀਤਾ ਤੁਸੀਂ ਕਿਹਾ ਮੈਂ ਸ਼ਾਂਤ ਸੁਭਾਅ ਦਾ ਪਰ ਅਕਸਰ ਅੱਜ ਕੱਲ੍ਹ ਇਹ ਦੇਖਿਆ ਜਾ ਰਿਹਾ ਕਿ ਪੰਜਾਬੀ ਜੇਕਰ ਇੰਡਸਟਰੀ ਦੀ ਗੱਲ ਕਰੀਏ ਕੋਈ ਬਹੁਤ ਸਿਆਣਾ ਵੀ ਜੇਕਰ ਹੈਗਾ ਜਾਂ ਕੋਈ ਨਵਾਂ ਸਿੰਗਰ ਹੈਗਾ ਉਹ ਆਪਸ ਦੇ ਵਿੱਚ ਬਿਆਨਬਾਜ਼ੀ ਕਰਦੇ ਨੇ ਉਹ ਕੰਟਰੋਵਰਸੀ ਬਣ ਜਾਂਦੀ ਹੈ ਉਹ ਕੰਟਰੋਵਰਸੀ ਮੈਂ ਕਹਿੰਦਾ ਉਹਨਾਂ ਤੱਕ ਤਾਂ ਇੱਕ ਸੀਮਤ ਰਹਿੰਦੀ ਆ ਪਰ ਆਡੀਅੰਸ ਜੋ ਹੈ ਉਹਨਾਂ ਦੀ ਫੈਨ ਫੋਲੋਇੰਗ ਆ ਉਹ ਆਪਸ 'ਚ ਲੜ ਲੜ ਮਰੀ ਜਾ ਰਹੀ ਇਹ ਕਿੰਨਾ ਕੁ ਮੁਨਾਸਿਬ ਸਮਝ ਹੋਰ ਵਧਾ ਦਿੰਦੀ ਹੈ ਕੰਟਰੋਵਰਸੀ ਨੂੰ ਕਹਿ ਦੋ ਕਿ ਅੱਗ ਦੇ ਵਿੱਚ ਨਾ ਉਹ ਤੇਲ ਦਾ ਕੰਮ ਕਰ ਦਿੰਦੀ ਹੈ ਜੀ ਖਾਸ ਕਰਕੇ ਆਡੀਅੰਸ ਹਾਂ ਹੋ ਸਕਦਾ ਕਿ ਜਿਹੜੇ ਸਿੰਗਰਸ ਆਪਸ ਦੇ ਵਿੱਚ ਜਦ ਮਿਲਦੇ ਹੋਣ ਤਾਂ ਉਹ ਕੰਟਰੋਵਰਸੀ ਨਾ ਕਰਦੇ ਹੋਣ ਨਾ ਉਹਨਾਂ ਦੀ ਲੜਾਈ ਹੋਵੇ ਸੋਸ਼ਲ ਮੀਡੀਆ ਦਾ ਪ੍ਰੋਬਲਮ ਹੈ ਦੇਖੋ ਮੈਨੂੰ ਇਹ ਲੱਗਦਾ ਕਿ ਜੇਕਰ ਤੁਸੀਂ ਆਰਟਿਸਟ ਹੋ ਇਫ ਯੂ ਕੰਸਿਡਰ ਯੂਰਸੈਲਫ ਐਜ਼ ਐਨ ਆਰਟਿਸਟ ਦੈਨ ਯੂ ਸ਼ੁੱਡ ਫੋਕਸ ਐਂਡ ਚੈਰਿਸ਼ ਐਂਡ ਪੋਲਿਸ਼ ਯੂਅਰ ਆਰਟ ਓਨਲੀ ਫਰਜ਼ ਕਰੋ ਜੇ ਮੈਨੂੰ ਲੋਕ ਗਵੱਈਆ ਜਾਂ ਸ਼ਾਇਰ ਜਾਂ ਐਕਟਰ ਸਮਝਦੇ ਆ ਆਈ ਵਿਲ ਪ੍ਰੈਫਰ ਕਿ ਮੇਰੀ ਐਕਟਿੰਗ ਜਿਹੜੀ ਆ ਬਹੁਤ ਰਿਫਾਈਨਡ ਹੋਵੇ ਮੇਰੀ ਸ਼ਾਇਰੀ ਜਿਹੜੀ ਆ ਬਹੁਤ ਅਸਰਦਾਰ ਹੋਵੇ ਤੁਹਾਡੀ ਗਾਇਕੀ ਜਿਹੜੀ ਆ ਉਹ ਬੋਲੇ ਜਦੋਂ ਇਹ ਚੀਜ਼ਾਂ ਬੋਲਣਗੀਆਂ ਨਾ ਜਿਵੇਂ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਇਹਦੀ ਪ੍ਰਸਿਸਟੈਂਸੀ ਲੌਂਗਜੀਵਿਟੀ ਜ਼ਿਆਦਾ ਆ ਜਦੋਂ ਤੁਸੀਂ ਕੰਟਰੋਵਰਸੀ ਨਾਲ ਥੋੜ੍ਹਾ ਜਿਹਾ ਗਲੋਰੀ ਜਾਂ ਫੇਮ ਗੇਨ ਦੀ ਕਰਨ ਦੀ ਕੋਸ਼ਿਸ਼ ਕਰਦੇ ਹੋ ਨਾ ਦੈਟ ਇਜ਼ ਸੋ ਲਿਮਿਟਿਡ ਫੋਰ ਫਿਊ ਡੇਜ਼ ਈਵਨ ਚਲੋ ਵੀਕਸ ਹੋਣਗੇ ਉਸ ਵਾਰ ਫਿਰ ਤੁਹਾਨੂੰ ਇੱਕ ਹੋਰ ਕੰਟਰੋਵਰਸੀ ਕਰਨੀ ਪੈਗੀ ਅਦਰਵਾਇਜ਼ ਯੂ ਵਿਲ ਬੀ ਵੈਨਿਸ਼ਡ ਮੇਰਾ ਸਵਾਲ ਸਰ ਤਾਂ ਐਕਚੁਅਲ ਚ ਉਹੀ ਹੈ ਕਿ ਕਿੰਨਾ ਕੁ ਮੁਨਾਸਿਬ ਹੈ ਮੁਨਾਸਿਬ ਨਹੀਂ ਇਹ ਤੁਹਾਡੀ ਮਾਈਂਡ ਸੈਟ ਆ ਸਰ ਜਿਨ੍ਹਾਂ ਨੂੰ ਲੱਗਦਾ ਕਿ ਯਾਰ ਕੰਟਰੋਵਰਸੀ ਨਾਲ ਈਜ਼ੀਲੀ ਸਰਦਾ ਆ ਕਿੱਥੇ ਗਾਣੇ ਬਣਾਵਾਂਗੇ ਕਿਹੜੀ ਚੀਜ਼ ਪਾਲਿਸ਼ ਕਰਾਂਗੇ ਕਿੱਥੋਂ ਸ਼ਾਇਰੀ ਲਿਆਵਾਂਗੇ ਇਹਦੇ ਨਾਲ ਹੀ ਤੁਸੀਂ ਫੇਮ ਹਾਸਲ ਕਰ ਲਓਗੇ ਜੇ ਹਾਸਲ ਹੁੰਦਾ ਹੈ ਤੇ ਆ ਦੈਟ ਇਜ਼ ਸ਼ੋਰਟ ਤੁਸੀਂ ਗੱਲ ਕਰਦੇ ਹੋ ਅੱਜ ਕੱਲ ਤੇ ਗਾਣੇ ਹੀ ਇੱਕ ਦੂਜੇ ਨੂੰ ਰਿਪਲਾਈ ਕਰਨ ਵਾਲੇ ਆ ਗਿਆ ਕਿ ਜੇ ਮੇਰੇ ਗਾਣੇ 'ਚ ਮੈਂ ਅਜਿਹੇ ਬੋਲ ਬੋਲੇ ਆ ਕਿ ਇਨਡਾਇਰੈਕਟਲੀ ਉਸ ਨੂੰ ਪਤਾ ਲੱਗ ਗਿਆ ਕਿ ਮੈਨੂੰ ਗੱਲ ਕੀਤੀ ਇਹਨੇ ਜਿਹੜੀ ਟਰੂ ਆਰਟ ਹੈ ਜਦੋਂ ਤੁਸੀਂ ਗੀਤ ਨੂੰ ਗੀਤ ਕਹਿੰਦੇ ਆ ਨਾ ਜੇ ਤੁਸੀਂ ਗੀਤ ਦੀ ਡਿਸਕ੍ਰਿਪਸ਼ਨ ਜਾਂ ਐਕਸਪਲੇਨੇਸ਼ਨ ਕਿਸੇ ਡਿਕਸ਼ਨਰੀ 'ਚ ਪੜੋ ਤੇ ਫਿਰ ਤੁਹਾਨੂੰ ਪਤਾ ਲੱਗਿਆ ਕਿ ਗੀਤ ਐਕਚੁਅਲ ਕੀ ਹੁੰਦਾ ਉਹਦੇ 'ਚ ਕਿਹੜੇ ਕਿਹੜੇ ਐਲੀਮੈਂਟ ਹੋਣੇ ਚਾਹੀਦੇ ਆ ਹਨਾ ਕਿ ਉਹਦੇ ਵਿੱਚ ਅਲੰਕਾਰ ਕੀ ਹੁੰਦੇ ਆ ਉਹਦੇ ਵਿੱਚ ਮੈਟਾਫਰ ਕਿਸ ਤਰ੍ਹਾਂ ਯੂਜ਼ ਹੁੰਦਾ ਉਹਦੇ ਵਿੱਚ ਕਾਫੀ ਰਦੀਫ ਕਿੱਦਾਂ ਜੋੜਦੇ ਉਹਦੀ ਛੰਦਬੰਦੀ ਵਿਧਾਨ ਸਾਰਾ ਕੁਝ ਜੋ ਕਿ ਅੱਜ ਦੇ ਸਿੰਗਰਸ ਨੂੰ ਐਸਾ ਕੁਝ ਨਹੀਂ ਪਤਾ ਫਿਲਟਰ ਤੇ ਚੱਲ ਜਾਂਦੇ ਨੇ ਜੀ ਸੋ ਇਸ ਕਰਕੇ ਮੈਂ ਤੁਹਾਨੂੰ ਕਹਿੰਦਾ ਮੈਂ ਇਹ 'ਚ ਮੈਂ ਇਹਨੂੰ ਗਲਤ ਨਹੀਂ ਕਹਿੰਦਾ ਜਿਸ ਬੰਦੇ ਕੋਲ ਜਿਸ ਚੀਜ਼ ਦੀ ਕੈਪੇਬਿਲਿਟੀ ਹੈ ਉਹ ਯੂਜ਼ ਕਰਦਾ ਉਹਨੂੰ ਕਰਨੀ ਚਾਹੀਦੀ ਹੈ ਉਹਨੂੰ ਲੱਗਦਾ ਕਿ ਜੇਕਰ ਮੇਰੀ ਇਹ ਚੀਜ਼ ਲੋਕਾਂ ਨੂੰ ਪਸੰਦ ਆਉਂਦੀ ਹੈ ਆਈ ਮਸਟ ਡੂ ਦਿਸ ਮੈਨੂੰ ਵੀ ਲੱਗਦਾ ਕਿ ਮੇਰੀ ਜਿਹੜੀ ਚੀਜ਼ ਲੋਕਾਂ ਨੂੰ ਚੰਗੀ ਲੱਗਦੀ ਹੈ ਆਈ ਐਮ ਡੂਇੰਗ ਦੈਟ ਸੋ ਇਟ ਇਜ਼ ਵੈਰੀ ਕਲੀਅਰ ਅਜੇ ਤੁਹਾਨੂੰ ਕਿਹੜਾ ਗੀਤ ਬਹੁਤ ਪਸੰਦ ਆ ਸਰਤਾਜ ਦਾ ਸਾਈ ਮੇਰੇ ਸਾਈ ਮੈਂ ਪਹਿਲੇ ਸੁਣਿਆ ਹੋਇਆ ਸੀ ਇਹਨਾਂ ਨੂੰ ਮਿਲਣ ਤੋਂ ਪਹਿਲਾਂ ਸਾਈ ਸਾਡੀ ਫਰਿਆਦ ਹਾਂਜੀ ਜੇ ਮੈਂ ਤੁਹਾਨੂੰ ਕਹਾਂ ਕਿ ਚਲੋ ਸਰਤਾਜ ਨੂੰ ਤਾਂ ਮੈਂ ਕਹਿੰਦਾ ਉਹ ਗਾ ਵੀ ਦੇਣਗੇ ਪਰ ਤੁਸੀਂ ਜੇਕਰ ਸੁਣਿਆ ਤੁਹਾਨੂੰ ਯਾਦ ਆਉਂਦੀਆਂ ਕੁਝ ਸਤਰਾਂ ਮੈਂ ਨਹੀਂ ਗਾ ਸਕਦੀ ਬਾਤ ਰੀਜ਼ਨ ਜ਼ਿਆਦਾ ਸੁਰੀਲਾ ਗਾਉਂਦੇ ਹੋ ਜ਼ਿਆਦਾ ਸੁਰੀਲਾ ਗਾਉਂਦੇ ਜੀ ਸਾਈ ਗੀਤ ਤੋਂ ਮੈਨੂੰ ਯਾਦ ਆਇਆ ਸਰਤਾਜ ਜੀ ਕਿਹੜੀ ਫਰਿਆਦ ਹੈ ਜਿਹੜੀ ਪੂਰੀ ਨਹੀਂ ਹੋਈ ਫਰਿਆਦ ਨਹੀਂ ਮੈਨੂੰ ਤਾਂ ਲੱਗਦਾ ਸਾਰੀਆਂ ਪੂਰੀਆਂ ਹੋ ਗਈਆਂ ਕਹਿੰਦੇ ਨੇ ਹਾਲੀਵੁੱਡ ਫਿਲਮ ਕਰਨੀ ਹੈ ਕਰ ਲਈ ਹਾਂ ਹੋਰ ਹਾਲੀਵੁੱਡ ਫਿਲਮ ਇਹਨਾਂ ਨੇ ਕਿਹਾ ਕਿ ਗਾਣਾ ਗਿਆ ਹਾਂ ਨਾ ਵੀ ਫੋਰ ਹਾਲੀਵੁੱਡ ਕੀਆ ਸੀਗਾ ਸਾ ਬੇਸਿਕਲੀ ਜਿਹੜੀਆਂ ਉਹਦੀ ਫਰਿਆਦਾਂ ਹੈਗੀਆਂ ਕਿ ਔਖੇ ਸੌਖੇ ਰਾਹਾਂ ਚੋਂ ਲੰਘਾਈ ਡਿੱਗੀਏ ਤਾਂ ਫੜ ਕੇ ਉਠਾਈ ਸੁਰਾਂ ਨੂੰ ਬਿਠਾ ਦੇ ਥਾਂ ਥਾਈ ਸਾਜ਼ ਰੁਸ ਗਏ ਤਾਂ ਮਨਾਈ ਨਹੀਂ ਇਹ ਤਾਂ ਤੁਸੀਂ ਗਾ ਕੇ ਸੁਣਾਓ ਗਾ ਕੇ ਸੁਣਾਓ ਬਹੁਤ ਬਹੁਤ ਹੀ ਖੂਬਸੂਰਤ ਸੌਂਗ ਹੈ ਸਾਈਂ ਵੇ ਸਾਡੀ ਫਰਿਆਦ ਤੇਰੇ ਤਾਈਂ
साई वे बाहों फड़ बेड़े बन्ने लाई साई वे मेरे नाल नाल तू भी गाई साई वे सुरानू बिठा दे थाओ थाई साई वे साज रुस गए ता मनाई साई वे ना नाल वाज भी रलाई साई वे कन्नी किसे गीत दी फड़ाई साई वे शब्दां दा साथ भी निभाई साई वे शायरी च असर वसाई साई वे थोड़ी बहुती अदा भी सिखाई साई वे सूफिया दे वांगरा नचाई साई वे नेरिया च पल्ले ना छुड़ाई साई वे अगे होके राह रोशनाई साई वे जिंदगी दे बोझ नू चुकाई साई वे सच्ची सरताज ही बनाई साई वे हुण इको मिके भी चलाई लाइव गा सकते हो लाइव उस नू चेंज भी गा सकते हो पर चेंज इस तरीके दे नाल करो कि गाने दे नाल मैच भी हो बिल्कुल इस नू कलाकारी असीं कह सकते हो और बकायदा थोड़े वास्ते मैं पर्सनली क्लैपिंग थैंक यू जी थैंक यू क्योंकि मैनू ये लगता है कि सरताज एक अजिहा सिंगर है जिसनू पंजाब दी ऑडियंस पसंद करे या ना करे बाद दी गल है ओवरसीज दे विच उसनू जरूर पसंद कीता जांदा जी हां जी ज्यादातर पहला तो मैं जदों पहली बारी कैनेडा टूर करके आया थे ज्यादातर लोगों नू ये लगता सीगा कि मैं कैनेडा दा ही हां उत्थे ही रहना वो तो आया इधर हां जी अच्छा इस फिल्म ਦੇ ਨਾਲ ਜੁੜਿਆ ਹੋਇਆ ਅਦੇਦੀ ਤੁਸੀਂ ਮੈਨੂੰ ਕੋਈ ਇਹੋ ਜਿਹਾ ਕਿੱਸਾ ਦੱਸੋ ਜਿਹੜਾ ਤੁਹਾਨੂੰ ਤਾਂ ਉਮਰ ਯਾਦ ਰਹੇਗਾ ਕਿ ਮੈਂ ਸਰਤਾਜ ਨਾਲ ਫਿਲਮ ਕੀਤੀ ਸੀਗੀ ਔਰ ਇੱਕ ਫਨੀ ਮੈਮਰੀ ਬਣ ਗਈ ਮੇਰੀ ਫਨੀ ਤੇ ਨਹੀਂ ਬਟ ਜਦੋਂ ਅਸੀਂ ਸ਼ੂਟ ਕਰ ਰਹੇ ਸੀ ਪੰਜਾਬ ਯੂਨੀਵਰਸਿਟੀ ਵਿੱਚ ਇਟ ਵਾਸ ਮਾਈ ਫਰਸਟ ਟਾਈਮ ਕਿ ਮੈਂ ਉਸ ਯੂਨੀਵਰਸਿਟੀ ਤੇ ਅੰਦਰ ਗਈ ਸੀ ਤੇ ਬੜੀ ਵਾਸਟ ਬਿਊਟੀਫੁਲ ਯੂਨੀਵਰਸਿਟੀ ਹੈ ਤੇ ਮੈਂ ਇੰਨੀ ਬੜੀ ਯੂਨੀਵਰਸਿਟੀ ਕਦੀ ਵੇਖੀ ਨਹੀਂ ਸੀ ਟੂ ਬੀ ਓਨੈਸਟ ਮੈਂ ਦਿੱਲੀ ਯੂਨੀਵਰਸਿਟੀ ਤੇ ਪੜ੍ਹੀ ਹਾਂ ਮੈਂ ਕਾਲਜ ਉੱਥੇ ਕੀਤਾ ਹੈ ਬਟ ਇੰਨਾ ਬੜਾ ਕੈਂਪਸ ਇੰਨਾ ਬਿਊਟੀਫੁਲ ਕੈਂਪਸ ਕਦੀ ਨਹੀਂ ਵੇਖਿਆ ਸੀ ਇੰਨਾ ਵੱਡਾ ਕੈਂਪਸ ਇੰਨਾ ਵੱਡਾ ਕੈਂਪਸ ਨਹੀਂ ਵੇਖਿਆ ਸੀ ਤੇ ਸਰਤਾਜ ਜੋ ਹੈ ਬ੍ਰਾਂਡ ਅੰਬੈਸਡਰ ਹੈਗੇ ਨੇ ਪੰਜਾਬ ਯੂਨੀਵਰਸਿਟੀ ਦੇ ਤੇ ਅਸੀਂ ਉਹ ਸੀਨ ਕਰ ਰਹੇ ਸੀ ਕੈਂਟੀਨ ਕੀ ਕਹਿੰਦੇ ਨੇ ਉਸ ਪਲੇਸ ਸਟੂਡੈਂਟ ਸੈਂਟਰ ਸਟੂਡੈਂਟ ਸੈਂਟਰ ਤੇ ਅਸੀਂ ਉਹ ਕਾਫੀ ਸਾਰੇ ਮੌਂਟਾਜਸ ਤੇ ਸੀਨ ਕਰ ਰਹੇ ਸੀ ਤੇ ਜਿਹੜਾ ਕਾਲਜ ਦਾ ਕਰਾਊਡ ਸੀ ਨਾ ਕਾਲਜ ਦੀ ਭੀੜ ਹਾਂ ਕਾਲਜ ਦੀ ਭੀੜ ਸੀ ਨਾ ਭੀੜ 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 ਪਾਣੀ ਪੱਬਾ ਭੀੜ ਭੀੜ ਮੈਂ ਤੁਹਾਨੂੰ ਸੁਣਾਣਾ ਤੁਸੀਂ ਸਰਤਾਜ ਤੋਂ ਵੀ ਸਿੱਖਣਾ ਭੀੜ ਯੂਨੀਵਰਸਿਟੀ ਦੇ ਅੰਦਰ ਆ ਕੇ ਸ਼ੂਟ ਕਰ ਰਹੇ ਐਵਰੀਬਡੀ ਵਾਜ ਹੈਲਪਿੰਗ ਸੋ ਇਟ ਵਾਜ ਅ ਡਿਫਰੈਂਟ ਇਨਵਾਇਰਮੈਂਟ ਇਟ ਵਾਜ ਸਮਥਿੰਗ ਇੰਨੇ ਸਾਰੇ ਸਟੂਡੈਂਟ ਸੀ ਇੰਨੀ ਸਾਰੀ ਪਾਸਿੰਗ ਹੋ ਰਹੀਆਂ ਤੇ ਰੀਅਲ ਸਟੂਡੈਂਟਸ ਹੈ ਨਹੀਂ ਤਾਂ ਜਨਰਲੀ ਕਰਾਊਡ ਫਿਤਰਤ ਹੁੰਦੀ ਹੈ ਕੰਟਰੀ ਵਾਈਜ਼ ਕਿਸੇ ਚੀਜ਼ ਦੀ ਜਿੱਦਾਂ ਤੁਸੀਂ ਨਾਰਵੇ ਕੰਟਰੀ ਦਾ ਜੇ ਨਾਮ ਲਓਗੇ ਨਾ ਤਾਂ ਤੁਹਾਨੂੰ ਵੈਸੇ ਇੱਕ ਫੀਲਿੰਗ ਆ ਜਾਏਗੀ ਅੱਛਾ ਨਾਰਵੇਜ਼ੀਅਨ ਲੋਕ ਠੀਕ ਹੈ ਜੀ ਹੈ ਨਾ ਬਹੁਤ ਹੀ ਉਹ ਜਿੱਥੇ ਮਤਲਬ ਕਿ 6 ਮਹੀਨੇ ਦਿਨ 6 ਮਹੀਨੇ ਰਾਤ ਰਹਿੰਦੀ ਉਹਨਾਂ ਦੀ ਫਿਤਰਤ ਉੱਦਾਂ ਹੋ ਜਾਂਦੀ ਹੈ ਜੇ ਤੁਸੀਂ ਹੁਣ ਇਟਾਲੀਅਨ ਲੋਕਾਂ ਨੂੰ ਦਸ ਇਮੈਜੀਨੇਸ਼ਨ ਕਰੋਗੇ ਅੱਛਾ ਥੋੜ੍ਹੇ ਜਿਹੇ ਐਗਰੈਸਿਵ ਥੋੜ੍ਹੇ ਜਿਹੇ ਸਟਾਈਲਿਸ਼ ਫੈਸ਼ਨੇਬਲ ਪੈਰਿਸ ਦੇ ਇਟਾਲੀਅਨ ਲੋਕ ਇਹੋ ਜਿਹੇ ਨੇ ਕੰਟਰੀ ਵਾਈਜ਼ ਇਸ ਤਰ੍ਹਾਂ ਹੁੰਦੇ ਲੋਕ ਸਾਡੇ ਪੰਜਾਬੀ ਜਿਹੜਾ ਸੂਬਾ ਹੈ ਇਹਦੇ ਵਿੱਚ ਸ਼ੁਰੂ ਤੋਂ ਹੀ ਜਿਹੜੀ ਹੈ ਨਾ ਇੱਕ ਐਲੀਮੈਂਟ ਹੈਗਾ ਐਨਰਜੀ ਦਾ ਫੋਰਚੂਨੇਟਲੀ ਅਸੀਂ ਵਾਈਬ੍ਰੈਂਟ ਹਾਂ ਮਤਲਬ
from the very beginning. Haan, larger than life. Hasna loud, khedna loud, jo bhi karna loud, ladna loud. Haan. So, is karke tabiyat ch hega, halaki jo Baba Varsha sahab varge log, Batalvi sahab varge log, ja hor cheeza ਇੱਥੇ ਹੀ ਪੈਦਾ ਹੋਈਆਂ ਨੇ ਮਤਲਬ ਤੁਹਾਨੂੰ ਹਾਂਜੀ ਸੁਣਨ ਵਾਲੇ ਜਿਹੜੇ ਲੋਕ ਨੇ ਉਹ ਵੱਖਰੇ ਹੀ ਨੇ ਉਹਨਾਂ ਦੀ ਕੈਟਾਗਰੀ ਹੀ ਵੱਖਰੀ ਹੈ ਹਾਂ ਪੰਜਾਬ ਦੇ ਵਿੱਚ ਮੇਜਰ ਫਿਤਰਤ ਜਿਹੜੀ ਆ ਉਹ ਥੋੜੀ ਜਿਹੀ ਅਗਰੈਸਿਵ ਹੈ ਇਸ ਕਰਕੇ ਜਿਹੜਾ ਵੀ ਬੰਦਾ ਥੋੜਾ ਜਿਹਾ ਲੈਸ ਅਗਰੈਸਿਵ ਜਾਂ ਥੋੜਾ ਪੋਇਟਿਕ ਜਾਂ ਪੋਇਜ਼ਡ ਹੋਏਗਾ ਜਾਂ ਜਿਹਨੂੰ ਕਹਿੰਦੇ ਕਿ ਉਹ ਹੋਊਗਾ ਨਾ ਉਹ ਤੇ ਆਬਵੀਅਸ ਆ ਕਿ ਉਹਨੂੰ ਸੁਣਨ ਵਾਲੇ ਲੋਕ ਇੰਨੇ ਜ਼ਿਆਦਾ ਨਹੀਂ ਹੋਣਗੇ ਜੀ ਜਿਵੇਂ ਮੈਂ ਲੁਧਿਆਣੇ ਮੈਰਿਜ ਵਿੱਚ ਗਈ ਸੀ ਬਹੁਤ ਵੱਡਾ ਫੰਕਸ਼ਨ ਸੀਗਾ ਸ਼ਾਇਦ ਤੁਹਾਨੂੰ ਯਾਦ ਹੋਵੇ ਉੱਥੇ ਤੁਸੀਂ ਵੀ ਆਏ ਸੀ ਔਰ ਗਿਟਾਰ ਵਜਾਉਣ ਵਾਲੀਆਂ ਕਾਫੀ ਖੂਬਸੂਰਤ ਲੜਕੀਆਂ ਵੀ ਸੀਗੀਆਂ ਉੱਥੇ ਮਤਲਬ ਮੈਂ ਉੱਥੇ ਨੋਟਿਸ ਕੀਤਾ ਕਿ ਖਿੱਚ ਦਾ ਕੇਂਦਰ ਤੁਸੀਂ ਨਹੀਂ ਸੀ ਅੱਛਾ ਠੀਕ ਹੈ ਉਹੀ ਗੱਲ ਉਹੀ ਗੱਲ ਹੋ ਗਈ ਨਾ ਕਿ ਲੋਕ ਤੁਹਾਨੂੰ ਸੁਣਨ ਵਾਲੇ ਅਲੱਗ ਨੇ ਉਹ ਅਲੱਗ ਕੈਟਾਗਰੀ ਇਸੇ ਕਰਕੇ ਅਸੀਂ ਤਾਂ ਜਿਹੜੇ ਸਾਡੇ ਪੰਜਾਬ ਚ ਵਿੱਚ ਤਾਂ ਬਹੁਤ ਰੇਅਰ ਕਨਸਰਟ ਹੁੰਦੇ ਆ ਸਾਡੇ ਕਰਦੇ ਆ ਜਿਹੜੇ ਹੁੰਦੇ ਉਹ ਟਿਕਟਡ ਹੁੰਦੇ ਆ ਸੋ ਟਿਕਟ ਲੈ ਕੇ ਉਹੀ ਬੰਦਾ ਆਉਂਦਾ ਜਿਹੜਾ ਟਰੂਲੀ ਤੁਹਾਨੂੰ ਐਕਚੁਅਲੀ ਐਡਮਾਇਰ ਵੀ ਕਰਦਾ ਤੇ ਸੁਣਨਾ ਵੀ ਚਾਹੁੰਦਾ ਸੋ ਪਬਲਿਕ ਫੰਕਸ਼ਨਸ ਦੇ ਵਿੱਚ ਅਸੀਂ ਬਹੁਤ ਰੇਅਰਲੀ ਪਰਫਾਰਮ ਕਰਦੇ ਹਾਂ ਇੱਥੇ ਇੰਡੀਆ ਦੇ ਵਿੱਚ ਕਿਤੇ ਵੀ ਸਾਡੇ ਅਸੀਂ ਓਪਨ ਸ਼ੋਸ ਕਦੀ ਹੁੰਦੇ ਨਹੀਂ ਆ ਕਈਆਂ ਨੂੰ ਇਹ ਖਦਸ਼ਾ ਵੀ ਆ ਜਾਂ ਦੁੱਖ ਵੀ ਆ ਕਿ ਯਾਰ ਤੁਸੀਂ ਸਾਡੇ ਲਈ ਵਿਦਆਊਟ ਟਿਕਟਿੰਗ ਵੀ ਸ਼ੋਅ ਕਰ ਲਿਆ ਕਰੋ ਹੁਣ ਰੀਸੈਂਟਲੀ ਅਸੀਂ ਦਿੱਲੀ ਸ੍ਰੀ ਫੋਰਟ ਆਡੀਟੋਰੀਅਮ ਜੈਮ ਪੈਕਡ ਟੋਟਲ ਮਤਲਬ ਇੱਕ ਵੀ ਸੀਟ ਖਾਲੀ ਨਹੀਂ ਸੀ ਅਤੇ ਹੁਣ ਸਾਡਾ ਲੁਧਿਆਣੇ ਆ 7th ਆਫ ਮਾਰਚ ਨੂੰ ਉਹ ਵੀ ਟਿਕਟਡ ਆ ਗੁਰੂ ਨਾਨਕ ਭਵਨ ਦੇ ਵਿੱਚ ਉਸ ਵਕਤ ਜੰਮੂ ਹੋਏਗਾ ਹਿਮਾਚਲ ਦੇ ਵਿੱਚ ਮਤਲਬ ਮੈਂ ਤਾਂ ਹੈਰਾਨ ਹਾਂ ਮੈਨੂੰ ਤਾਂ ਜਿੰਨਾ ਪੰਜਾਬ ਦੇ ਵਿੱਚ ਸਾਡੀ ਆਡੀਅੰਸ ਨਹੀਂ ਹੋਣੀ ਜਿੰਨੀ ਹਿਮਾਚਲ ਅਸੀਂ ਰੀਸੈਂਟਲੀ ਕਾਂਗੜਾ ਸ਼ੋਅ ਕੀਤਾ 100,000 ਤੋਂ ਵੱਧ ਲੋਕ ਸੀਗੇ ਉੱਥੇ ਐਂਡ ਦਾ ਇੰਟਾਇਰ ਕਰਾਊਡ ਵਾਸ ਸਿੰਗਿੰਗ ਅਲੌਂਗ ਹਾਂ ਸੋ ਬੜੀ ਹੈਰਾਨੀ ਹੁੰਦੀ ਹੈ ਇਸ ਤਰ੍ਹਾਂ ਜਿੰਨਾ ਕਿ ਮੈਨੂੰ ਯਾਦ ਹੈ ਸ਼ਾਇਦ ਕੈਲਕਟਾ ਦੇ ਵਿੱਚ ਵੀ ਲਾਸਟ ਈਅਰ ਤੁਹਾਡਾ ਇੱਕ ਸ਼ੋਅ ਸੀ ਹਾਂਜੀ ਹਾਂਜੀ ਕੈਲਕਟਾ ਉੱਥੇ ਵੀ ਕਾਫੀ ਲੋਕਾਂ ਨੇ ਇੰਜੋਏ ਕੀਤਾ ਔਰ ਸ਼੍ਰੇਣੀ ਯਾਨੀ ਕੈਟਾਗਰੀ ਦੀ ਜਿਵੇਂ ਇਹਨਾਂ ਨੇ ਗੱਲ ਕੈਲਕਟਾ ਤਾਂ ਚਲੋ ਆਬਵੀਅਸਲੀ ਜਿਹੜੇ ਪੰਜਾਬੀ ਹੀ ਆ ਨਾ ਉਹ ਬ੍ਰਿਟਿਸ਼ ਜਦੋਂ ਗਏ ਨਾ ਉਹ ਕੈਲਕਟਾ ਤੋਂ ਗਏ ਜਿਹੜੀ ਈਸਟ ਇੰਡੀਆ ਕੰਪਨੀ ਉੱਥੇ ਆਈ ਸੀ ਉੱਥੋਂ ਹੀ ਛੱਡ ਕੇ ਗਈ ਇਸ ਕਰਕੇ ਜ਼ਿਆਦਾਤਰ ਉਹਨਾਂ ਦੀ ਜਿਹੜੀ ਆ ਕੀ ਕਹਿੰਦੇ ਤੁਸੀਂ ਇਹਨੂੰ ਡਰਾਈਵਿੰਗ ਜਾਂ ਸਾਰਾ ਕੁਝ ਹੁੰਦਾ ਨਾ ਪੰਜਾਬੀ ਸਨ ਹਾਂ ਉਹ ਸਾਰੇ ਪੰਜਾਬੀ ਕੋਲ ਸੀਗਾ ਉਹ ਜਾਂਦੇ ਹੋਏ ਉਹਨਾਂ ਨੂੰ ਦੇ ਗਿਆ ਇਸ ਕਰਕੇ ਟਰੱਕਿੰਗ ਦਾ ਸਾਰਾ ਬਿਜ਼ਨਸ ਕੈਰੈਕਟਰ ਦੇ ਵਿੱਚ ਪੰਜਾਬੀ ਕੋਲ ਆ ਬਹੁਤ ਵੱਡੀ ਤੇ ਬਹੁਤ ਪੁਰਾਣੀ ਕਮਿਊਨਿਟੀ ਆ ਉੱਥੇ ਸੋ ਇਸ ਕਰਕੇ ਉਹ ਤੇ ਪੰਜਾਬੀ ਆ ਪਰ ਹਿਮਾਚਲ ਜਿਹੜੇ ਆ ਉੱਥੇ ਟ੍ਰੈਡੀਸ਼ਨਲੀ ਹਿਮਾਚਲੀ ਲੋਕ ਨੇ ਈਵਨ ਦਾ ਦੇ ਆਰ ਐਡਮਾਇਰਿੰਗ ਆਰ ਸੌਂਗ ਸੋ ਦੈਟ ਇਜ਼ ਅ ਗ੍ਰੇਟ ਅਚੀਵਮੈਂਟ ਸ਼੍ਰੇਣੀ ਦੀ ਗੱਲ ਕਰ ਰਹੀ ਸੀਗੀ ਬਬੀਤਾ ਮੈਂ ਮੰਨਦਾ ਕਿ ਅੱਜ ਕੱਲ੍ਹ ਦੇ ਜਿਹੜੇ ਸਿੰਗਰਸ ਆ ਔਰ ਜੋ ਇੱਕ ਅਸੀਂ ਟਾਰਗੇਟ ਆਡੀਅੰਸ ਦੀ ਗੱਲ ਕਰੀਏ 15 to 25 ਸਾਲ ਦਾ ਜਿਹੜਾ ਹੈਗਾ ਨਾ ਨੌਜਵਾਨ ਹੈ ਕੁੜੀ ਹੈ ਚਾਹੇ ਮੁੰਡਾ ਉਹ ਨਵੇਂ ਸਿੰਗਰਸ ਨੂੰ ਸੁਣਨਾ ਪਸੰਦ ਕਰਦਾ ਹੈ ਨਾ ਔਰ ਕੁਝ ਗਾਣੇ ਅਜਿਹੇ ਹੁੰਦੇ ਨੇ ਜਿਹੜਾ ਇਕੱਲਾ ਹੀ ਸੁਣਨਾ ਪਸੰਦ ਕਰੇਗਾ ਜਾਂ ਕਹਿ ਸਕਦੇ ਹੋ ਤੁਸੀਂ ਫੈਮਿਲੀ 'ਚ ਨਹੀਂ ਉਹ ਗੀਤ ਸੁਣ ਸਕਦੇ ਉਸਦੇ ਲਿਰਿਕਸ ਐਸੇ ਆ ਪਰ ਸਰਤਾਜ ਮੇਰੇ ਮੁਤਾਬਿਕ ਜੋ ਮੇਰੀ ਪਰਸਨਲ ਚੋਇਸ ਹੈ ਕਿ ਉਸ ਸ਼੍ਰੇਣੀ ਦੇ ਵਿੱਚ ਉਹ 15 ਸਾਲ ਦਾ ਵੀ ਉਹਨੂੰ ਬੱਚਾ ਸੁਣ ਸਕਦਾ ਬਿਲਕੁਲ 25 ਦਾ ਵੀ ਸੁਣ ਸਕਦਾ 35 ਦਾ ਵੀ ਸੁਣ ਸਕਦਾ ਈਵਨ ਕਿ 60 ਸਾਲ ਦਾ ਬਜ਼ੁਰਗ ਵੀ ਸੁਣ ਸਕਦਾ ਕਿਉਂ ਕਿਉਂਕਿ ਉਹਦੇ ਵਿੱਚ ਸੂਫੀਪਨ ਵੀ ਹੈ ਉਹਦੇ ਵਿੱਚ ਕੋਈ ਲੱਚਰਤਾ ਨਹੀਂ ਹੈ ਉਹਦੇ ਜਿਹੜੇ ਬੋਲ ਨੇ ਉਹ ਸਪਸ਼ਟ ਨੇ ਸਾਫ਼ ਨੇ ਔਰ ਇੱਕ ਬਕਾਇਦਾ ਮੈਸੇਜ ਦੇ ਕੇ ਜਾਂਦੇ ਨੇ ਜੀ ਬਿਲਕੁਲ ਸੋ ਅਸੀਂ ਇਹ ਨਹੀਂ ਕਹਾਂਗੇ ਕਿ ਉਹਨੂੰ ਅਸੀਂ ਵਿਆਹ ਵਾਲੇ ਦਿਨ ਸੁਣ ਲਾਂਗੇ ਉਸ ਤੋਂ ਬਾਅਦ ਸਾਨੂੰ ਯਾਦ ਹੀ ਨਹੀਂ ਰਹਿਣਾ ਇਹ ਉਹ ਗਾਣਾ ਹੋਏਗਾ ਜਿਹਨੂੰ ਅਸੀਂ ਵਿਆਹ ਵਾਲੇ ਦਿਨ ਵੀ ਚਾਹੇ ਸਾਡਾ ਜੇ ਮੂਡ ਅਸੀਂ ਉਦੋਂ ਵੀ ਸੁਣ ਸਕਦੇ ਹਾਂ ਜੇ ਅਸੀਂ ਇਕੱਲੇ ਬੈਠੇ ਹਾਂ ਤਾਂ ਵੀ ਸੁਣ ਸਕਦੇ ਹਾਂ ਕੀ ਸੋਚ ਕੇ ਸਰਤਾਜ ਗਾਣਾ ਬਣਾਉਂਦਾ ਸੋਚ ਕੇ ਨਹੀਂ ਬਣਾਉਂਦੇ ਜੇ ਗਾਣਾ ਸੋਚ ਕੇ ਬਣਾਉਂਗੇ ਨਾ ਜੀ ਫਿਰ ਉਹਦੀ ਲਿਮਿਟੇਸ਼ਨਸ ਵੀ ਹੋ ਜਾਊਗੀ ਫਿਰ ਉਹਦੇ 'ਚੋਂ ਜਿਹੜਾ ਇੱਕ ਡਿਵਿਨਿਟੀ ਹੈ ਉਹ ਖਤਮ ਹੋ ਜਾਂਦੀ ਆ ਮੈਂ ਇਹ ਮੇਰਾ ਪਰਸਨਲ ਮੰਨਣਾ ਆ ਗਾਣਾ ਜਿਸ ਤਰ੍ਹਾਂ ਆਉਂਦਾ ਜਦੋਂ ਹਮਜ਼ਾ ਸਾਡਾ ਗਾਣਾ ਆ ਜੇ ਮੈਂ ਉਹਨੂੰ ਸੋਚ ਕੇ ਬਣਾਉਣਾ ਹੋਵੇ ਤਾਂ ਤੁਸੀਂ ਕਦੇ ਲਿਖੋਗੇ ਨਹੀਂ ਜੇ ਲਿਖ ਵੀ ਲਿਆ ਤਾਂ ਰਿਕਾਰਡ ਨਹੀਂ ਕਰੋਗੇ ਰਿਕਾਰਡ ਕਰਦੇ ਤਾਂ ਘੱਟੋ ਘੱਟ ਰਿਲੀਜ਼ ਨਹੀਂ ਕਰੋਗੇ ਵੀਡੀਓ ਬਣਾ ਕੇ ਹੈ ਨਾ ਸੋ ਬਟ ਐਨੀ ਹੋ ਜਿਸ ਤਰ੍ਹਾਂ ਉਹ ਵਰਜਨ ਉਹਦੀ ਫੋਰਮ 'ਚ ਆਇਆ ਸੀਗਾ ਮੈਂ ਉਸੇ ਤਰ੍ਹਾਂ ਉਹਨੂੰ ਉਤਾਰਿਆ ਇਸੇ ਤਰ੍ਹਾਂ ਗਾਤਾ ਅਤੇ ਲੋਕਾਂ ਨੂੰ ਜਿਨ੍ਹਾਂ ਨੂੰ ਉਹ ਚੰਗਾ ਲੱਗਦਾ ਉਹ ਐਕਸਟੇਸੀ ਵਾਲਾ ਆਲਮ ਕ੍ਰੀਏਟ ਹੋ ਜਾਂਦਾ ਕਈ ਵਾਰ ਦਿਨ ਮੈਨੂੰ ਅੱਜ ਵੀ ਕਹਿੰਦੇ ਆ ਕਿ ਅਸੀਂ ਸੈਨ ਫਰਾਂਸਿਸਕੋ ਤੋਂ ਲੋਸ ਏਂਜਲਸ ਜਾਂਦੇ ਹਾਂ 5.5 ਘੰਟੇ ਦੀ ਡਰਾਈਵ ਆ ਸਿਰਫ ਹਮਜ਼ਾ ਚੱਲਦਾ ਮੈਨੂੰ ਕਿਹੋ ਜਿਹੇ ਬੰਦੇ ਮਿਲਦੇ ਆ ਸੋ ਸੋਚ ਕੇ ਆਈ ਨੈਵਰ ਮੇਡ ਐਨੀ ਸੌਂਗ ਇੰਨਾ ਦਰਦ ਛੁਪਿਆ ਹੋਇਆ ਤੁਹਾਡੇ ਅੰਦਰ ਕਿ ਤੁਸੀਂ ਉਹ ਗੀਤਾਂ ਰਾਹੀਂ ਬਿਆਨ ਕਰਦੇ ਹੋ ਨਹੀਂ ਮੈਨੂੰ ਲੱਗਦਾ ਕਿ ਇਟਸ ਨਾਟ ਪੇਨ ਇਟਸ ਦੀ ਅਲਾਈਨਮੈਂਟ ਟੂਵਰਡਸ ਯੂਨੀਵਰਸ ਤੁਹਾਡੀ ਆਪਣੀ ਇੱਕ ਨਾ ਅਲਾਈਨਮੈਂਟ ਹੁੰਦੀ ਆ ਕੁਦਰਤ ਦੇ ਨਾਲ ਸਾਰੇ ਯੂਨੀਵਰਸ ਦੇ ਨਾਲ ਹੈ ਨਾ ਕਿ ਸਮ ਹੋ ਜਿਹੜੀਆਂ ਰੇਡੀਓ ਜਿੱਦਾਂ ਰੇਡੀਓ ਨਹੀਂ ਵਰਕ ਕਰਦੇ ਫਰਜ਼ ਕਰੋ ਕਿਤੇ ਹੋਰ ਹੈ ਪਰ ਉਹਦੀਆਂ ਕੀ ਤੁਸੀਂ ਕਹਿੰਦੇ ਵੇਵਸ ਸਮ ਹਾਓ ਇੱਥੇ ਇੱਕ ਰੇਡੀਓ ਪਿਆ ਉਹਦੀਆਂ ਵੇਵਸ ਕਿਤੇ ਹੋਰੋਂ ਆ ਰਹੀਆਂ ਨੇ ਪਰ ਇਹ ਜਦੋਂ ਮੈਚ ਹੋ ਜਾਂਦੀਆਂ ਵੇਵਸ ਤੇ ਉਹ ਗੀਤ ਗਾਣਾ ਛਿਲਣਾ ਸ਼ੁਰੂ ਹੋ ਜਾਂਦਾ ਇਸੇ ਤਰ੍ਹਾਂ ਹੀ ਜਿਹੜੀ ਸਬਲਾਈਮ ਸਿਚੁਏਸ਼ਨ ਹੁੰਦੀ ਹੈ ਹਿਊਮਨ ਕੌਨਸ਼ੀਅਸਨੈਸ ਦੀ ਉਹ ਇਹ ਆ ਕਿ ਤੁਸੀਂ ਸਮ ਹਾਓ ਫੀਲ ਕਨੈਕਟਡ ਟੂਵਰਡਸ ਦਾ ਯੂਨੀਵਰਸ ਜਾਂ ਜਿਹੜੀਆਂ ਜਿਹੜੇ ਵੀ ਐਲੀਮੈਂਟ ਬਹੁਤ ਵੱਡੀ ਇੱਕ ਸ਼ਕਤੀ ਰੱਖਦੇ ਨੇ ਜਿਹਨੂੰ ਤੁਸੀਂ ਕੁਦਰਤ ਕਹਿੰਦੇ ਹੋ ਉਹ ਚੀਜ਼ਾਂ ਫਿਰ ਤੁਹਾਨੂੰ ਕਿਤੇ ਨਾ ਕਿਤੇ ਕੋਰਲੇਟਿਵਲੀ
ਆਮਦ ਦੇ ਤੌਰ ਤੇ ਪੋਇਟਰੀ ਬਣਵਾਉਂਦੀਆਂ ਨੇ ਤੇ ਮੇਰੇ ਖਿਆਲ ਚ ਉਹੀ ਟਰੂ ਔਰ ਫਾਰਮ ਆਫ ਆਰਟ ਹੈ। ਸਰਦਾਰ ਤੁਸੀਂ ਕਹਿੰਦੇ ਕਿ ਸੋਚਣਾ ਨਹੀਂ ਪੈਂਦਾ, ਮੇਰੇ ਨਾਲ ਲਾਸਟ ਟਾਈਮ ਤੁਹਾਡਾ ਰਾਬਤਾ ਜਦ ਹੋਇਆ ਸੀ ਤੁਸੀਂ ਕਿਹਾ ਸੀ ਉਡਾਰੀਆਂ ਗਾਣਾ ਕਾਫੀ ਪਹਿਲਾਂ ਲਿਖਿਆ ਗਿਆ ਸੀਗਾ ਤੇ ਰਿਲੀਜ਼ ਤਕਰੀਬਨ 10-12 ਸਾਲ ਮੈਂ ਉਹਨੂੰ 2004 ਦਾ ਲਿਖਿਆ 2004 ਤੇ 2018 ਚ ਗਾਣਾ ਹੈ ਤਕਰੀਬਨ 14 ਸਾਲ ਲੱਗ। ਹਾਂਜੀ ਹਾਂਜੀ। 14 ਸਾਲਾਂ ਦੇ ਵਿੱਚ ਮਤਲਬ ਕਿ ਵੇਰੀਏਸ਼ਨਸ ਆਈਆਂ ਜਾਂ ਕੀ ਤੁਸੀਂ ਸੋਚਿਆ ਕਿ ਹਾਂ ਇਹ ਗਾਣਾ ਉਦੋਂ ਹੀ ਰਿਲੀਜ਼ ਹੋਣਾ ਚਾਹੀਦਾ ਜਾਂ ਵਕਤ ਇੰਨਾ ਕਿਉਂ ਲੱਗਾ? ਨਹੀਂ, ਜਦੋਂ ਐਲਬਮ ਦੀ ਸਿਲੈਕਸ਼ਨ ਹੁੰਦੀ ਹੈ ਨਾ ਉਹਦੇ ਵਿੱਚ ਕਾਫੀ ਲੋਕਾਂ ਦੀ ਸਿਟਿੰਗ ਹੁੰਦੀ, ਜਿਵੇਂ ਮੈਂ ਕਹਿੰਦਾ ਕਿ ਯਾਰ ਮੇਰੇ ਦਿਮਾਗ 'ਚ ਇਹ ਹੈਗਾ ਕਿ ਇਹ 35-36 ਗਾਣੇ ਆ ਜਿਹੜੇ ਸਾਨੂੰ ਜਲਦੀ ਰਿਲੀਜ਼ ਕਰਨੇ ਚਾਹੀਦੇ ਆ, ਫਿਰ ਉਹ 36 ਦੀ ਲਿਸਟ 'ਚੋਂ ਸ਼ਾਰਟ ਲਿਸਟਡ ਹੋਣੇ ਸ਼ੁਰੂ ਹੋ ਜਾਂਦੇ ਆ ਹੌਲੀ ਹੌਲੀ, 20 'ਤੇ ਆਉਂਦੇ ਆ, ਫਿਰ 50 'ਤੇ, ਫਿਰ 10 'ਤੇ, ਫਿਰ 8-7 'ਤੇ, ਉਹ ਫਿਰ ਸਾਰਿਆਂ ਦੀ ਸਹਿਮਤੀ ਜਿੱਥੇ ਜਿਹਦੇ 'ਚ ਹੁੰਦੀ, ਕਿਉਂਕਿ ਮੇਰੇ ਗੀਤ ਆ, ਕੰਪੋਜੀਸ਼ਨ ਸਾਰਾ ਕੁਛ ਮੇਰਾ ਹੀ ਆ, ਮੈਂ ਤਾਂ ਕਹਿੰਦਾ ਯਾਰ ਜਿਹੜੇ ਮਰਜ਼ੀ ਜਿਹੜੇ ਤੁਹਾਨੂੰ ਚੰਗੇ ਲੱਗਦੇ ਕਰ ਲਓ, ਬਟ ਆਹ ਮੇਰੇ ਕੋਲ ਗੁਲਦਸਤਾ ਹੈ ਜੋ ਜਿਹੜੇ ਜਿਹੜੇ ਫੁੱਲ ਚੱਕਣੇ ਚੱਕ ਲਓ। ਸੋ ਇਸ ਤਰ੍ਹਾਂ ਚੱਕ ਲੈਂਦੇ ਆ ਕਿ ਇਹਨੂੰ ਲੱਗਦਾ ਕਿ ਯਾਰ ਥੋੜ੍ਹਾ ਜਿਹਾ ਲਾਈਟ ਮੂਡ ਜਾਂ ਕੰਪੋਜੀਸ਼ਨ ਵਾਈਜ਼ ਵੇਰੀਏਸ਼ਨ ਹੋਣੀ ਚਾਹੀਦੀ ਹੈ, ਰਿਫਰੈਸ਼ਿੰਗ ਹੋਣਾ ਚਾਹੀਦਾ, ਫਰੈਸ਼ਨੈਸ ਹੋਣੀ ਚਾਹੀਦੀ ਆ। ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਤੁਸੀਂ ਉਹਨਾਂ 'ਚ ਹਾਲੇ ਵੀ ਹੋਰ ਬਹੁਤ ਸਾਰੇ ਸੌਂਗਸ ਨੇ ਜਿਹੜੇ, ਕਿਉਂਕਿ ਜਦੋਂ 2003-04 'ਚ ਤੁਸੀਂ ਲਿਖਦੇ ਆ ਨਾ, ਉਹ ਬਹੁਤ ਹੀ ਇਨੀਸ਼ੀਅਲ ਸਟੇਜ 'ਤੇ ਤੁਸੀਂ ਇੱਕ ਪੋਇਟਰੀ ਦੀ ਜਰਨੀ ਸ਼ੁਰੂ ਕਰਦੇ ਆ, ਉਦੋਂ ਤੁਹਾਡੇ ਥੋਟਸ ਜਿਹੜੇ ਆ ਨਾ ਕਈ ਵਾਰੀ ਹੋ ਸਕਦਾ ਸ਼ੈਲੋ ਵੀ ਹੁੰਦੇ ਆ, ਸਮ ਹਾਓ ਤੁਹਾਡੀਆਂ ਇਮੋਸ਼ਨਸ ਇੰਨੇ ਜ਼ਿਆਦਾ ਇਵੋਲਵ ਨਹੀਂ ਹੋਏ ਹੁੰਦੇ, ਪਰ ਹੁਣ ਇਹ ਲੱਗਦਾ ਕਿ ਉਹ ਆਸਾਨ ਗੀਤ ਸੀਗੇ। ਹੁਣ ਜੇ ਰਸੀਦ ਤੁਸੀਂ ਗਾਣਾ ਸੁਣੋ, ਉਹ ਮੇਰਾ ਬਹੁਤ ਲੇਟਲੀ ਲਿਖਿਆ ਹੋਇਆ, ਲੋਕਾਂ ਲੱਗਦਾ ਇਹ ਤਾਂ ਬਹੁਤ ਟਫ ਗੀਤ ਆ, ਤੁਸੀਂ ਇਹ ਕਿਉਂ ਰਿਲੀਜ਼ ਕੀਤਾ? ਪਰ ਮੈਨੂੰ ਪਰਸਨਲੀ ਉਹ ਜ਼ਿਆਦਾ ਚੰਗਾ ਲੱਗਦਾ, ਬਸ਼ਰਤੇ ਕਿ ਜੇ ਮੈਨੂੰ ਕੋਈ 2003 ਦੇ ਜਿਹੜੇ ਗਾਣੇ ਆ ਤੁਹਾਡੇ ਟੁੱਟ ਪੈਣਾ ਨਹੀਂ ਗੁਆਂਢੀਆਂ ਦਾ ਛੋਕਰਾ ਉਂਝ ਸੋਹਣਾ ਪਰ ਦਿਲੋਂ ਬੜਾ ਖੋਟੜਾ, ਜਾਂ ਕਈ ਪਰਸੋਂ ਰਾਤੀ ਪੁੱਛੋ ਨਾ ਜੀ ਇੱਦਾਂ ਦਾ ਕੜਮਸ ਪਿਆ ਇੱਕ ਵਿਚਾਰਾ ਸੌਫੀ ਬੰਦਾ ਦਾਰੂ ਬਾਜ਼ਾਂ ਵੱਸ ਪਿਆ, ਜਾਂ ਕਈ ਬੰਦੇ ਤਾਂ ਭੀੜ 'ਚ ਐਵੇਂ ਛੱਡ ਦਿੰਦੇ ਨੇ ਸ਼ੁਰਲੀ ਜੀ, ਇਹਨੂੰ ਲੱਗਦਾ ਰਾਧਾ ਆਊ ਜਦੋਂ ਵਜਾਓ ਮੁਰਲੀ ਜੀ, ਦੈਟ ਕਾਇੰਡ ਆਫ ਸੌਂਗ ਜਿਹੜੇ ਕਿ ਤੁਹਾਡੀ ਕਾਲਜ ਲਾਈਫ ਦੇ ਨਾਲ ਬਹੁਤ ਹੀ ਹਲਕੇ ਫੁਲਕੇ ਨਾ ਕਾਲਜ ਟਾਈਪ ਦੇ ਸੌਂਗ ਸੀਗੇ, ਉਹ ਹੁਣ ਮੈਂ ਸੋਚਦਾ ਯਾਰ ਕਿ ਇਹ ਮੈਂ ਗਾਣੇ ਹੁਣ ਨਹੀਂ ਰਿਲੀਜ਼ ਕਰ ਸਕਦਾ, ਲੋਕਾਂ ਨੇ ਕਹਿਣਾ ਵਟ ਇਜ਼ ਡੂਇੰਗ, ਹੈ ਨਾ, ਪਿਸਤਿੰਦਰ ਸਰਤਾਜ ਹੁਣਾਂ ਦਾ ਇੱਕ ਪਰਸੋਨਾ ਕ੍ਰੀਏਟ ਹੋ ਗਿਆ, ਤੁਹਾਨੂੰ ਇੱਕ ਤਸੱਵਫ ਦੀ ਮਤਲਬ ਅਥਾਰਿਟੀ ਸਮਝਿਆ ਜਾਣ ਲੱਗ ਪਿਆ, ਸੋ ਯੂ ਹੈਵ ਟੂ ਮੇਨਟੇਨ ਦੈਟ ਥਿੰਗ। ਬਟ ਉਡਾਰੀਆਂ ਇਹੋ ਜਿਹਾ ਗੀਤ ਸੀਗਾ ਕਿ ਜਦੋਂ ਉਹਦੀ ਕੰਪੋਜ਼ਿਸ਼ਨ ਹੋਈ ਤਾਂ ਸ਼ਾਹ ਜੀ ਬੈਠੇ ਸੀਗੇ, ਕਹਿੰਦੇ ਯਾਰ ਕਿ ਇਹਨੂੰ ਰਿਕਾਰਡ ਕਰਨਾ ਚਾਹੀਦਾ, ਸੋ ਇਸੇ ਤਰ੍ਹਾਂ ਰਿਕਾਰਡ ਹੋ ਗਿਆ, ਅਸੀਂ ਕਰਦੇ ਰਹਿੰਦੇ ਹਾਂ, ਮਤਲਬ ਇਸ ਤਰ੍ਹਾਂ ਕੋਈ ਮਸਲਾ ਨਹੀਂ ਹੈਗਾ ਕਿ ਇਹ ਕਰਨਾ ਜਾਂ ਨਹੀਂ ਕਰਨਾ ਜਾਂ ਵਟੇਵਰ। ਸੂਫੀ ਦੇ ਔਰੇ ਤੋਂ ਪਰੇ ਹੋ ਕੇ ਕੋਈ ਗਾਣਾ ਆਏਗਾ, ਜਿਵੇਂ ਇਹਨਾਂ ਨੇ ਕਿਹਾ ਕਿ ਸਰਤਾਜ ਦਾ ਇੱਕ ਵੱਖਰਾ ਅਵਤਾਰ ਵੀ ਅੱਜ ਮੈਨੂੰ ਦੇਖਣ ਨੂੰ ਮਿਲਿਆ, ਇਹ ਬੰਦਾ ਲੜ ਵੀ ਸਕਦਾ ਹੈ, ਤੇ ਜੇ ਸੂਫੀ ਜਾਂ ਅਜਿਹੇ ਗਾਣੇ ਤੋਂ ਮਤਲਬ ਹਟ ਕੇ ਥੋੜਾ, ਮੈਂ ਇਹ ਨਹੀਂ ਕਹਿੰਦਾ ਕਿ ਜਿੱਦਾਂ ਬਾਕੀ ਸਿੰਗਰਸ ਦੇ। ਹਾਂਜੀ, ਅਸੀਂ ਇਹਨਾਂ ਰੀਸੈਂਟਲੀ ਪਰਸੋਂ ਹੀ ਅਸੀਂ ਐਕਚੁਅਲੀ ਸ਼ੂਟ ਕੀਤਾ, ਉਹਦਾ ਇੱਕ ਪ੍ਰੋਮੋਸ਼ਨਲ ਸੌਂਗ ਹੈ ਇੱਕੋ ਮਿੱਕੇ ਦਾ ਹੀ, ਤੇ ਉਹ ਜਿਸ ਦਿਨ ਰਿਲੀਜ਼ ਹੋਊਗਾ ਫਿਰ ਆਪਾਂ ਦੁਬਾਰਾ ਫੋਨ ਤੇ ਗੱਲ ਕਰਾਂਗੇ, ਫਿਰ ਤੁਸੀਂ ਕਹੋਗੇ ਬਸ ਤੁਸੀਂ ਨੇਰੀਆਂ ਲਿਆ ਦਿੱਤੀਆਂ। ਠੀਕ ਹੈ ਠੀਕ ਹੈ। ਅਦਿਤੀ, ਇਸ ਫਿਲਮ ਨੂੰ ਕਰਦਿਆਂ ਹੋਇਆ ਕੋਈ ਚੈਲੰਜ ਆਇਆ ਸੀਗਾ, ਕਿਸੇ ਵੀ ਤਰ੍ਹਾਂ ਦਾ ਚੈਲੰਜ ਹੋਵੇ, ਇੱਧਰ ਐਕਟਿੰਗ ਨੂੰ ਲੈ ਕੇ ਜਾਂ ਕੋਈ ਵੀ ਚੀਜ਼ ਲੈ ਕੇ? ਚੈਲੰਜ ਆਇਆ ਸੀ, ਇਨਫੈਕਟ ਸਾਨੂੰ ਪਤਾ ਹੀ ਸੀ ਸਕ੍ਰਿਪਟ ਲੈਵਲ ਤੇ ਹੀ ਚੈਲੰਜ ਸੀ, ਤੇ ਦੈਟ ਇਜ਼ ਵੈਰੀ, ਉਹ ਕਾਫੀ ਇੰਟਰਸਟਿੰਗ ਪਾਰਟ ਹੈ, ਕਾਫੀ ਐਕਸਾਈਟਿੰਗ ਪਾਰਟ ਹੈ ਐਜ਼ ਐਨ ਆਰਟਿਸਟ, ਜਿਹੜਾ ਉਹ ਚੈਲੰਜ ਹੈ ਫਿਲਮ ਵਿੱਚ। ਅਬ ਆਈ ਡੋਨਟ ਨੋ ਇਫ ਆਈ ਕੈਨ ਟਾਕ ਅਬਾਊਟ ਇਟ, ਆਈ ਡੋਨਟ ਨੋ, ਦਿਸ ਇਜ਼ ਲਾਈਫ। ਓਕੇ, ਤੇ ਤੁਸੀਂ ਸਾਡਾ ਟ੍ਰੇਲਰ ਰਿਲੀਜ਼ ਹੋਣ ਵਾਲਾ ਹੈ ਇੱਕ ਦੋ ਦਿਨ 'ਚ, ਤੇ ਇਨ ਦਾ ਟ੍ਰੇਲਰ ਤੁਹਾਨੂੰ ਪਤਾ ਚੱਲ ਜਾਏਗਾ ਮੈਂ ਕਿਸ ਗੱਲ ਦੀ ਬਾਤ ਕਰ ਰਹੀ ਹਾਂ, ਕਿਸ ਗੱਲ ਬਾਰੇ ਕਹਿ ਰਹੀ ਹਾਂ, ਤੁਹਾਨੂੰ ਪਤਾ ਚੱਲ ਜਾਏਗਾ ਟ੍ਰੇਲਰ ਵਿੱਚ। ਤੇ ਸਾਨੂੰ ਦੋਨਾਂ ਨੂੰ ਕਾਫੀ ਮੁਸ਼ਕਿਲ ਲੱਗਾ ਸੀ। ਮੈਂ ਜਦੋਂ ਤੁਸੀਂ ਮੈਨੂੰ ਪੁੱਛਿਆ ਨਾ ਕਿ ਸੌਰੀ ਮੈਂ ਕਹਿਣਾ, ਹਾਂਜੀ ਓਕੇ, ਜਦੋਂ ਤੁਸੀਂ ਕਹਿੰਦੇ ਕਿ ਹਾਓ ਇਟ ਇਜ਼ ਡਿਫਰੈਂਟ ਕਿ ਪੰਜਾਬੀ ਜਾਂ ਕਿਸੇ ਫਿਲਮ ਨਾਲੋਂ, ਉਹ ਦੈਟ ਇਜ਼ ਦੀ ਐਲੀਮੈਂਟ ਜਿਹਦੇ ਬਾਰੇ ਅਦਿਤੀ ਗੱਲ ਕਰ ਰਹੇ ਆ ਕਿ ਉਹ 360 ਦਾ ਸ਼ਿਫਟ ਹੈ। ਤੇ ਅਸੀਂ ਕਾਫੀ ਸਾਰੀ ਡਿਸਕਸ਼ਨਸ ਕੀਤੀਆਂ ਤੇ ਕਾਫੀ ਸਾਰੇ ਆਰਗੂਮੈਂਟਸ, ਨਾਟ ਵੈਰੀ ਇਨ ਅ ਵੈਰੀ ਹੈਲਦੀ ਵੇ, ਕਾਫੀ ਸਾਰੇ ਆਰਗੂਮੈਂਟਸ ਹੋਏ ਸਾਡੇ ਡਾਇਰੈਕਟਰ ਸਰਤਾਜ ਜੀ ਤੇ ਮੈਂ, ਅਸੀਂ ਕਹਿੰਦੇ ਨਹੀਂ ਨਹੀਂ ਇਹ ਨਹੀਂ ਹੋਣਾ ਚਾਹੀਦਾ, ਅਸੀਂ ਐਵੇਂ ਨਹੀਂ, ਮੈਂ ਐਵੇਂ ਰਿਐਕਟ ਕਰਾਂਗਾ, ਆਲ ਦੈਟ ਹੈਪਨਡ, ਸੋ ਦੈਟ ਇਜ਼ ਬਹੁਤ ਮਾਈਨਿਊਟ ਡਿਟੇਲ ਦੇ ਨਾਲ ਕੈਰੈਕਟਰਾਈਜੇਸ਼ਨ ਦੀਆਂ ਬਾਰੀਕੀਆਂ ਨੂੰ ਫੜ ਕੇ ਪੋਰਟਰੇ ਕੀਤਾ ਕਿ ਇਫ ਹੀ ਇਜ਼ ਸੇਇੰਗ ਦਿਸ ਹੀ ਕੈਂਟ ਡੂ ਦਿਸ, ਇਫ ਹੀ ਇਜ਼ ਸੇਇੰਗ ਦਿਸ ਹੀ ਕੈਂਟ ਰਿਪਲਾਈ ਦਿਸ 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 ਇਜ਼ ਕਾਈਂਡ ਆਫ, ਬਹੁਤ ਹੀ ਇਟਸ ਅ ਬਿਊਟੀਫੁਲ ਹਿਊਮਨ ਡਰਾਮਾ ਆਈ ਫੀਲ ਸਾਡੀ ਫਿਲਮ ਵਿੱਚ। ਸਰਤਾਜ ਜੀ, ਨਿੱਕੀ ਜਿਹੀ ਕੁੜੀ, ਹਾਂਜੀ, ਬਹੁਤ ਖੂਬਸੂਰਤ ਸੌਂਗ ਹੈ, ਕਿਵੇਂ ਥੋਟ ਆਇਆ ਕਿ ਵਾਕਈ ਦੇਖੀ ਸੀ ਤੁਸੀਂ ਕੋਈ ਐਸੀ? ਹਾਂਜੀ ਹਾਂਜੀ, ਮੇਰੇ ਕੋਲ ਤੇ ਡੇਟ ਹੈਗੀ ਉਹਦੀ ਲਿਖੀ ਹੋਈ, ਜੇ ਕਹੋ ਤੇ ਮੈਂ ਹੁਣੇ ਦੱਸ ਦਿੰਦਾ। ਹਾਂਜੀ ਸ਼ੋਰ, ਲੈਟ ਮੀ ਸੀ, ਇਹ ਅਸੀਂ ਫੋਟੋ ਸ਼ੂਟ ਲਈ ਗਏ ਸੀਗੇ ਚੰਡੀਗੜ੍ਹ, ਜੇਕਰ ਤੁਸੀਂ ਚੰਡੀਗੜ੍ਹ ਗਏ ਹੋ, ਹਾਈ ਕੋਰਟ ਤੋਂ ਪਿੱਛੋਂ ਨਾ ਇੱਕ ਰਸਤਾ ਜਾਂਦਾ, ਉਸ ਤੋਂ ਬਾਅਦ ਹਿਮਾਚਲ ਦੀ ਬਾਉਂਡਰੀ ਸ਼ੁਰੂ ਹੋ ਜਾਂਦੀ ਹੈ,
ਛੋਟੇ ਛੋਟੇ ਪਿੰਡ ਤੇ ਚੋ ਆਉਣੇ ਸ਼ੁਰੂ ਹੋ ਜਾਂਦੇ ਆ। 53 ਪੇਜ ਨੰਬਰ ਤੇ ਆ, ਮੈਨੂੰ ਇਹ ਵੀ ਪਤਾ ਜੀ, ਤੁਸੀਂ ਇਹ ਦੇਖੋ। ਹਾਂਜੀ, ਇੱਥੇ ਹੁਣ ਮੈਂ 53 ਲਿਖੂੰਗਾ ਤੇ ਆ ਜਾਊਗਾ ਪ੍ਰੋਬੇਬਲੀ। ਸੀ ਨਿੱਕੀ ਜੀ ਕੁੜੀ, ਜੀ ਜੀ ਜੀ, ਯੂ ਕੈਨ ਸੀ। ਸੋ ਇਹ ਮੈਂ ਗਾਣਾ ਲਿਖਿਆ ਜੀ ਮਾਰਚ 7, 2008 1:30 PM ਹਾਊਸ ਨੰਬਰ ਸੈਕਟਰ 38 ਸੀ ਚੰਡੀਗੜ੍ਹ। ਅੱਛਾ, ਇਸ ਤੋਂ 2 ਦਿਨ ਪਹਿਲਾਂ ਇਹ ਹੈਪਨ ਹੋਇਆ ਸੀਗਾ, ਮਤਲਬ ਮਾਰਚ 5 ਨੂੰ ਅਸੀਂ ਫੋਟੋ ਸ਼ੂਟ ਲਈ ਗਏ। ਜਿਵੇਂ ਨਹੀਂ ਹੁੰਦਾ ਸਟਿਲ ਫੋਟੋਗ੍ਰਾਫੀ ਲੈ ਕੇ, ਅੱਛਾ ਯਾਰ ਕੋਈ ਜੰਗਲ ਜਿਹਾ ਚਾਹੀਦਾ ਸੀ ਕਿ ਘੁੰਮਣ ਦੇ ਕੋਲ, ਜੀਪ ਸੀ, ਯਾਰਾਂ ਜਿਹੇ ਯਾਰ ਮੇਰੇ ਲੱਗੀ ਸੀ, ਦੇਖੀਆਂ ਪਹਾੜਾਂ ਤੇ ਰੁੱਖ ਝਾੜੀਆਂ, ਬੱਚੇ ਸਾਨੂੰ ਵੇਖ ਮਾਰਦੇ ਸੀ ਤਾੜੀਆਂ, ਕਈ ਚੋ ਤੇ ਸੂਏ ਟੱਪੇ ਥਾਂ ਲੱਭ ਗਏ ਜਿਹੜੀ ਅਸੀਂ ਭਾਲਦੇ ਸੀ, ਛਾਂ ਲੱਭ ਗਈ, ਉੱਚੀ ਜਿਹੀ ਢਾਬ ਉੱਤੇ ਪਈ ਛੰਨ ਸੀ, ਆ ਗਏ ਨਜ਼ਾਰੇ, ਹੋ ਗਈ ਧੰਨ ਧੰਨ ਸੀ। ਉੱਥੋਂ ਅਸੀਂ ਬੈਠ ਕੇ ਚਫੇਰਾ ਤੱਕਿਆ, ਰੱਬ ਦਾ ਬਣਾਇਆ ਹੋਇਆ ਘੇਰਾ ਤੱਕਿਆ, ਕੋਈ ਕੋਈ ਜਾਮਦਾ ਸੀ ਸ਼ਹਿਰ ਵੱਲ ਨੂੰ, ਕੋਈ ਬੈਠਾ ਸੁਣਦਾ ਹਵਾ ਦੀ ਗੱਲ ਨੂੰ, ਕੋਈ ਬੰਦੇ ਪੱਗ ਸਰਤਾਜ ਦੀ ਤਰ੍ਹਾਂ ਲਾਵੇ ਸਿਰ ਪੇਚ ਮਹਾਰਾਜ ਦੀ ਤਰ੍ਹਾਂ ਹੋ ਕੇ, ਫਿਰ ਤਿਆਰ ਤਸਵੀਰਾਂ ਲਾ ਲਈਆਂ ਵੱਡੀਆਂ ਕਰਾ ਕੇ, ਮਹਿਫਲਾਂ 'ਚ ਲਾ ਲਈਆਂ। ਇਹ ਸਾਰਾ ਗਾਣਾ ਜਿੱਦਾਂ ਜਿੱਦਾਂ ਹੋਇਆ, ਇਹ ਸਾਰਾ ਕੁਝ ਐਜ਼ ਇਟ ਇਜ਼ ਹੀ ਹੈ। ਅਸੀਂ ਗਏ ਉੱਥੇ, ਇੱਕ ਛੰਨ ਪਈ ਹੋਈ ਸੀ, ਫਿਰ ਮੈਂ ਕਿਹਾ ਚਲੋ ਇੱਥੇ ਬੈਠ ਕੇ ਤਿਆਰ ਹੋ ਜਾਂਦੇ, ਫਿਰ ਅਸੀਂ ਉੱਥੇ ਬੈਠ ਕੇ ਪੱਗ ਬੰਨੀ, ਨਾਲ ਯਾਰ ਦੋਸਤ ਸੀਗੇ, ਉਹ ਚਾਹ ਚੂਹ ਪੀਣ ਲੱਗ ਗਏ, ਥੋੜ੍ਹੀ ਥੋੜ੍ਹੀ ਹਵਾ ਚੱਲਦੀ ਸੀ ਕਿਉਂਕਿ ਪਿੰਡ ਦਾ ਮਾਹੌਲ ਸੀ, ਕੋਈ ਕੋਈ ਸ਼ਹਿਰ ਵੱਲ ਨੂੰ ਜਾਂਦਾ ਸੀ ਚੰਡੀਗੜ੍ਹ ਵੱਲ ਨੂੰ, ਬਾਕੀ ਜ਼ਿਆਦਾਤਰ ਬੱਚੇ ਆਪਣੇ ਪਿੰਡ 'ਚ ਹੀ ਖੇਡਦੇ ਸੀ। ਸਾਡੀ ਜੀਪ ਕੋਲੋਂ ਲੰਘੀ, ਸਾਰੇ ਤਾੜੀਆਂ ਮਾਰ ਕੇ ਖੁਸ਼ ਹੋਏ ਕਿਉਂਕਿ ਰੇਅਰਲੀ ਉੱਥੇ ਗੱਡੀਆਂ ਜਾਂਦੀਆਂ ਉਸ ਪਾਸੇ ਨੂੰ। ਸੋ ਜਦੋਂ ਅਸੀਂ ਵਾਪਸ ਆ ਰਹੇ ਹਾਂ ਸ਼ਾਮ ਨੂੰ, ਥੋੜ੍ਹਾ ਜਿਹਾ ਹਨੇਰਾ ਹੋ ਗਿਆ, ਆਉਂਦੇ ਹੋਏ ਹੋਰ ਇੱਕ ਯਾਦ ਸੀ ਜੁੜੀ, ਬਾਲਣ ਦੀ ਪੰਡ ਚੁੱਕੀ ਨਿੱਕੀ ਜਿਹੀ ਕੁੜੀ, ਛੋਟੀ ਜਿਹੀ ਬਾਂਹ 'ਤੇ ਸੀ ਲਿਫਾਫਾ ਟੰਗਿਆ, ਪਤਾ ਨਹੀਂ ਗਰੀਬਣੀ ਨੇ ਕਿੱਥੋਂ ਮੰਗਿਆ, ਅਸੀਂ ਕੋਲੋਂ ਲੰਘੇ ਤਾਂ ਪਿਆਰੀ ਲੱਗੀ ਸੀ, ਕੁੱਲ ਕਾਇਨਾਤ 'ਚੋਂ ਨਿਆਰੀ ਲੱਗੀ ਸੀ। ਇਹ ਵਾਲਾ ਪੈਰਾ ਤੁਸੀਂ ਸੁਣਾ ਦਿਓ। ਠੀਕ ਹੈ, ਬਹੁਤ ਬਹੁਤ ਅਟ੍ਰੈਕਟਿਵ ਹੈ। ਸੋ ਮੈਂ ਤੁਹਾਨੂੰ ਉਹਦਾ ਥੋੜ੍ਹਾ ਜਿਹਾ ਉਹ ਜ਼ਰੂਰ ਦੱਸ ਦਿੰਦਾ, ਉਹ ਸੱਚੀ ਬੱਚੀ ਸੀਗੀ, ਛੋਟੀ ਜਿਹੀ, ਮਤਲਬ 4 ਸਾਲ ਦੀ ਹੋਊਗੀ ਮੈਨੂੰ ਲੱਗਦਾ, ਅਤੇ ਉਹ ਬਾਲਣ ਦੀ ਕਿਤੋਂ ਚੁੱਕ ਕੇ ਲਿਆਈ ਆਪਣੀ, ਉਹਦੀ ਮਾਂ ਨੇ ਕਿਹਾ ਹੋਣਾ ਕਿਸੇ ਨਾ, ਅਤੇ ਜੋ ਉਦੋਂ ਜਿਹੜਾ ਵੀ ਸੀਜ਼ਨ ਆਉਂਦਾ ਮੈਨੂੰ ਲੱਗਦਾ ਜਾਮਣਾ ਜਾਂ ਕੁਛ ਹੋਣੀਆਂ, ਉਹਨੇ ਲਿਫਾਫੇ 'ਚ ਕਿਸੇ ਦਰਖਤ ਦੇ ਥੱਲੇ ਚੱਕ ਡਿੱਗੀਆਂ ਪਾਈਆਂ ਹੋਣੀਆਂ, ਇੱਕ ਉਹਨੇ ਉਹ ਚੱਕਿਆ, ਛੋਟਾ ਜਿਹਾ ਉਹਨੇ ਸੂਟ ਪਾਇਆ ਹੋਇਆ, ਇੰਨੀ ਪਿਆਰੀ ਲੱਗੀ, ਜਿਵੇਂ ਜਿਹੜਾ ਜਿਹੜਾ ਫੋਟੋਗ੍ਰਾਫਰ ਹੁੰਦਾ ਉਹਨੂੰ ਇਹੋ ਜਿਹੀਆਂ ਚੀਜ਼ਾਂ ਬਹੁਤ ਅਟਰੈਕਟ ਕਰਦੀਆਂ ਨੇ, ਉਹ ਕਹਿੰਦਾ ਯਾਰ ਬੱਚੀ ਕਿੱਡੀ ਪਿਆਰੀ, ਉਹਦੀ ਅੱਖਾਂ ਕਿੰਨੀਆਂ ਸੋਹਣੀਆਂ, ਅਸੀਂ ਜੀਪ ਰੋਕੋ ਫੋਟੋ ਖਿੱਚੀ ਉਹਦੀ। ਸੋ ਜਿਸ ਤਰ੍ਹਾਂ ਹੀ ਅਸੀਂ ਜੀਪ ਰੋਕੀ, ਉਹ ਥੋੜ੍ਹੀ ਜਿਹੀ ਪਿੱਛੇ ਸੀ, ਅਸੀਂ ਅੱਗੇ ਜਾ ਕੇ ਰੋਕੀ, ਅਤੇ ਉਹਨੂੰ ਇਹ ਲੱਗਿਆ ਕਿ ਇਹ ਬੰਦਿਆਂ ਨੇ ਇੱਕਦਮ ਮੈਨੂੰ ਦੇਖ ਕੇ ਜੀਪ ਰੋਕੀ ਹੈ, ਜਾਂ ਤਾਂ ਮੈਨੂੰ ਚੱਕ ਕੇ ਨਾ ਲੈ ਜਾਣ, ਜਾਂ ਫਿਰ ਜਿਹੜਾ ਮੈਂ ਬਾਲਣ ਲੈ ਕੇ ਆਈ ਹਾਂ ਸ਼ਾਇਦ ਇਹਨਾਂ ਦੇ ਖੇਤ ਹੋਣਗੇ, ਮੈਨੂੰ ਕੁੱਟਣਗੇ ਕਿ ਤੂੰ ਸਾਡੇ ਖੇਤਾਂ 'ਚ ਬਾਲਣ ਕਿਉਂ ਚੱਕਿਆ। ਸੋ ਮੈਨੂੰ ਮੈਨੂੰ ਇਹ ਲੱਗਿਆ ਕਿ ਉਹਦੀ ਇਹ ਉਹਦਾ ਇਹ ਇਮੋਸ਼ਨ ਹੋਣਾ। ਸੋ ਉਸਨੇ ਕੀ ਕੀਤਾ, ਉਹਨੂੰ ਕਿਹਾ ਕਿ ਮੇਰੇ ਜੇ ਮੈਂ ਬਾਲਣ ਲੈ ਕੇ ਭੱਜੂਗੀ ਸ਼ਾਇਦ ਮੇਰੇ ਪਿੱਛੇ ਭੱਜਣਗੇ, ਮੈਂ ਜੋ ਕੁਛ ਵੀ ਹੈਗਾ ਇੱਥੇ ਸਿੱਟਦੀ ਹਾਂ ਅਤੇ ਦੌੜ ਜਾਂਦੀ ਹਾਂ। ਸੋ ਦੈਟ ਦੈ ਉਹ ਇੱਕ ਇਮੋਸ਼ਨ ਬਣਿਆ ਸੀਗਾ, ਆਉਂਦੇ ਹੋਏ ਹੋਰ ਇੱਕ ਯਾਦ ਸੀ ਜੁੜੀ, ਬਾਲਣ ਦੀ ਪੰਡ ਚੁੱਕੀ ਨਿੱਕੀ ਜਿਹੀ ਕੁੜੀ, ਛੋਟੀ ਜਿਹੀ ਬਾਂਹ 'ਤੇ ਸੀ ਲਿਫਾਫਾ ਟੰਗਿਆ, ਪਤਾ ਨਹੀਂ ਗਰੀਬਣੀ ਨੇ ਕਿੱਥੋਂ ਮੰਗਿਆ, ਅਸੀਂ ਕੋਲੋਂ ਲੰਘੇ ਤਾਂ ਪਿਆਰੀ ਲੱਗੀ ਸੀ, ਕੁੱਲ ਕਾਇਨਾਤ 'ਚੋਂ ਨਿਆਰੀ ਲੱਗੀ ਸੀ, ਅਸੀਂ ਗੱਡੀ ਰੋਕ ਲਈ ਸੀ ਉਸ ਵਾਸਤੇ, ਉਹਨੂੰ ਜਾ ਕੇ ਮਿਲਾਂਗੇ ਜੀ ਇਸ ਆਸਤੇ, ਪਰ ਗੱਡੀ ਦੇਖ ਰੁਕਦੀ ਉਹ ਡਰ ਗਈ ਸੀ, ਪਤਾ ਹੀ ਨਹੀਂ ਲੱਗਿਆ ਕਿੱਧਰ ਗਈ ਸੀ, ਪੰਡ 'ਤੇ ਲਿਫਾਫਾ ਬੱਚੀ ਸੁੱਟ ਦੌੜ ਗਈ, ਸਾਡੀਆਂ ਖੁਆਹਿਸ਼ਾਂ ਨੂੰ ਲੁੱਟ ਦੌੜ ਗਈ, ਉਹਨੂੰ ਸ਼ਾਇਦ ਲੱਗਿਆ ਇਹ ਉਹੀ ਨੇ ਬੰਦੇ ਜਿਹਦੇ ਖੇਤੋਂ ਚੁੱਕੇ ਨੇ ਮੈਂ ਸੁੱਕੇ ਜਿਹੇ ਡੰਡੇ, ਪੁੱਛੋ ਨਾ ਜੀ ਸੀਨੇ ਵਿੱਚ ਛੇਕ ਪੈ ਗਿਆ, ਬਾਲਣ ਲਿਫਾਫਾ ਵੇਖਦਾ ਹੀ ਰਹਿ ਗਿਆ, ਹਾਏ ਪਤਾ ਨਹੀਂ ਸੀ ਕਿੰਨੀ ਆਰੀ ਜਾਣਾ ਚੁੱਕਿਆ, ਹੁਣ ਮਰ ਜਾਣੀ ਨੇ ਸਿਰਾ 'ਤੇ ਸੁੱਟਿਆ, ਮੈਨੂੰ ਇੰਜ ਲੱਗੇ ਮੈਥੋਂ ਪਾਪ ਹੋ ਗਿਆ। ਫਿਰ ਸਰਤਾਜ ਚੁੱਪ ਚਾਪ। ਵਾਹ ਜੀ ਵਾਹ, ਕੀ ਬਾਤ ਹੈ, ਬਹੁਤ ਹੀ ਹਾਰਟ ਟਚਿੰਗ ਸੌਂਗ ਹੈ, ਬਹੁਤ ਜ਼ਿਆਦਾ। ਇੱਕ ਸਵਾਲ ਮੇਰਾ ਲਾਸਟ ਪਰਸਨਲੀ ਹੈ, ਉਹ ਤੁਹਾਡੇ ਲਈ, ਮੈਰਿਜ ਲਾਈਫ ਤੁਹਾਡੀ ਕਿੱਦਾਂ ਦੀ ਚੱਲਦੀ, ਮਤਲਬ ਜਦੋਂ ਵਾਈਫ ਰੁੱਸ ਜਾਂਦੀ ਹੈ ਕਿ ਤੁਸੀਂ ਸ਼ਾਇਰਾਨਾ ਅੰਦਾਜ਼ ਨਾਲ ਉਹਨਾਂ ਨੂੰ ਮਨਾਉਂਦੇ ਹੋ, ਜਾਂ ਕਿਹੜਾ ਗੀਤ ਗਾ ਕੇ ਉਹਨਾਂ ਨੂੰ ਤੁਸੀਂ ਮਨਾਉਂਦੇ ਹੋ, ਜਾਂ ਫਿਰ ਉਹ ਬਾਰ ਬਾਰ ਰੁੱਸਦੇ ਆ ਕਿ ਤੁਸੀਂ ਗੀਤ ਗਾ ਕੇ ਉਹਨਾਂ ਨੂੰ ਮਨਾਉਂਗੇ? ਹਾਂ ਨਹੀਂ, ਇਹੋ ਜਿਹੀ ਨੌਬਤ ਜਨਰਲੀ ਨਹੀਂ ਆਉਂਦੀ, ਵੈਰੀ ਅੰਡਰਸਟੈਂਡੇਬਲ ਚੀਜ਼ਾਂ ਹੁੰਦੀਆਂ ਕਈ ਕਈ, ਅਤੇ ਘਰ 'ਚ ਤਾਂ ਜ਼ਿਆਦਾਤਰ ਲੋਕਾਂ ਨੂੰ ਇਹ ਲੱਗਦਾ ਯਾਰ ਜਿਹੜੇ ਸ਼ਾਇਰ ਬੰਦੇ ਉਹ ਘਰ ਵੀ ਸ਼ਾਇਰੀ ਕਰਦੇ, ਜਿਵੇਂ ਸ਼ਬਾਨਾ ਜੀ ਨੂੰ ਕਿਸੇ ਨੇ ਪੁੱਛਿਆ ਹੋਣਾ ਤਾਂ ਸ਼ਾਇਦ ਤੁਸੀਂ ਉਹ ਦੇਖਿਆ, ਕਹਿੰਦੇ ਅੱਛਾ ਜਾਵੇਦ ਸਾਹਿਬ ਆਪਕੇ ਸਾਥ ਕਿਤਨੀ ਸ਼ਾਇਰੀ ਸੁਣਾਤੇ ਹੈ, ਉਹ ਕਹਿੰਦੇ ਜਾਦੂ ਮੇਰੇ ਕੋ ਕੁਛ ਨਹੀਂ ਸੁਣਾਤੇ, ਇਹ ਤੋਂ ਬਾਅਦ ਮੁਸ਼ਾਇਰੇ ਵੀ ਸੁਣਾ ਕੇ ਆ ਜਾਂਦੇ ਹੈ ਸਾਰਾ ਕੁਛ। ਸੋ ਜਨਰਲ ਹਿਊਮਨ ਜਿੱਦਾਂ ਹੁੰਦਾ ਹੈ ਉਸੇ ਤਰ੍ਹਾਂ ਹੁੰਦਾ, ਇਸ ਤਰ੍ਹਾਂ ਕੁਛ ਨਹੀਂ ਹੁੰਦਾ ਕਿ ਅੱਛਾ ਤੁਸੀਂ ਜੇ ਚਾਹ ਵੀ ਮੰਗਣੀ ਹੈ ਤਾਂ ਬਸ ਪੋਇਟਰੀ 'ਚ ਮੰਗਣੀ ਹੈ। ਨਹੀਂ ਨਹੀਂ, ਉੱਦਾਂ ਜਦੋਂ ਕਦੀ ਰੁੱਸ ਜਾਂਦੇ ਆ ਫਿਰ ਤਾਂ ਤੁਸੀਂ ਕੁਛ ਸਪੈਸ਼ਲ ਕਰਦੇ ਹੋਣੇ, ਜਾਂ
ਕੋਈ ਸ਼ੇਅਰ ਸੁਣਾਉਂਦੇ ਹੋਣੇ ਆ ਜਾਂ ਕੁਛ? ਨਹੀਂ, ਇਸ ਤਰ੍ਹਾਂ ਅੱਛਾ ਕਦੀ ਨਹੀਂ ਉਹਨਾਂ ਨੇ ਕਦੀ ਫਰਮਾਇਸ਼ ਵੀ ਨਹੀਂ ਕੀਤੀ? ਨਹੀਂ ਨਹੀਂ ਫਰਮਾਇਸ਼ ਨਹੀਂ ਕੀਤੀ। ਅੱਛਾ ਠੀਕ ਹੈ। ਆਮ ਬੰਦੇ ਦੀ ਵੋਟੀ ਰੋਸ ਸਕਦੀ ਹੈ ਬਵੇ ਤਾਂ ਸਰਤਾਜ ਦੀ ਵੋਟੀ। ਹਾਂ ਆਮ ਬੰਦਾ ਹੀ ਸਰਤਾਜ ਨਹੀਂ, ਆਪਣਾ ਕੋਈ ਗਾਣਾ ਪਲੇ ਕਰ ਦਿੱਤਾ। ਹਾਂ ਫਿਰ ਵੀ ਇੱਕ ਆਮ ਬੰਦੇ ਦੀ ਵੋਟੀ ਰੋਸ, ਮੇਰੀ ਵੋਟੀ ਰੋਸ ਜੇ ਤਾਂ ਮੈਨੂੰ ਮਨਾਉਣਾ ਤੇ 36 ਚੀਜ਼ਾਂ ਕਰਨੀਆਂ। ਤੁਸੀਂ ਕੀ ਕਰਦੇ ਹੋ ਮਨਾਲ ਲਈ? ਦੱਸਣਾ ਲਾਜ਼ਮੀ ਨਹੀਂ ਸਮਝਦਾ ਮੈਂ। ਮੈਰਿਡ ਤੇ ਖੈਰ ਬਬੀਤਾ ਵੀ ਤੁਸੀਂ ਰੁੱਸਦੇ ਹੋ ਤੇ ਮੈਨੂੰ ਕੀ ਬਕਾਇਦਾ ਸਰਤਾਜ? ਨਹੀਂ ਮੈਂ ਸੀਰੀਅਸਲੀ ਕਹਿੰਦੀ ਹਾਂ ਕਿ ਮੈਨੂੰ ਤੁਸੀਂ ਸੌਂਗ ਸੁਣਾਓ ਕੋਈ ਵੀ। ਖੈਰ ਉਹ ਸਿੰਗਰ ਤਾਂ ਨਹੀਂ ਹੈਗੇ, ਲੇਕਿਨ ਉਹ ਮੈਂ ਕਹਿ ਦਿੰਦੀ ਹਾਂ ਕਿ ਮੈਨੂੰ ਮਨਾਲੀ ਕੋਈ ਸੌਂਗ ਸੁਣਾਓ। ਕੋਈ ਵੀ ਨਹੀਂ, ਕੋਈ ਮਤਲਬ ਪਾਰਟਿਕੂਲਰ ਕੋਈ ਸੌਂਗ ਨਹੀਂ ਮੈਂ ਫਰਮਾਇਸ਼ ਕਰਦੀ, ਕੋਈ ਵੀ ਸੁਣਾ ਦਿਓ। ਬਬੀਤਾ ਨੇ ਜ਼ਿਕਰ ਵੀ ਕੀਤਾ ਕਿ ਘਰ ਰੁੱਸ ਜਾਂਦੇ ਹਨ, ਕਿੰਨਾ ਕੁ ਡਿਫਰੈਂਸ ਹੋ ਜਾਂਦਾ ਉਹਦੇ ਵਿੱਚ ਤੁਸੀਂ ਜਦ ਬਾਹਰ ਜਾਂਦੇ ਹੋ ਜਦ ਘਰ ਰਹਿੰਦੇ ਹੋ? ਕੋਈ ਇੱਕ ਡਿਫਰੈਂਸ ਜਿਹੜਾ ਬਹੁਤ ਵੱਡਾ? ਕੁਝ ਇਤਨਾ ਡਿਫਰੈਂਸ ਨਹੀਂ ਹੁੰਦਾ ਫਿਰ ਵੀ। ਹਾਂ ਮਤਲਬ ਜਿਵੇਂ ਹੁਣ ਤੁਸੀਂ ਹੋ, ਤੁਸੀਂ ਰਸਤੇ 'ਚ ਜਾ ਕੇ ਮੇਰੇ ਵਾਂਗੂ ਬ੍ਰੈਡ ਨਹੀਂ ਲੈ ਕੇ ਆ ਸਕਦੇ ਚੌਂਕ 'ਚੋਂ? ਨਹੀਂ ਮੈਂ ਤਾਂ ਲੈਂਦੀ ਹਾਂ। ਅੱਛਾ ਲੈਂਦੇ ਹੋ? ਹਾਂਜੀ, ਉਹ ਮੇਕਅਪ ਉਤਾਰ ਕੇ ਹਾਂਜੀ ਇੰਨਾ ਫਰਕ ਨਹੀਂ ਪੈਂਦਾ। ਹਾਂ ਨਹੀਂ 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 ਕੋਈ ਗੱਲ ਨਹੀਂ ਹੈ। ਹਾਂ ਮੈਂ ਤਾਂ ਲਾ ਸਕਦੀ, ਮੈਂ ਦੀਪਿਕਾ ਪਾਦੂਕੋਣ ਤੋਂ ਨਹੀਂ ਹਾਂ ਤਾਂ ਕਿ ਮੈਂ ਜਾਵਾਂਗੀ ਤਾਂ ਕੋਈ ਕੁਛ ਹੋ ਜਾਏਗਾ। ਹਾਂਜੀ ਕੋਈ ਗੱਲ ਨਹੀਂ ਹੈ। ਵਾਟ ਅਬਾਊਟ ਸਰਤਾਜ, ਤੁਹਾਡਾ ਕੀ ਮੰਨਣਾ ਇਸ ਬਾਰੇ? ਪਹਿਚਾਣ ਸਕਣ, ਖਾਸ ਤੌਰ ਤੇ ਜਿਸ ਸਟੇਟ ਚ ਤੁਸੀਂ ਹੁੰਦੇ ਆ, ਬੀਇੰਗ ਅ ਪਰਫਾਰਮਰ, ਤੁਹਾਨੂੰ ਲੋਕ ਪਿਆਰ ਵੀ ਕਰਦੇ ਆ। ਬੰਬੇ ਥੋੜਾ ਜਿਹਾ ਜਿਵੇਂ ਅਦਿਤੀ ਨੇ ਕਿਹਾ, ਇਸ ਤਰ੍ਹਾਂ ਨਹੀਂ ਹੈਗਾ ਕਿ ਅੱਛਾ ਸ਼ੀ ਇਜ਼ ਨਾਟ ਦੀਪਿਕਾ ਪਾਦੂਕੋਣ, ਸ਼ੀ ਇਜ਼ ਅਦਿਤੀ ਸ਼ਰਮਾ ਐਂਡ ਦੈਟ ਇਜ਼ ਅ ਬਿਗ ਥਿੰਗ। ਬਟ ਬੰਬੇ ਥੋੜਾ ਜਿਹਾ ਕਲਚਰ ਅਲੱਗ ਆ, ਉੱਥੇ ਕਿਸ ਉਹ ਤੁਹਾਨੂੰ ਦਿੰਦੇ ਆ, ਸਪੇਸ ਦੇ ਦਿੰਦੇ ਆ ਸੈਲੀਬ੍ਰਿਟੀ ਨੂੰ ਕਿ ਅੱਛਾ ਯਾਰ ਕਿ ਇਫ ਸ਼ੀ ਇਜ਼ ਇਨ ਹਰ ਓਨ ਜ਼ੋਨ ਵੀ ਸ਼ੁੱਡ ਨਾਟ ਬੋਦਰ। ਜੇਕਰ ਉਹਨੂੰ ਲੱਗਦਾ ਕਿ ਅੱਛਾ ਉਹ ਫਨੀ ਮੂਡ 'ਚ ਹੈਗੀ ਹੈ, ਫਿਰ ਉਹ ਲੋਕ ਆ ਵੀ ਜਾਂਦੇ ਆ ਅਤੇ ਦੇ ਕੈਨ ਆਸਕ ਫੋਰ ਆਟੋਗ੍ਰਾਫ ਔਰ ਫੋਟੋਗ੍ਰਾਫ। ਮੈਂ ਬੰਬੇ ਦਾ ਇਹ ਕਲਚਰ ਦੇਖਿਆ, ਜਨਰਲੀ ਉੱਥੇ ਦਾ ਭੀੜ ਇਕੱਠੀ ਹੋ ਕੇ ਤੁਹਾਨੂੰ ਤੰਗ ਨਹੀਂ ਕਰਦੀ ਇਨ ਜਨਰਲ, ਹੈ ਨਾ। ਪੰਜਾਬ 'ਚ ਥੋੜ੍ਹਾ ਜਿਹਾ ਕਲਚਰ ਇਸ ਤਰ੍ਹਾਂ ਦਾ ਡਿਫਰੈਂਟ ਆ, ਖਾਸ ਤੌਰ 'ਤੇ ਜਿੱਦਾਂ ਅਸੀਂ ਚੰਡੀਗੜ੍ਹ ਹਾਂ, ਜੇ ਤੁਸੀਂ ਫਸ ਕਰੋ ਕਿਤੇ ਰੈਸਟੋਰੈਂਟ ਜਾਣਾ ਜਾਂ ਕੁਛ ਜਾਣਾ, ਜਾਂ ਤਾਂ ਜਿੱਦਾਂ ਸਾਡੇ ਜ਼ਿਆਦਾਤਰ ਜਿਹੜੇ ਰੈਸਟੋਰੈਂਟ ਵਾਲੇ ਤੁਹਾਡੇ ਜਨਰਲੀ ਵਾਕਿਫ ਹੁੰਦੇ ਆ, ਉਹਨਾਂ ਨੂੰ ਕਰੀਦਾ ਕਿ ਅੱਛਾ ਤੁਸੀਂ ਸੈਪਰੇਟ ਕੋਈ ਜਗ੍ਹਾ ਕਰ ਲਿਓ ਮੈਨੇਜ, ਹੈ ਨਾ, ਅਸੀਂ ਇੰਨੇ ਵਜੇ ਆਵਾਂਗੇ ਦਿਸ ਐਂਡ ਦੈਟ, ਜੇ ਫਰੈਂਡ ਸਰਕਲ ਆਊਗਾ। ਜੇ ਸਿਨੇਮਾ ਤੁਸੀਂ ਜਾਣਾ ਤਾਂ ਦਾ ਲਾਸਟ ਸ਼ੋਅ ਜਿਹੜਾ ਹੁੰਦਾ 12:45 ਵਾਲਾ ਚੰਡੀਗੜ੍ਹ ਤਾਂ ਹੁੰਦਾ, ਸਾਡੇ ਕਈ ਸਿਟੀਜ਼ ਨਹੀਂ ਹੁੰਦਾ, ਉਦੋਂ ਚਲੇ ਜਾਈਦਾ। ਸ਼ੋਪਿੰਗ ਲਈ ਜਨਰਲੀ ਚਲੋ ਤੁਸੀਂ ਆਊਟਸਾਈਡ ਇੰਡੀਆ ਜਦੋਂ ਹੁੰਦੇ ਹੋ ਉੱਥੇ ਤੁਹਾਨੂੰ ਜ਼ਿਆਦਾ ਈਜ਼ੀ ਹੁੰਦਾ, ਸੋ ਇਟਸ ਮੈਨੇਜੇਬਲ ਬਿਊਟੀਫੁਲੀ ਆਈ ਥਿੰਕ। ਮੈਨੇਜੇਬਲ ਤਾਂ ਹੈਗਾ, ਪਰ ਵਿਦੇਸ਼ ਵਿੱਚ ਜਾ ਕੇ ਇੰਡੀਆ 'ਚ ਔਖਾ ਨਹੀਂ ਹੋ ਜਾਂਦਾ? ਮਤਲਬ ਖਾਸ ਕਰਕੇ ਆਪਣੇ ਪੰਜਾਬ ਜਾਂ ਮੰਨ ਲਓ ਮੈਂ ਹੁਸ਼ਿਆਰਪੁਰ ਦੀ ਗੱਲ ਕਰਾਂ, ਜੱਦੀ ਪਿੰਡ ਜਿੱਥੇ ਹੈਗਾ, ਉੱਥੇ ਪਿੰਡ ਦੀ ਤਾਂ ਗੱਲ ਇੱਕ ਹੋਰ ਹੈ। ਨਹੀਂ ਜੇ ਤਾਂ ਤੁਹਾਡਾ ਵਾਕਈ ਜੀ ਕਰਦਾ ਹੈ ਤੇ ਫਿਰ ਕੀ ਹੈ, ਲੋਕ ਤੁਹਾਨੂੰ ਕਿਤੇ ਮਾਰਨ ਥੋੜੋ ਆ ਰਿਹਾ, ਉਹ ਤੁਹਾਨੂੰ ਪਿਆਰ ਕਰਨ ਹੀ ਆ ਰਹੇ ਆ, ਉਹ ਤਾਂ ਵੱਧ ਤੋਂ ਵੱਧ ਕੀ ਕਰਨ ਚੰਗਾ ਹੀ ਲੱਗਦਾ ਹੈ ਐਜ਼ ਐਨ ਆਰਟਿਸਟ ਜਦੋਂ ਕੋਈ ਮਿਲਦਾ ਹੈ, ਕੋਈ ਕਹਿੰਦਾ ਹੈ। ਹਾਂ ਹਾਂ, ਮੈਂ ਰੀਸੈਂਟਲੀ ਅਸੀਂ ਸਾਡਾ ਬਜਰੌਰ, ਮੈਂ ਆਪਣੇ ਸਾਡੇ ਪਿੰਡ ਹੁਸ਼ਿਆਰਪੁਰ ਜ਼ਿਲ੍ਹੇ 'ਚ ਹੈਗਾ, ਅਸੀਂ ਮੈਂ ਸਪੈਸ਼ਲੀ ਜਾ ਕੇ ਆਇਆ, ਸੜਕ 'ਤੇ ਖੜ੍ਹੇ ਹੋਏ ਬੱਚੇ ਭੱਜ ਭੱਜ ਕੇ, ਮੈਂ ਕਿਹਾ ਆ ਜਾਓ ਆ ਜਾਓ, ਮੈਂ ਤਾਂ ਖੁਸ਼ੀ ਨਾਲ ਉਹਨਾਂ ਨੂੰ ਮਿਲ ਕੇ ਆਇਆ ਸਾਰਾ ਕੁਛ। ਸੋ ਇਹ ਇਹਨਾਂ ਚੀਜ਼ਾਂ ਕਰਕੇ ਤਾਂ ਤੁਸੀਂ ਫਨਕਾਰ ਬਣਦੇ ਆ, ਫਿਰ ਤੁਸੀਂ ਕਹਿੰਦੇ ਅੱਛਾ ਇਹ ਚੀਜ਼ਾਂ ਸਾਨੂੰ ਬੋਦਰ ਕਰਦੀਆਂ ਨੇ, ਵਾਹ। ਹਾਂ, ਮੇਰਾ ਨਹੀਂ ਖਿਆਲ ਕਿ ਦਿਸ ਇਜ਼ ਅ ਬੋਦਰੇਸ਼ਨ। ਕੀ ਮੈਸੇਜ ਦਿੰਦੇ ਹੋ ਤੁਸੀਂ ਆਮ ਪਬਲਿਕ ਨੂੰ ਔਰ ਲੋਕਾਂ ਨੂੰ, ਕੀ ਮੈਸੇਜ ਦੇਣਾ ਚਾਹੋਗੇ ਇਨ ਜਨਰਲ? ਜੀ ਓਕੇ, ਸਪੈਸ਼ਲੀ ਅਸੀਂ ਕਿਉਂਕਿ ਪੰਜਾਬ 'ਚ ਬੈਠੇ ਹਾਂ, ਜਲੰਧਰ ਸ਼ਹਿਰ ਹੈ, ਦੁਆਬਾ ਹੈ, ਵੈਸੇ ਸਾਰੇ ਪੰਜਾਬ ਦੇ ਵਿੱਚ। ਮੈਂ ਨੌਜਵਾਨਾਂ ਨੂੰ ਸਿਰਫ ਇੱਕੋ ਹੀ ਤਾਕੀਦ ਕਰਨਾ ਚਾਹੁੰਦਾ ਕਿ ਥੋੜ੍ਹੀ ਜਿਹੀ ਨਿਮਰਤਾ ਦੇ ਧਰਨੀ ਹੋ ਜਾਈਏ। ਜਿਹਨਾਂ ਗੁਰੂਆਂ ਪੀਰਾਂ ਦੀ ਧਰਤੀ 'ਤੇ ਅਸੀਂ ਬੈਠੇ ਹਾਂ, ਉਹਨਾਂ ਨੇ ਤਾਂ ਮਿੱਠਤ ਨੀ ਵੀ ਨਾਨਕਾ ਗੁਣ 'ਚ ਗਿਆਈਆਂ ਤੱਤ ਦਾਸਾਂ ਨੂੰ ਸਾਰ ਦਿੱਤਾ। ਜਦੋਂ ਤੁਸੀਂ ਥੋੜ੍ਹੇ ਜਿਹੇ ਹੰਬਲ ਹੋ ਜਾਂਦੇ ਆ ਨਾ, ਤਕਰੀਬਨ ਸਾਰੀਆਂ ਚੀਜ਼ਾਂ ਬੈਲੈਂਸ ਮੋਡ 'ਤੇ ਆ ਜਾਂਦੀਆਂ ਨੇ। ਜੇਕਰ ਤੁਹਾਨੂੰ ਕਿਸੇ ਨਾਲ ਗੁੱਸਾ ਆ, ਉਹ ਵੀ ਥੋੜ੍ਹਾ ਜਿਹਾ ਬੈਕਫੁੱਟ 'ਤੇ ਹੋ ਜਾਏਗਾ। ਇਹ ਜ਼ਰੂਰੀ ਆ, ਇਹ ਜ਼ਰੂਰ ਨਿਮਰਤਾ ਇਜ਼ ਦਾ ਬੇਸ। ਮੈਨੂੰ ਲੱਗਦਾ ਕਿ ਹੰਬਲਨੈਸ ਇਜ਼ ਦਾ ਬੇਸ ਆਫ ਕਿਸੇ ਵੀ ਪੋਜ਼ਿਟਿਵ ਚੀਜ਼ ਦਾ। ਜਦੋਂ ਤੁਸੀਂ ਥੋੜ੍ਹੇ ਜਿਹੇ ਹਰ ਇੱਕ ਚੀਜ਼ ਨੂੰ ਹੰਬਲਨੈਸ ਦੇ ਨਾਲ ਰਿਸੀਵ ਕਰਨਾ ਸ਼ੁਰੂ ਕਰ ਲੈਂਦੇ ਆ, ਤਾਂ ਚੀਜ਼ਾਂ ਇਨ ਪਲੇਸ ਹੋ ਜਾਂਦੀਆਂ ਨੇ। ਫਿਰ ਤੁਹਾਨੂੰ
ਡਰੱਗ ਦੀ ਵੀ ਐਡਿਕਸ਼ਨ ਨਹੀਂ ਹੋਏਗੀ, ਫਿਰ ਤੁਹਾਨੂੰ ਪਿਸਟਲ ਰੱਖਣ ਦੀ ਵੀ ਐਡਿਕਸ਼ਨ ਨਹੀਂ ਹੋਏਗੀ, ਫਿਰ ਤੁਹਾਨੂੰ ਬੇਸਬਾਲ ਵੀ ਗੱਡੀ 'ਚ ਨਹੀਂ ਰੱਖਣਾ ਪਏਗਾ, ਸਾਰੀਆਂ ਚੀਜ਼ਾਂ ਇੱਥੋਂ ਸ਼ੁਰੂ ਹੁੰਦੀਆਂ। ਬਿਲਕੁਲ, ਜਿਵੇਂ ਅੱਜ ਦੇ ਟਾਈਮ 'ਚ ਅਗਰੈਸਿਵ ਨੇ ਬਹੁਤ ਜ਼ਿਆਦਾ ਲੋਕ, ਨਹੀਂ ਅਗਰੈਸਿਵ ਹੋਣਾ ਬਹੁਤ ਚੰਗੀ ਗੱਲ ਹੈ, ਸਾਡੇ ਪੰਜਾਬ ਦੇ ਵਿੱਚ ਜੁਝਾਰੂ ਪਣਾ ਇਹ ਸਾਡੀ ਖੂਬੀ ਆ, ਸਾਰਾ ਹਿੰਦੁਸਤਾਨ ਇਸ ਗੱਲ ਦੀ ਕਦਰ ਵੀ ਕਰਦਾ ਔਰ ਇਸ ਗੱਲ ਨੂੰ ਸ਼ਾਨ ਵੀ ਸਮਝਦਾ, ਇੱਕ ਜਾਣੀ ਨਹੀਂ ਚਾਹੀਦੀ, ਪਰ ਅਗਰੈਸਿਵ ਉੱਥੇ ਹੋਵੋ ਜਿੱਥੇ ਜ਼ਰੂਰਤ ਆ, ਬੇਵਜ੍ਹਾ ਨਹੀਂ। ਕੋਈ ਵੀ ਚੀਜ਼ ਹੱਦ ਤੋਂ ਜ਼ਿਆਦਾ ਖਰਾਬ ਹੈ, ਨਹੀਂ ਹੱਦ ਤੋਂ ਜ਼ਿਆਦਾ ਨਹੀਂ, ਹੱਦ ਤੋਂ ਜ਼ਿਆਦਾ ਤਾਂ ਡੈਫੀਨੇਟਲੀ ਖਰਾਬ ਆ, ਆਪਣੀ ਜਗ੍ਹਾ ਤੇ ਆਪਣੇ ਟਾਈਮ ਤੋਂ ਇਲਾਵਾ ਜੀ ਕਰੋਗੇ ਤੇ ਖਰਾਬ। ਤੁਸੀਂ ਕਦੀ ਹੋਏ ਹੋ ਅਗਰੈਸਿਵ? ਨਹੀਂ, ਮੈਂ ਕਦੀ ਨਹੀਂ ਹੋਇਆ। ਵਿਆਹ ਹੋ ਗਿਆ ਨਾ। ਅੱਛਾ, ਉਸ ਤੋਂ ਪਹਿਲਾਂ ਸੀਗੇ? ਉਸ ਤੋਂ ਪਹਿਲਾਂ ਤਾਂ ਹਰ ਕੋਈ ਹੁੰਦਾ, ਉਹ ਵੀ ਸਰਤਾਜ ਵਾਲੀ ਗੱਲ ਕਿ ਹਰ ਚੀਜ਼ ਵਕਤ ਤੇ ਹੁੰਦੀ ਹੈ ਨਾ। ਨਹੀਂ ਨਹੀਂ, ਕਾਲਜ ਟਾਈਮ ਦੇ ਕਿਸੇ ਵੀ, ਦੇਖੋ ਜਿਹੜੀ ਇੱਕ ਉਮਰ ਆ ਉਹਨੇ ਆਪਣਾ ਤਕਾਜ਼ਾ ਦਿਖਾਣਾ ਹੀ ਆ, ਜਦੋਂ ਤੁਸੀਂ ਅਡੋਲਸੈਂਸ ਤੋਂ ਟੀਨੇਜ ਚ ਜਾਂਦੇ ਆ, ਟੀਨੇਜ ਤੋਂ ਥੋੜੀ ਯੰਗ ਏਜ ਚ ਜਾਂਦੇ ਆ, ਉਹਦੀਆਂ ਆਪਣੀਆਂ ਆਪਣੀਆਂ ਫਿਤਰਤਨ ਚੀਜ਼ਾਂ ਹੁੰਦੀਆਂ, ਉਹ ਹੋ ਹੀ ਜਾਣੀਆਂ ਨੇ, ਬਸ ਉਹਨਾਂ ਨੂੰ ਕਿੰਨਾ ਕੁ ਮੈਨੇਜ ਕਰਕੇ ਤੁਸੀਂ ਬਿਊਟੀਫੁਲੀ ਜ਼ਿੰਦਗੀ ਜੀਉਣੀ ਹੈ, ਦੈਟ ਇਜ਼ ਲਾਈਫ। ਬਿਲਕੁਲ ਬਿਲਕੁਲ। ਤੁਹਾਡੇ ਕੀ ਵਿਚਾਰ ਨੇ ਆਦਿਤੀ ਇਸ ਤੇ, ਇਸ ਤੇ ਇਸ ਟੌਪਿਕ? ਤੁਸੀਂ ਕਿੰਨੇ ਅਗਰੈਸਿਵ ਹੋ? ਮੈਂ ਕੁੜੀਆਂ ਵੈਸੇ ਜ਼ਿਆਦਾ ਹੁੰਦੀਆਂ ਹੈ, ਜ਼ਿਆਦਾ ਹੁੰਦੀ ਹਾਂ, ਗੁੱਸਾ ਬਹੁਤ ਹੁੰਦਾ ਹੈ ਕੁੜੀਆਂ 'ਚ। ਨਹੀਂ, ਮੈਂ ਅੱਛਾ ਮੈਂ ਕਿਹਾ ਕੁੜੀਆਂ ਜ਼ਿਆਦਾ ਨਹੀਂ ਹੁੰਦੀਆਂ। ਨਹੀਂ ਨਹੀਂ, ਨਹੀਂ ਲੱਗਦਾ, ਬਹੁਤ ਹੁੰਦੀਆਂ, ਗੁੱਸਾ ਬਹੁਤ ਹੁੰਦਾ ਹੈ। ਇਹ ਬਬੀਤਾ ਨੂੰ ਇਹ ਲੱਗ ਰਿਹਾ ਸਾਰੇ ਇਹਦੇ ਵਰਗੇ। ਨਹੀਂ, ਮੈਂ ਵੈਸੇ ਜ਼ਿਆਦਾ ਗੁੱਸੇਖੋਰ ਨਹੀਂ ਆ, ਬਟ ਕਦੀ ਕਦੀ ਹੋ ਜਾਂਦਾ। ਨਹੀਂ, ਮੈਨੂੰ ਨਹੀਂ ਲੱਗਦਾ ਮੈਨੂੰ ਜ਼ਿਆਦਾ ਗੁੱਸਾ ਨਹੀਂ ਆਉਂਦਾ। ਜੇ ਗੁੱਸਾ ਆ ਵੀ ਜਾਵੇ ਤਾਂ ਫਿਰ ਉਸ ਨੂੰ ਸ਼ਾਂਤ ਕਿਵੇਂ ਕਰਦੇ ਹੋ, ਕੰਟਰੋਲ ਕਿਵੇਂ ਕਰਦੇ ਹੋ? ਕਿਉਂਕਿ ਹਰ ਚੀਜ਼ ਕੰਟਰੋਲ 'ਚ ਸਾਡੇ ਪਾਸ ਹੀ ਹੈ, ਅਸੀਂ ਚਾਹੀਏ ਤੇ ਗੁੱਸਾ ਵੱਧ ਵੀ ਸਕਦਾ, ਅਸੀਂ ਹੀ ਚਾਹੀਏ। ਉਹੀ ਸਰਤਾਜ ਵਾਲੀ ਗੱਲ ਹੈ ਕਿ 3 ਸੈਕਿੰਡ ਲਈ ਗੁੱਸਾ ਹੋਲਡ ਕਰ ਲਓ ਤਾਂ। ਮੈਂ ਵੀ ਇਹ ਪਹਿਲੀ ਵਾਰੀ ਸੁਣਾ ਐਕਚੁਅਲੀ, 3 ਸੈਕਿੰਡ ਲਈ। ਮੈਂ ਇਹ ਸੋਚ ਰਹੀ ਸੀ ਕਿ ਮੈਂ ਵੀ ਹੁਣ ਟਰਾਈ ਕਰਾਂਗੀ। ਕਿ 1 2 3 ਹਾਂ, 3 ਗਿਣ ਲਓ। ਬਟ ਨਹੀਂ, ਜਾਂਦਾ ਨਹੀਂ, ਖਤਮ ਨਹੀਂ ਹੁੰਦਾ ਇੰਨੀ ਜਲਦੀ। ਬੇਸਿਕਲੀ ਦੇਖੋ, ਇਹ ਤਾਂ ਕਹਿੰਦੇ ਹੁੰਦੇ ਕਿ ਕਦੋਂ ਤੋਂ ਅਜ਼ਲਾਂ ਤੋਂ ਇਹ ਚੀਜ਼ਾਂ ਨੂੰ ਹਿਊਮਨ ਜਿਹੜਾ ਹੈ ਸਰਪਾਸ ਕਰਨ ਦੀ ਕੋਸ਼ਿਸ਼ ਕਰਦਾ, ਹਾਲੇ ਤੱਕ ਕਰ ਨਹੀਂ ਪਾਇਆ, ਥੋੜੀਆਂ ਬਹੁਤ ਮੈਨੇਜ ਹੋਈਆਂ ਨੇ, ਬਟ ਦੈਟਸ ਇਨਫ। ਆਪਾਂ ਇੱਥੇ ਇਹ ਪੰਜਾਬੀ ਮਾਂ ਬੋਲੀ ਦੀ ਵੀ ਗੱਲ ਕਰ ਲੈਂਦੇ ਹਾਂ, ਕਿਉਂਕਿ ਉਹ ਬਹੁਤ ਜ਼ਰੂਰੀ ਆ ਇਹ ਵੀ ਟੌਪਿਕ। ਕੀ ਲੱਗਦਾ ਤੁਹਾਨੂੰ ਕਿ ਪੰਜਾਬ ਦੇ ਵਿੱਚ ਪੰਜਾਬੀ ਮਾਂ ਬੋਲੀ ਹੈ ਜਿਹੜੀ, ਉਹ ਕਿੰਨਾ ਕੁ ਇਸ ਟਾਈਮ ਸਟੈਬਲਿਸ਼ ਹੋ ਰਹੀ ਆ, ਕਿ ਕਿਤੇ ਪਿਛੜਦੀ ਤਾਂ ਨਹੀਂ ਜਾ ਰਹੀ? ਬੋਲੀ ਨਹੀਂ ਪਿਛੜਦੀ ਕਦੀ ਵੀ, ਬੋਲੀ ਤੇ ਬਹੁਤ ਫਲਰਿਸ਼ਿੰਗ ਮੋਡ ਤੇ ਹੈ ਸਾਡੀ, ਯੂਨੀਵਰਸਲੀ ਕਹਿ ਲਓ, ਜਿੱਥੇ ਵੀ ਹੈ ਲੋਕ ਪੰਜਾਬੀ, ਕਿਹੜੇ ਕਿਹੜੇ ਲੋਕ। ਹਾਲਾਂਕਿ ਅਦਿਤੀ ਦੀ ਅੱਜ ਦੇਖੋ ਪਰਵਰਿਸ਼ ਪੈਦਾਇਸ਼ ਅੰਮ੍ਰਿਤਸਰ ਦੀ ਹੈ, ਪਰ ਸਾਰੀ ਜ਼ਿੰਦਗੀ ਲਖਨਊ ਜਾਂ ਕਿਤੇ ਬਾਹਰ ਰਹੇ ਨੇ, ਡਿਸਪਾਈਟ ਦੈਟ ਕਿੰਨੀ ਸੋਹਣੀ ਪੰਜਾਬੀ ਬੋਲ ਰਹੇ ਨੇ ਫਿਰ ਵੀ, ਹੈ ਨਾ। ਸੋ ਇਹਦਾ ਇਹ ਸਿੱਧਾ ਸਿੱਧਾ ਮਤਲਬ ਹੈ ਕਿ ਜਿਹੜੀ ਜ਼ੁਬਾਨ ਹੈ ਉਹ ਤੇ ਬਹੁਤ ਖੂਬਸੂਰਤ ਮੋਡ ਤੇ ਆ, ਜਿਹੜੀ ਮੈਂ ਗੱਲ ਕੀਤੀ ਸੀ, ਜਿਹੜੀ ਸਾਡੀ ਸਕ੍ਰਿਪਟ ਆ, ਦੈਟ ਇਜ਼ ਔਨ ਦਾ ਡੈਮੇਜਿੰਗ ਮੋਡ। ਗੁਰਮੁਖੀ ਜਿਹੜਾ ਸਾਡਾ ਗੀਤ ਸੀਗਾ, ਸ਼ਾਇਦ ਤੁਸੀਂ ਸੁਣਿਆ ਹੋਗਾ ਕਿ ਮੈਂ ਗੁਰਮੁਖੀ ਦਾ ਬੇਟਾ, ਮੈਨੂੰ ਤੋਲਦੇ ਨੇ ਅੱਖਰ, ਮਾਂ ਖੇਲਣ ਨੂੰ ਦਿੱਤੇ ਬੜੀ ਲੋੜਦੇ ਨੇ ਅੱਖਰ। ਸੋ ਮੈਂ ਉੱਥੇ ਜ਼ੁਬਾਨ ਦੀ ਗੱਲ ਨਹੀਂ ਕੀਤੀ, ਉੱਥੇ ਮੈਂ ਸਾਡੀ ਪਰਟੀਕੁਲਰ ਸਕ੍ਰਿਪਟ ਦੀ ਗੱਲ ਕੀਤੀ ਹੈ ਕਿ ਜਦੋਂ ਅੱਜ ਤੁਸੀਂ ਜਾਇਓ ਜਲੰਧਰ ਤੋਂ ਚੰਡੀਗੜ੍ਹ, ਤੁਸੀਂ ਬੋਰਡ ਪੜ੍ਹਦੇ ਜਾਇਓ, ਮੈਂ ਤਾਂ ਹੁਣ ਖਵਾਹਿਸ਼ ਵੀ ਰੱਖਦਾ, ਵਿਸ਼ ਕਰਦਾ ਕਿ ਚਲੋ ਗਲਤੀਆਂ ਨਾ ਹੋਣ, ਪਰ ਜਨਰਲੀ ਬਹੁਤ ਜ਼ਿਆਦਾ ਗਲਤੀਆਂ ਹੁੰਦੀਆਂ ਨੇ ਤੁਹਾਡੀ ਉਹਦੇ ਵਿੱਚ, ਲਿਖਾਈ ਦੇ ਵਿੱਚ। ਕਈ ਵਾਰੀ ਇਸ ਮੁਲਕ ਦੇ ਪ੍ਰਾਈਮ ਮਿਨਿਸਟਰ ਦਾ ਨਾਮ ਗਲਤ ਲਿਖਿਆ ਹੁੰਦਾ ਗੁਰਮੁਖੀ ਦੇ ਵਿੱਚ। ਸੋ ਇਸ ਕਰਕੇ ਠੀਕ ਹੈ, ਮਤਲਬ ਇਮੋਸ਼ਨ ਤਾਂ ਕਨਵੇ ਹੋ ਹੀ ਜਾਂਦਾ ਕਿ ਅੱਛਾ ਯਾਰ ਇਹ ਪ੍ਰਾਈਮ ਮਿਨਿਸਟਰ ਦਾ ਨਾਮ ਲਿਖਿਆ, ਦੈਟਸ ਇਟ, ਗਲਤ ਲਿਖਿਆ ਜਾਂ ਠੀਕ ਲਿਖਿਆ ਇੰਨਾ ਪਤਾ ਲੱਗ ਗਿਆ। ਜੇ ਤੁਸੀਂ ਇਸ ਨਜ਼ਰੀਏ ਨਾਲ ਦੇਖਣਾ ਦੈਨ ਇਟਸ ਫਾਈਨ, ਬਟ ਜੇ ਤੁਸੀਂ ਥੋੜ੍ਹੀ ਜਿਹੀ ਚਾਹੁੰਦੇ ਹੋ ਕਿ ਯਾਰ ਜਿਸ ਤਰ੍ਹਾਂ 35 ਸ਼ੁਰੂ ਹੋਈ ਸੀ, ਹੈ ਨਾ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੋਈ ਜਾਂ ਉਸ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਬਾਣੀ ਉਚਾਰੀ ਹੈ, ਅਤੇ ਉਹਦੇ ਹਿਸਾਬ ਦੇ ਨਾਲ ਜੇਕਰ ਤੁਸੀਂ ਆਪਣੇ ਐਲੀਮੈਂਟਸ ਨੂੰ, ਆਪਣੀ ਧਰੋਹਰ ਜਿਹਨੂੰ ਕਹਿੰਦੇ ਆ ਤੁਸੀਂ, ਪ੍ਰਿਜ਼ਰਵ ਕਰਨਾ, ਥੋੜ੍ਹਾ ਜਿਹਾ ਉਹਨੂੰ ਪ੍ਰਫਾਊਂਡ ਤਰੀਕੇ ਦੇ ਨਾਲ ਪ੍ਰਿਜ਼ਰਵ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਦੋਂ ਉਦੋਂ ਉੜਾੜਾ ਬਣਿਆ ਸੀਗਾ 52 ਅੱਖਰੀ ਦਾ, ਜਾਂ ਉਹ ਸੱਸੇ ਤੋਂ ਸ਼ੁਰੂ ਹੁੰਦੀ ਸੀ 35, ਉਸ ਤੋਂ ਬਾਅਦ ਹੌਲੀ ਹੌਲੀ ਆ ਕੇ ਉੜਾੜਾ ਸ਼ੁਰੂ ਹੋਇਆ। ਤੁਸੀਂ ਅਸੀਂ ਉਹਦੇ 'ਚ ਡਿਸਕ੍ਰਾਈਬ ਕੀਤਾ ਸੀ ਸਾਰਾ, ਥੋੜ੍ਹਾ ਜਿਹਾ ਦਾ ਹਿਸਟਰੀ ਆਫ ਜਿਹੜੀ ਹੈ ਸਾਡੀ ਸਕ੍ਰਿਪਟ ਆ ਪੰਜਾਬੀ ਦੀ, ਖਾਸ ਤੌਰ 'ਤੇ। ਜੀ ਨਹੀਂ, ਆਪਾਂ ਗੱਲਾਂ 'ਤੇ ਕਰਦੇ ਹਾਂ ਕਿ ਸਾਨੂੰ ਪੰਜਾਬੀ ਮਾਂ ਬੋਲੀ ਕਾਇਮ ਰੱਖਣੀ ਚਾਹੀਦੀ, ਸਾਨੂੰ ਪੰਜਾਬੀ ਬੋਲਣੀ ਚਾਹੀਦੀ, ਬਟ ਆਪਾਂ ਕਿਤੇ ਨਾ ਕਿਤੇ ਉਹ ਚੀਜ਼ ਨਹੀਂ ਕਰਦੇ, ਕਿਤੇ ਨਾ ਕਿਤੇ ਅਸੀਂ ਉਸ ਚੀਜ਼ ਤੋਂ ਪਿੱਛੇ, ਅਸੀਂ ਆਪਣੇ ਬੱਚਿਆਂ ਨੂੰ ਨਹੀਂ ਸਿਖਾਉਂਦੇ ਪੰਜਾਬੀ, ਉਹਨਾਂ ਨੂੰ ਵੀ ਇੰਗਲਿਸ਼ ਸਿਖਾਉਂਦੇ ਹਾਂ, ਸਕੂਲਾਂ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਕਿ ਪੰਜਾਬੀ ਨਹੀਂ ਤੁਸੀਂ ਬੋਲ ਸਕਦੇ, ਔਰ ਸ਼ਾਇਦ ਫਾਈਨ ਵਗੈਰਾ ਵੀ ਹੁੰਦਾ ਉੱਥੇ ਪੰਜਾਬੀ ਬੋਲਣ 'ਤੇ, ਲੇਕਿਨ ਅਸੀਂ ਹੀ ਉਸ ਚੀਜ਼ ਨੂੰ ਪਿੱਛੇ ਲੈ ਕੇ ਜਾ ਰਹੇ ਹਾਂ, ਜਦਕਿ ਸਾਨੂੰ ਉਸ ਚੀਜ਼ ਨੂੰ ਖੁੱਲ੍ਹ ਕੇ ਸਾਹਮਣੇ ਆਉਣਾ ਚਾਹੀਦਾ। ਕੀ ਲੱਗਦਾ ਤੁਹਾਨੂੰ, ਕਿਤੇ ਨਾ ਕਿਤੇ ਇਹ ਚੀਜ਼ਾਂ 'ਚ ਸਾਡੀ ਵੀ ਗਲਤੀ ਹੈ? ਦੇਖੋ, ਗਲਤੀ ਮੰਨਣ 'ਚ ਤਾਂ ਕੋਈ ਨੁਕਸਾਨ ਨਹੀਂ ਹੈ ਵੈਸੇ, ਜੇ ਗਲਤੀ ਨਾ ਵੀ ਹੋਵੇ ਤਾਂ ਵੀ ਮੰਨ ਲਓ, ਫਿਰ ਤੇ ਹੋਰ ਵਡੱਪਣ ਹੈ ਬੇਸਿਕਲੀ। ਕਿਉਂਕਿ ਆਪਾਂ ਕੈਮਰੇ ਅੱਗੇ ਲੋਕਾਂ ਦੇ ਨਾਲ ਗੱਲਾਂ ਬਾਤਾਂ ਤਾਂ ਬਹੁਤ ਕਰ ਲੈਂਦੇ ਹਾਂ ਕਿ ਹਾਂਜੀ ਸਾਡੀ ਪੰਜਾਬੀ ਮਾਂ ਬੋਲੀ, ਲੇਕਿਨ ਅਸੀਂ ਉਸ ਚੀਜ਼ ਨੂੰ ਆਪਣੇ ਅੰਦਰ ਨਹੀਂ ਲੈ ਕੇ ਆਉਂਦੇ।
ਇੱਕ ਜ਼ਬਾਨ ਦੇ ਨਾਲ ਸਰਵਾਈਵ ਨਹੀਂ ਕਰ ਸਕਦੇ ਜੇਕਰ ਤੁਸੀਂ ਆਪਣੇ ਆਪ ਨੂੰ ਰਿਪ੍ਰੈਜ਼ੈਂਟ ਕਰਨਾ ਗਲੋਬਲੀ ਜੇ ਤੁਸੀਂ ਚਾਹੁੰਦੇ ਹੋ ਕਿ ਸਾਡਾ ਕੋਈ ਬੰਦਾ ਫਰਜ਼ ਕਰੋ ਮੈਂ ਇੱਕ ਐਗਜ਼ਾਮਪਲ ਦਿੰਦਾ ਜੇਕਰ ਅੱਜ ਮੈਂ ਇਸ ਕਾਬਿਲ ਹੋ ਸਕਿਆ ਕਿ ਮੈਂ ਕੇਨਸ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ 'ਤੇ ਵਾਕ ਕਰ ਰਿਹਾ ਜਾਂ ਤੁਹਾਨੂੰ ਹਿਊਸਟਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਵਿੱਚ ਤੁਹਾਨੂੰ ਐਸ ਬੈਸਟ ਐਕਟਰ ਅਵਾਰਡ ਮਿਲ ਰਿਹਾ ਉਹ ਇਸ ਕਰਕੇ ਕਿ ਤੁਸੀਂ ਇਸ ਇੱਕ ਉਸ ਜ਼ਬਾਨ ਦੇ ਵਿੱਚ ਫਿਲਮ ਕੀਤੀ ਜਿਹੜੀ ਜ਼ਬਾਨ ਤੁਹਾਡੀ ਕੌਮ ਤੋਂ ਬਾਹਰਲੇ ਲੋਕਾਂ ਨੂੰ ਸਮਝ ਆਉਂਦੀ ਹੈ ਬਟ ਤੁਸੀਂ ਰਿਪ੍ਰੈਜੈਂਟ ਆਪਣੀ ਕੌਮ ਨੂੰ ਕਰ ਰਹੇ ਹੋ ਤੁਹਾਡੀ ਸਕਿਨ ਦਾ ਕਲਰ ਉਹੀ ਹੈ ਤੁਸੀਂ ਦਸਤਾਰ ਬੰਨੀ ਹੋਈ ਹੈ ਤੁਹਾਡਾ ਲਿਬਾਸ ਹੈ ਤਾਂ ਉਹਨਾਂ ਨੂੰ ਪਤਾ ਕਿ ਇੱਕ ਹਿੰਦੁਸਤਾਨ ਦੇ ਇੱਕ ਪਰਟੀਕੁਲਰ ਨੌਰਥਨ ਪਾਰਟ ਦੇ ਵਿੱਚ ਇੱਕ ਸਟੇਟ ਹੈ ਪੰਜਾਬ ਇਹ ਉੱਥੋਂ ਦਾ ਬੰਦਾ ਬਿਲਕੁਲ ਸੋ ਇਸ ਕਰਕੇ ਸਾਰੀਆਂ ਜ਼ਬਾਨਾਂ ਬੇਸਿਕਲੀ ਜਦੋਂ ਮੈਂ ਫਾਰਸੀ ਜ਼ਬਾਨ ਦਾ ਡਿਪਲੋਮਾ ਕੀਤਾ ਤਾਂ ਮੈਨੂੰ ਬੜਾ ਆਸ਼ਿਕ ਹਾਂ ਮੈਂ ਉਸ ਜ਼ਬਾਨ ਦਾ ਕਿਉਂਕਿ ਫਾਰਸੀ ਜ਼ਬਾਨ ਦਾ ਸਾਡੀ ਪੰਜਾਬੀ ਜ਼ਬਾਨ ਨਾਲ ਕਿੱਡਾ ਤਾਲੁਕ ਹੈ ਪੰਜਾਬ ਲਫ਼ਜ਼ ਫਾਰਸੀ ਦਾ ਸਰਦਾਰ ਲਫ਼ਜ਼ ਫਾਰਸੀ ਦਾ ਸੋ ਇਹ ਚੀਜ਼ਾਂ ਸਾਨੂੰ ਉਹਦੇ ਨਾਲ ਵਿਰਸੇ ਵਿਰਾਸਤ ਦੇ ਨਾਲ ਹੋਰ ਜ਼ਿਆਦਾ ਗੂੜਿਆਂ ਜੋੜਨਗੀਆਂ ਬਿਲਕੁਲ ਮੈਂ ਤੁਹਾਨੂੰ ਇਹ ਦੱਸਦਾ ਕਿ ਬ੍ਰਿਟਿਸ਼ ਰਾਜ ਨੂੰ ਤੁਸੀਂ ਜੋ ਮਰਜ਼ੀ ਕਹੋ ਪਰ ਜਿਹੜੀਆਂ ਕਿਤਾਬਾਂ ਛਪੀਆਂ ਨੇ ਪਹਿਲੀ ਵਾਰੀ ਗੁਰਮੁਖੀ ਜ਼ਬਾਨ 'ਚ ਤਾਂ ਨਿਲਮ ਚਾਤਰੇ ਖੁਣਾ ਦੀ ਜਦੋਂ ਪ੍ਰੈਸ ਲੱਗਦੀ ਹੈ ਦਿੱਲੀ ਦੇ ਵਿੱਚ ਤਾਂ ਉਹ ਬ੍ਰਿਟਿਸ਼ ਰਾਜ ਕਰਕੇ ਹੀ ਲੱਗੀਆਂ ਸੀਗੀਆਂ ਉਹਨਾਂ ਲੋਕਾਂ ਨੇ ਤੁਹਾਨੂੰ ਬਹੁਤ ਚੀਜ਼ਾਂ ਇਹੋ ਜਿਹੀਆਂ ਦਿੱਤੀਆਂ ਜਿਹਦੇ ਕਰਕੇ ਤੁਸੀਂ ਆਪਣੀਆਂ ਇੰਨੀਆਂ ਸਾਰੀਆਂ ਚੀਜ਼ਾਂ ਨੂੰ ਬਹੁਤ ਲੰਬੇ ਸਮੇਂ ਲਈ ਪ੍ਰਜ਼ਰਵ ਕਰਨ ਦੇ ਕਾਬਿਲ ਹੋ ਸਕੇ ਹਾਂ ਸੋ ਇਸ ਕਰਕੇ ਹਰ ਇੱਕ ਮਜ਼ਹਬ ਦੀ ਹਰ ਇੱਕ ਜ਼ਬਾਨ ਦੀ ਕਦਰ ਕਰਨੀ ਚਾਹੀਦੀ ਹੈ ਬਟ ਆਪਣੀ ਜ਼ਬਾਨ ਤੁਹਾਨੂੰ ਹਰ ਹਾਲਤ ਆਉਣੀ ਚਾਹੀਦੀ ਹੈ ਜਿੱਦਾਂ ਗੁਰਦਾਸ ਮਾਨ ਸਾਹਿਬ ਪਿੱਛੇ ਜੀ ਕੰਟਰੋਵਰਸੀ ਦੇ ਵਿੱਚ ਆ ਗਏ ਉਹਨਾਂ ਦੇ ਇੱਕ ਗੀਤ ਵੀ ਸੀਗਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਹਰ ਬੋਲੀ ਸਿੱਖੋ ਸਿੱਖਣੀ ਵੀ ਚਾਹੀਦੀ ਹੈਨਾ ਪਰ ਪੱਕੀ ਵੇਖ ਕੱਚੀ ਨਹੀਂ ਟਾਈਦੀ ਪੰਜਾਬੀ ਜ਼ਰੂਰ ਲੋਕ ਬੋਲਦੇ ਨੇ ਪਰ ਉਹਨਾਂ ਨੂੰ ਇਹ ਲੱਗਦਾ ਕਿ ਜੇਕਰ ਕਿਤੇ ਵਧੀਆ ਜਗ੍ਹਾ ਤੇ ਜਾ ਰਹੇ ਉੱਥੇ ਪੰਜਾਬੀ ਬੋਲਾਂਗੇ ਤਾਂ ਸ਼ਾਇਦ ਅਸੀਂ ਅਨਪੜ੍ਹ ਲੱਗਾਂਗੇ ਜਾਂ ਅਸੀਂ ਪੇਂਡੂ ਲੱਗਾਂਗੇ ਇਹਦੇ ਤੇ ਤੁਹਾਡੇ ਕੀ ਵਿਚਾਰ ਨੇ ਕਿਉਂਕਿ ਮਾਨ ਸਾਹਿਬ ਨੇ ਵੀ ਕਿਹਾ ਕਿ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਬੋਲੀ ਜ਼ਰੂਰ ਆਉਣੀ ਚਾਹੀਦੀ ਹੈ ਬਾਕੀ ਵੀ ਸਿੱਖਣੀਆਂ ਚਾਹੀਦੀਆਂ ਤੁਹਾਨੂੰ ਆਈ ਥਿੰਕ ਪਰਸ਼ੀਅਨ ਵੀ ਆਉਂਦੀ ਹੈ ਹੋਰ ਵੀ ਕੁਝ ਲੈਂਗੁਏਜਸ ਆਉਂਦੀਆਂ ਪਰ ਅਜਿਹੀ ਮਾਈਂਡ ਸੈਟਅਪ ਹੋ ਚੁੱਕਿਆ ਕਿ ਜੇ ਪੰਜਾਬੀ ਬੋਲਾਂਗੇ ਜੀ ਤੇ ਫਿਰ ਅਸੀਂ ਮਾੜੇ ਨਹੀਂ ਮੈਂ ਤੁਹਾਨੂੰ ਜ਼ਬਾਨ ਦੀ ਇੰਪੋਰਟੈਂਸ ਦੱਸਦਾ ਬੇਸਿਕਲੀ ਤੁਸੀਂ ਜੇਕਰ ਪੰਜਾਬ ਦੇ ਕਿਸੇ ਖਾਲਸ ਪਿੰਡ 'ਚ ਜਾਓਗੇ ਫਸਟ ਕਰੋ ਜਲੰਧਰ ਦੇ ਕਿਸੇ ਖਾਲਸ ਪਿੰਡ 'ਚ ਜਿੱਥੇ ਤੁਹਾਨੂੰ ਪਤਾ ਕਿ ਜ਼ਿਆਦਾਤਰ ਲੋਕਾਂ ਨੂੰ ਪੰਜਾਬੀ ਤੋਂ ਇਲਾਵਾ ਹੋਰ ਕੋਈ ਜ਼ਬਾਨ ਨਹੀਂ ਆਉਂਦੀ ਉੱਥੇ ਤੁਹਾਡੀ ਬੇਵਕੂਫੀ ਹੋ ਗਈ ਜੇ ਤੁਸੀਂ ਉਰਦੂ ਫਾਰਸੀ ਜਾਂ ਇੰਗਲਿਸ਼ ਬੋਲੋ ਪਰ ਜੇਕਰ ਤੁਸੀਂ ਫਸਟ ਕਰੋ ਦਿੱਲੀ ਜਾ ਰਹੇ ਹੋ ਜਿੱਥੇ ਤੁਹਾਨੂੰ ਲੱਗਦਾ ਕਿ ਯਾਰ ਪੰਜਾਬੀ ਇਹਨਾਂ ਨੂੰ ਬਹੁਤ 20% ਸਮਝ ਆਉਂਦੀ ਹੋਣੀ ਹੈ ਪਰ ਇਹਨਾਂ ਨੂੰ ਜ਼ਿਆਦਾ ਉਰਦੂ ਜਾਂ ਇੰਗਲਿਸ਼ ਸਮਝ ਆਊਗੀ ਕਿਉਂਕਿ ਅਲਟੀਮੇਟਲੀ ਤੁਸੀਂ ਕਨਵੇ ਕਰਨਾ ਆਪਣਾ ਥੋਟ ਕਿ ਮੈਂ ਜਿਸ ਧਰਤੀ ਤੋਂ ਆਇਆ ਇਹ ਇਸ ਧਰਤੀ ਇਹਨਾਂ ਇਹਨਾਂ ਚੀਜ਼ਾਂ ਦੇ ਐਲੀਮੈਂਟ ਦੀ ਇੱਕ ਖੂਬਸੂਰਤੀ ਰੱਖਦੀ ਹੈ ਇਹ ਮੈਂ ਤੁਹਾਨੂੰ ਦੱਸਣ ਆਇਆ ਗੱਲ ਹੁੰਦੀ ਹੈ ਕਿ ਤੁਸੀਂ ਆਪਣੀ ਇਮੋਸ਼ਨ ਨੂੰ ਕਨਵੇ ਕਰਨਾ ਸੰਭਵ ਕਿਤੇ ਨਾ ਕਿਤੇ ਜਾ ਕੇ ਉਹਨਾਂ ਲੋਕਾਂ ਨੂੰ ਜਿਹੜੇ ਤੁਹਾਡੇ ਜ਼ਬਾਨ ਅਤੇ ਤੁਹਾਡੇ ਸੂਬੇ ਬਾਰੇ ਵਾਕਿਫ ਨਹੀਂ ਹੈ ਸੋ ਇਸ ਕਰਕੇ ਜੇਕਰ ਉਹਨਾਂ ਨੂੰ ਉਹਨਾਂ ਦੀ ਜ਼ਬਾਨ ਤੱਕ ਤੁਸੀਂ ਪਹੁੰਚਾ ਸਕਦੇ ਹੋ ਤਾਂ ਇਹ ਤੋਂ ਜ਼ਿਆਦਾ ਖੂਬਸੂਰਤ ਗੱਲ ਕੋਈ ਨਹੀਂ ਜ਼ਬਾਨ ਜਿਹੜੀ ਆ ਇੱਕ ਆਪਣਾ ਇਮੋਸ਼ਨ ਕਨਵੇ ਕਰਨ ਦਾ ਜ਼ਰੀਆ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਜਦੋਂ ਤੁਹਾਡੀ ਆਸ਼ਕੀ ਆਪਣੀ ਬੋਲੀ ਦੇ ਨਾਲ ਉਹ ਇੱਕ ਸੈਕੰਡਰੀ ਅਤੇ ਇੱਕ ਅਗਲੀ ਪੌੜੀ ਆ ਜਿਵੇਂ ਸ਼ਾਇਰਾਂ ਦੀ ਹੁੰਦੀ ਆ ਜਾਂ ਲੋਕਾਂ ਦੀ ਹੁੰਦੀ ਆ ਜਿਹੜੇ ਲੋਕ ਆਪਣੀ ਜ਼ਬਾਨ ਚਾਈਨੀਜ਼ ਲੋਕ ਆ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ ਈਵਨ ਤੁਸੀਂ ਸਰੀ ਚਲੇ ਜਾਓ ਉਹਨਾਂ ਨੂੰ ਇੰਗਲਿਸ਼ ਬਿਲਕੁਲ ਨਹੀਂ ਆਉਂਦੀ ਹਨਾ ਬਟ ਉਹ ਫਿਰ ਉਹਨਾਂ ਦਾ ਇਸ਼ੂ ਕੀ ਹੁੰਦਾ ਕਿ ਚਾਈਨੀਜ਼ ਸਿਰਫ ਚਾਈਨੀਜ਼ ਦੇ ਨਾਲ ਹੀ ਬਿਜ਼ਨਸ ਕਰਦੇ ਆ ਗੁਰਦਾਸ ਮਾਨ ਨੂੰ ਲੈ ਕੇ ਲੋਕ ਮੈਂ ਤੁਹਾਨੂੰ ਕਹਿ ਰਿਹਾ ਕਿ ਜਿਸ ਜ਼ਬਾਨ ਜਿਹਨਾਂ ਨਾਲ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਨੂੰ ਜਿਹੜੀ ਜ਼ਬਾਨ ਆਉਂਦੀ ਹੈ ਜੇਕਰ ਤੁਸੀਂ ਉਹ ਬੋਲ ਸਕਦੇ ਆ ਫਰਜ਼ ਕਰੋ ਇਹ ਸਭ ਤੋਂ ਬੈਸਟ ਤਰੀਕਾ ਹੈ ਪੰਜਾਬ ਦੇ ਵਿੱਚ ਮੈਂ ਜਿਵੇਂ ਤੁਹਾਨੂੰ ਪਿੰਡ ਦੀ ਉਦਾਹਰਣ ਦਿੱਤੀ ਜਾਂ ਫਰਜ਼ ਕਰੋ ਕਿਸੇ ਪੰਚਾਇਤ ਦੀ ਕੋਈ ਕਾਰਵਾਈ ਚੱਲਦੀ ਆ ਸਾਰੀ ਦੀ ਸਾਰੀ ਅੱਜ ਵੀ ਤੁਸੀਂ ਵਸੀਕਾ ਨਵੀਸੀਆਂ ਜਿਹੜੀਆਂ ਫਰਦਾਂ ਨੇ ਪੰਜਾਬ ਦੀਆਂ ਉਹ ਫਾਰਸੀ 'ਚ ਨੇ ਹੈ ਨਾ ਸੋ ਇਸ ਕਰਕੇ ਜਿਸ ਬੰਦੇ ਨੂੰ ਪੰਜਾਬੀ ਦਾ ਫਾਰਸੀ ਨੁਮਾ ਤਰਜਮਾ ਆਉਂਦਾ ਉਹੀ ਉਸੇ ਕੰਮ ਕਰ ਸਕਦਾ ਅਦਰਵਾਈਜ਼ ਇਹਨੂੰ ਆਹ ਮੌਜੂਦਾ ਦੌਰ ਦੀ ਪੰਜਾਬੀ ਹੈ ਜਿਹਦੇ ਉੱਤੇ ਬਹੁਤ ਸਾਰੇ ਅਲੱਗ ਅਲੱਗ ਅਸਰ ਨੇ ਹੋਰ ਜ਼ਬਾਨਾਂ ਦੇ ਵੀ ਉਹ ਫਰਦਾ ਹਾਲ ਤੱਕ ਵੀ ਨਹੀਂ ਪੜ੍ਹ ਸਕਦਾ ਜਾਂ ਤਾਂ ਸਾਰੀਆਂ ਤੁਹਾਨੂੰ ਟਰਾਂਸਲੇਸ਼ਨ ਕਰਨੀਆਂ ਪੈਣਗੀਆਂ ਜਾਂ ਇੰਗਲਿਸ਼ ਜਾਂ ਪੰਜਾਬੀ ਕੰਟੈਂਪਰੇਰੀ 'ਚ ਅੱਜ ਦੀ ਪੰਜਾਬੀ ਦੇ ਵਿੱਚ ਸੋ ਇਸ ਕਰਕੇ ਇਹ ਮਾਇੰਡ ਸੈਟ ਦੀ ਗੱਲ ਆ ਮੈਂ ਇਹ ਕਹਿੰਦਾ ਕਿ ਜਦੋਂ ਮੈਂ ਬ੍ਰਿਟੇਨ ਜਾਂਦਾ ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਮੈਨੂੰ ਥੈਟਫਰਡ ਦੇ ਵਿੱਚ ਤੁਹਾਨੂੰ ਗੈਸਟ ਆਫ ਆਨਰ ਬ੍ਰਿਟੇਨ ਦਾ ਇੱਕ ਸ਼ਹਿਰ ਹੈ ਜਿਹਦੇ ਵਿੱਚ ਉਹਦਾ ਫੈਸਟੀਵਲ ਚੱਲ ਰਿਹਾ ਔਰ ਉੱਥੇ ਉਹ ਗੈਸਟ ਆਫ ਆਨਰ ਇੱਕ ਬਰਾਊਨ ਟਰਬਨਡ ਬੰਦੇ ਨੂੰ ਮੁੰਡੇ ਨੂੰ ਬੁਲਾ ਰਹੇ ਆ
ਤੇ ਇਹ ਆਪਣੇ ਆਪ 'ਚ ਤੁਹਾਡੀ ਅਚੀਵਮੈਂਟ ਆ, ਪਰ ਉੱਥੇ ਜਾ ਕੇ ਜੇਕਰ ਤੁਸੀਂ ਉਹਨਾਂ ਨੂੰ ਇਹ ਨਹੀਂ ਦੱਸੋਗੇ ਉਹਨਾਂ ਦੀ ਜ਼ਬਾਨ 'ਚ, ਕਿਉਂਕਿ ਉਹਨਾਂ ਨੂੰ ਤਾਂ ਪੰਜਾਬੀ ਆਉਂਦੀ ਨਹੀਂ, ਫਰਜ਼ ਕਰੋ, ਹੈ ਨਾ, ਜੇਕਰ ਉਹਨਾਂ ਨੇ ਤੁਹਾਨੂੰ ਗੈਸਟ ਆਫ ਆਨਰ ਸੱਦਿਆ ਤਾਂ ਇਹ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਉਹਨਾਂ ਨੂੰ ਉਹਨਾਂ ਦੀ ਜ਼ਬਾਨ 'ਚ ਜਾ ਕੇ ਦੱਸੋ ਕਿ ਯਾਰ ਕਿ ਮਹਾਰਾਜਾ ਦਲੀਪ ਸਿੰਘ ਕੌਣ ਸੀ, ਕਿ ਇਸੇ ਕਰਕੇ ਉਹਨੂੰ ਬੁਲਾਇਆ ਸੀ ਕਿਉਂਕਿ ਐਲਬਰਟਨ ਸਟੇਟ ਦੇ ਵਿੱਚ ਹੀ ਮਹਾਰਾਜਾ ਦਲੀਪ ਸਿੰਘ ਦਾ ਘਰ ਆ। ਸੋ ਇਸ ਕਰਕੇ ਆਪਣੇ ਆਪ ਨੂੰ ਇੰਟਰਨੈਸ਼ਨਲੀ ਗਲੋਬਲੀ ਰਿਪ੍ਰਜੈਂਟ ਕਰਨ ਦੇ ਲਈ ਤੁਹਾਨੂੰ ਹੋਰ ਜ਼ਬਾਨਾਂ ਆਉਣੀਆਂ ਚਾਹੀਦੀਆਂ। ਪਰ ਮੈਂ ਤੁਹਾਨੂੰ ਫਿਰ ਕਹਿ ਰਿਹਾ, ਬੋਲੀ ਦਾ ਮਸਲਾ ਨਹੀਂ ਹੈ ਇੱਥੇ, ਲਿਪੀ ਦਾ ਮਸਲਾ ਆ। ਇਸ ਵੇਲੇ ਤੁਸੀਂ ਅੱਜ ਵੀ ਜਲੰਧਰ 'ਚ ਸਰਵੇ ਕਰ ਲਿਓ ਕਿ ਕਿੰਨੇ ਲੋਕ ਸਹੀ ਜ਼ਬਾਨ ਲਿਖ ਸਕਦੇ ਆ। ਇਸ ਵੇਲੇ ਕੈਨੇਡਾ ਜਾਂ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਜਾਂ ਬ੍ਰਿਟੇਨ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਖਾਲਸਾ ਸਕੂਲ ਬਣੇ ਹੋਏ ਆ, ਇਸ ਕਰਕੇ ਮੈਨੂੰ ਲੱਗਦਾ ਕਿ ਉੱਥੇ ਪ੍ਰਜ਼ਰਵ ਹੋ ਜਾਣੀ ਆ ਬੋਲੀ ਜ਼ਿਆਦਾ, ਕਿਉਂਕਿ ਉੱਥੇ ਬੱਚਿਆਂ ਦੀ ਪਰਟੀਕੁਲਰ, ਚਾਹੇ ਸ਼ਾਮ ਨੂੰ ਇੱਕ ਘੰਟਾ ਕਲਾਸ ਲੱਗੇ ਪਰ ਲੱਗਦੀ ਆ, ਉੱਥੇ ਉਹਨਾਂ ਨੂੰ ਊੜਾ ਐੜਾ ਅਤੇ ਗੁਰਮੁਖੀ ਸਿਖਾਈ ਜਾਂਦੀ ਹੈ। ਪੰਜਾਬੀ ਤਾਂ ਪਾਕਿਸਤਾਨ 'ਚ ਵੀ ਬੋਲਦੇ ਆ ਪਰ ਲਿਖਦੇ ਸ਼ਾਹਮੁਖੀ 'ਚ, ਪੰਜਾਬੀ ਬਹੁਤ ਸਾਰੇ ਲੋਕ ਬੰਬੇ ਦੇ ਵਿੱਚ ਪੰਜਾਬੀ ਬੋਲਦੇ ਪਰ ਉਹਨੂੰ ਗੁਰਮੁਖੀ ਲਿਖਣੀ ਨਹੀਂ ਆਉਂਦੀ। ਸੋ ਸਾਡਾ ਜਿਹੜਾ ਮੋਸਟ ਪ੍ਰੋਫਾਊਂਡ ਐਲੀਮੈਂਟ ਹੈ ਨਾ ਸਾਡੀ ਜ਼ਬਾਨ ਦਾ, ਉਹ ਹੈਗਾ ਸਾਡੀ ਲਿਪੀ, ਕਿਉਂਕਿ ਹਿੰਦੁਸਤਾਨ ਦੇ ਵਿੱਚ ਬਹੁਤ ਘੱਟ ਸੂਬੇ ਹੋਣਗੇ ਜਿਹਨਾਂ ਕੋਲ ਆਪਣੀ ਲਿਪੀ ਹੈਗੀ ਹੈ। ਸੋ ਇਸ ਗੱਲ ਦਾ ਸਾਨੂੰ ਫਖਰ ਕਰਨਾ ਚਾਹੀਦਾ ਔਰ ਇਹਨੂੰ ਪ੍ਰਿਜ਼ਰਵ ਕਰਨਾ ਚਾਹੀਦਾ। ਸਕੂਲਾਂ ਦੇ ਵਿੱਚ ਵੀ ਜਿਵੇਂ ਆਪਾਂ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਸਕੂਲਾਂ ਦੇ ਵਿੱਚ ਵੀ ਫਾਈਨ ਲੱਗਦੇ ਨੇ ਅਗਰ ਤੁਸੀਂ ਪੰਜਾਬੀ ਬੋਲਦੇ ਹੋ, ਤਾਂ ਕੀ ਲੱਗਦਾ ਤੁਹਾਨੂੰ, ਇੱਦਾਂ ਨਹੀਂ ਹੋਣਾ ਚਾਹੀਦਾ? ਨਹੀਂ, ਆਬਵੀਅਸਲੀ ਨਹੀਂ ਹੋਣਾ ਚਾਹੀਦਾ। ਉਹਨਾਂ ਨੂੰ ਇਹ ਕਹਿਣਾ ਚਾਹੀਦਾ ਕਿ ਯਾਰ ਕਿ ਜਦੋਂ ਤੁਸੀਂ ਇੰਗਲਿਸ਼ ਬੋਲੋ ਤਾਂ ਇੰਨੀ ਪ੍ਰੋਫਾਊਂਡ ਬੋਲੋ, ਇੰਨੀ ਫਲੂਐਂਟ ਬੋਲੋ ਕਿ ਬਸ ਮਜ਼ਾ ਆ ਜਾਏ। ਜਦੋਂ ਤੁਸੀਂ ਫਾਰਸੀ ਜਾਂ ਉਰਦੂ ਬੋਲੋ ਇੰਨੀ ਖੂਬਸੂਰਤੀ ਨਾਲ ਬੋਲੋ ਕਿ ਇੱਦਾਂ ਲੱਗੇ ਕਿ ਲਖਨਵੀ ਅੰਦਾਜ਼ ਕੀਤੀ, ਜਦੋਂ ਤੁਸੀਂ ਪੰਜਾਬੀ ਬੋਲੋ ਤਾਂ ਇੰਨੀ ਠੇਠ ਬੋਲੋ ਲੱਗੇ ਕਿ ਯਾਰ ਹਾਂ ਬਿਲਕੁਲ, ਕਿਉਂਕਿ ਉਹ ਸਾਡੇ ਆਉਣ ਵਾਲਾ ਭਵਿੱਖ ਨੇ ਬੱਚੇ, ਅਗਰ ਉਹਨਾਂ ਨੂੰ ਸਾਡੀ ਪੰਜਾਬੀ ਨਹੀਂ ਆਏਗੀ ਪੰਜਾਬ ਵਿੱਚ ਰਹਿ ਕੇ, ਸਾਰੀ ਲੈਂਗੁਏਜ ਆਉਂਦੀ ਉਹਨਾਂ ਨੂੰ, ਇੰਗਲਿਸ਼ ਆਉਂਦੀ, ਲੇਕਿਨ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ। ਕਿਉਂ ਨਹੀਂ ਆਉਂਦੀ? ਕਿਉਂਕਿ ਤੁਸੀਂ ਉਹ ਸਿੱਖਦੇ ਨਹੀਂ ਹੋ, ਪੇਰੈਂਟਸ ਵੀ ਉਹ ਸਿਖਾਉਂਦੇ ਨਹੀਂ ਤੁਹਾਨੂੰ, ਘਰ ਵਿੱਚ ਵੀ ਨਹੀਂ ਸਿਖਾਉਂਦੇ ਔਰ ਸਕੂਲ ਦੇ ਵਿੱਚ ਵੀ ਤੁਹਾਨੂੰ ਟੀਚਰਸ ਨਹੀਂ ਸਿਖਾਉਂਦੇ, ਜਿਹਦੇ ਕਰਕੇ ਕਿ ਸਾਡਾ ਫਿਊਚਰ ਹੈ ਜਿਹੜਾ ਪੰਜਾਬੀ ਦਾ ਆਉਣ ਵਾਲੇ ਟਾਈਮ 'ਚ ਨੀਚੇ ਜਾ ਰਿਹਾ। ਨਹੀਂ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਨਹੀਂ ਹੋਣਾ ਚਾਹੀਦਾ। ਲੇਕਿਨ ਸਰਤਾਜ ਵਰਗੇ ਜਿਹੜੇ ਸਿੰਗਰ ਨੇ, ਉਹ ਕਾਇਮ ਉਹਨਾਂ ਨੇ ਰੱਖਿਆ ਹੋਇਆ ਪੰਜਾਬੀ ਮਾਂ ਬੋਲੀ ਨੂੰ, ਔਰ ਉਹ ਚੀਜ਼ਾਂ ਦੇਖ ਕੇ ਹੀ ਅੱਜ ਦੀ ਜਿਹੜੀ ਜਨਰੇਸ਼ਨ ਹੈ ਕੁਝ ਸਿੱਖਣ ਨੂੰ ਉਹਨਾਂ ਨੂੰ ਮਿਲਦਾ ਹੈ। ਗੁਰਮੁਖੀ ਗੀਤ ਦਾ ਮੈਂ ਆਪਣੇ ਆਪ ਨੂੰ ਬੜਭਾਗੀ ਸਮਝਦਾ ਕਿ ਇੰਨਾ ਜ਼ਿਆਦਾ ਅਸਰ ਹੋਇਆ, ਚਾਹੇ ਬਾਹਰੀ ਜਾਂ ਹਿਡਨ ਜਿਹੜਾ ਵੀ ਲਾਓ, ਕਈਆਂ ਲੋਕਾਂ ਨੇ ਸਾਰੀ ਪੈਂਤੀ ਦਾ ਟੈਟੂਜ਼ ਬਣਾ ਲਏ ਇੱਥੇ, ਹੈ ਨਾ, ਸਾਨੂੰ ਕਈ ਵਾਰੀ ਭੇਜ ਦਿੰਦੇ ਆ ਈਮੇਲ 'ਤੇ ਜਾਂ ਕੁਛ ਕਰਦੇ ਆ। ਕਈ ਬੰਦਿਆਂ ਨੇ ਖਾਸ ਤੌਰ 'ਤੇ ਸਿੱਖਣਾ ਦੁਬਾਰਾ ਸ਼ੁਰੂ ਕਰਤਾ, ਚਾਹੇ ਉਹਨਾਂ ਦੀ ਹੈਂਡ ਰਾਈਟਿੰਗ ਸੋਹਣੀ ਨਹੀਂ ਹੈਗੀ, ਟੁੱਟੀ ਫੁੱਟੀ 'ਚ ਲਿਖਦੇ ਆ, ਪਰ ਉਹਨਾਂ ਨੇ ਸਾਨੂੰ ਹੁਣ ਚਿੱਠੀਆਂ ਲਿਖਣੀਆਂ ਸ਼ੁਰੂ ਕੀਤੀਆਂ ਗੁਰਮੁਖੀ ਦੇ ਵਿੱਚ। ਸੋ ਇਸ ਤਰ੍ਹਾਂ ਹੌਲੀ ਹੌਲੀ ਜਿਹੜਾ ਦਰਿਆ ਹੈ ਨਾ ਜਾਂ ਸਾਗਰ ਆ, ਤੁਪਕੇ ਤੁਪਕੇ ਨਾਲ ਹੀ ਬਣਦੇ ਆ, ਇਕੱਠਾ ਕਦੀ ਕੁਛ ਨਹੀਂ ਹੁੰਦਾ। ਤੁਹਾਡੇ ਇੱਕ ਦੋ ਫੈਨ ਵੀ ਨੇ ਜਿਹੜੇ ਕਿ ਜਿਨ੍ਹਾਂ ਨੇ ਕਿ ਪਾਠ ਵੀ ਕਰਨਾ ਸ਼ੁਰੂ ਕਰ ਦਿੱਤਾ ਕਿ ਤੁਹਾਡੇ ਨਾਲ ਉਹਨਾਂ ਦੀ ਮੁਲਾਕਾਤ ਹੋਵੇ। ਹਾਂਜੀ ਹਾਂਜੀ ਹਾਂ, ਉਹ ਤਾਂ ਚਲੋ ਬਹੁਤ ਬਹੁਤ ਵੱਡੀ ਨਿਆਮਤ ਦੀ ਗੱਲ ਹੈ ਜੇ ਤੁਹਾਡੇ ਸਵਾਬ ਤੁਹਾਡੇ ਕਰਕੇ ਕੋਈ ਬੰਦਾ ਪਾਠ ਕਰਨ ਲੱਗ ਜੇ, ਇਸ ਤੋਂ ਵੱਡਾ ਤਾਂ ਸਵਾਬ ਮੇਰਾ ਨਹੀਂ ਖਿਆਲ ਕੋਈ ਹੋ ਸਕਦਾ। ਅਸੀਂ ਰੀਸੈਂਟਲੀ ਆਰਤੀ ਰਿਲੀਜ਼ ਕੀਤੀ ਸੀ, ਮੈਨੂੰ ਇੱਕ ਬਹੁਤ ਹੀ ਗੁਰਸਿੱਖ ਜਿਹੜਾ ਪਹਿਰਾਵਾ ਜਿਹਨੂੰ ਦੇਖ ਕੇ ਤੁਹਾਨੂੰ ਲੱਗਦਾ ਕਿ ਯਾਰ ਇੱਕ ਬਹੁਤ ਗੁਰਸਿੱਖ, ਕਹਿੰਦਾ ਜੀ ਮੈਨੂੰ ਯੂਨੀਵਰਸਿਟੀ ਬਾਈ ਚਾਂਸ ਮਿਲ ਗਿਆ ਅਤੇ ਕਹਿੰਦਾ ਬਾਈ ਜੀ ਬਹੁਤ ਬਹੁਤ ਤੁਹਾਡੀ ਮਿਹਰਬਾਨੀ। ਮੈਂ ਕਿਸ ਚੱਲਦੀ? ਕਹਿੰਦਾ ਜੀ ਤੁਹਾਡੀ ਆਰਤੀ ਸੁਣ ਕੇ, ਹਾਲਾਂਕਿ ਮੈਂ ਗੁਰਸਿੱਖ ਹਾਂ ਅੰਮ੍ਰਿਤਧਾਰੀ ਵੀ ਸੀਗਾ, ਪਰ ਮੈਂ ਨਿਤਨੇਮ ਛੱਡਦਾ ਹੋਇਆ ਸੀ, ਪਰ ਕਹਿੰਦਾ ਆਰਤੀ ਤੋਂ ਬਾਅਦ ਮੇਰਾ ਜੀ ਕਰਨ ਲੱਗ ਗਿਆ। ਜੀ ਕਰਨਾ ਇੱਕ ਤਾਂ ਹੁੰਦਾ ਨਾ ਕਿ ਮੈਂ ਯਾਰ ਕਰਨ ਲੱਗ ਗਿਆ, ਕਿ ਮੇਰਾ ਮੈਨੂੰ ਲੱਗਿਆ ਕਿ ਯਾਰ ਕਰਨਾ ਚਾਹੀਦਾ, ਇੱਕ ਹੁੰਦਾ ਤੁਹਾਡਾ ਜੀ ਕਰਨਾ, ਜਿਹੜਾ ਜੀ ਕਰਦਾ ਨਾ ਉਹ ਇੱਕ ਬਹੁਤ ਵੱਡਾ ਅਚੀਵਮੈਂਟ ਹੈ। ਜਾਂਦੇ ਜਾਂਦੇ ਤੁਸੀਂ ਥੋੜੀ ਦੇਰ ਪਹਿਲਾਂ ਦਰਿਆ ਦੀ ਗੱਲ ਕੀਤੀ, ਇੱਕ ਤੁਹਾਡਾ ਗਾਣਾ ਦਰਿਆ ਚਨਾਹ ਦੇ ਲਹਿੰਦੇ ਪਾਸੇ, ਹਨਾ, ਹਾਂਜੀ, ਉਹ ਗਾਣਾ ਹੋ ਜਾਵੇ ਲਾਈਵ, ਉਸ ਤੋਂ ਬਾਅਦ ਇੰਟਰੋ ਹਜ਼ਾਰਾ, ਇੱਥੇ ਵੀ ਮੈਨੂੰ ਲੱਗਦਾ ਜਲੰਧਰ ਲੱਗੇ ਵੀ ਇੱਕ ਹਜ਼ਾਰਾ ਹੈਗਾ, ਜਦੋਂ ਮੈਂ ਪਹਿਲੀ ਵਾਰੀ ਹਜ਼ਾਰੇ ਵਾਲਾ ਇੱਥੇ ਗਾਇਆ ਗਾਣਾ ਤੇ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਇਸ ਹਜ਼ਾਰੇ ਦੀ ਗੱਲ ਕਰਦੇ ਆ। ਸੋ ਧੀ ਦੁਰਾਂਝੇ ਦੇ ਪਿੰਡ ਤਖ਼ਤ ਹਜ਼ਾਰੇ ਦਾ ਮੁੰਡਾ ਸਾਹਿਬ, ਤੇ ਉੱਥੋਂ ਤਕਰੀਬਨ 120 ਮੂਲ ਚਨਾਬ ਦੇ ਲਹਿੰਦੇ ਪਾਸੇ ਨਹੀਰ ਸਾਹਿਬ ਦੇ ਪਿੰਡ ਦੀ ਕੁੜੀ ਨੂਰ, ਤੇ ਉਹਨਾਂ ਦਾ ਗੀਤ ਸੀਗਾ ਸ਼ਾਇਦ ਇੱਥੋਂ ਦੀ ਫਿਜ਼ਾਵਾਂ, ਹਾਂ, ਅਜ਼ਲਾਂ ਤੋਂ ਇਸ਼ਕ ਸਮਾਇਆ ਹੋਇਆ ਹੈ, ਤਾਂ ਹੀ ਅੱਜ ਨੂਰ ਦੀਆਂ ਮੰਗਾਂ ਵਿੱਚ ਫੇਰ ਤੋਂ ਹੈ ਨਾ ਇਸ਼ਕ ਦੀ ਮਹਿਕ। ਹਾਲੇ ਚੰਗੇ ਲੱਗਦੇ ਨੀ ਕੋਇਲੇ ਤੇਰੇ ਬੋਲ ਨੀ, ਉਦੋਂ ਗਾਵੀ ਆ ਕੇ ਜਦੋਂ ਮਾਇਆ ਹੋਇਆ ਕੋਲ ਨੀ, ਹਾਲੇ ਚੰਗੇ ਲੱਗਦੇ ਨੀ, ਸੁਣ ਹਿਰਨਾ ਸਾਡੇ ਕੋਲ ਨਾ ਘੁੰਮਵੇ ਸਾਡਾ ਚਿੱਤ ਨਹੀਂ ਰਾਜ਼ੀ, ਅਸੀਂ ਨੀ ਤੱਕਣੀ ਚਾਲ ਤੇਰੀ ਨਾ ਤੇਰੀ ਸ਼ਰਾਰਤ ਬਾਜ਼ੀ, ਅੱਜ ਸਾਡੀ ਗੱਲ ਮੰਨ ਕੇ ਜਾ ਜ਼ਰਾ ਚੜ ਕੇ ਢਾਬ ਤੇ ਵੇਖੀ, ਸ਼ਾਇਦ ਮੇਰਾ ਸਰਤਾਜ ਦੱਸੇ ਜ਼ਰਾ ਖੜ ਕੇ ਢਾਬ ਤੇ ਵੇਖੀ, ਤੇ ਦੱਸੀ ਕਦੋਂ ਆਊਗਾ ਹਜ਼ਾਰੇ ਵਾਲਾ ਮੁੰਡਾ ਸੀਨੇ ਨਾਲ ਲਾਊਗਾ ਹਜ਼ਾਰੇ ਵਾਲਾ। ਕੀ ਬਾਤ ਹੈ ਜੀ, ਅਜੀਤ ਜੀ ਤੁਸੀਂ ਜਾਂਦੇ ਜਾਂਦੇ ਕੁਝ ਕਹਿਣਾ ਚਾਹੋਗੇ ਇੱਕੋ ਮਿੱਕੇ ਫਿਲਮ ਦੇ ਬਾਰੇ ਆਡੀਅੰਸ ਨੂੰ ਕੀ ਕਹੋਗੇ? ਬਸ ਇਹ ਕਹਾਂਗੀ ਕਿ ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ 13 ਮਾਰਚ ਨੂੰ, ਤੇ
ਤੇ ਸਾਡਾ ਟ੍ਰੇਲਰ ਆ ਰਿਹਾ ਪਰਸੋਂ ਹਾਂਜੀ ਤੇ ਸਾਡੀ ਫਿਲਮ ਦੀ ਸਟੋਰੀ ਬੜੀ ਸੋਹਣੀ ਹੈ ਬੇਸਿਕਲੀ ਇੱਕ ਕਪਲ 'ਤੇ ਬੇਸਡ ਹੈ ਉਹਨਾਂ ਦੀ ਲਾਈਫ 'ਤੇ ਉਹਨਾਂ ਦੇ ਪਿਆਰ ਬਾਰੇ ਅਤੇ ਉਹਨਾਂ ਦੇ ਰਿਲੇਸ਼ਨ ਦੇ ਅਪਸ ਐਂਡ ਡਾਊਨਸ ਬਾਰੇ ਇਸ ਹੈ ਸਾਡੀ ਸਟੋਰੀ ਹੋਰ ਤੁਸੀਂ ਦੱਸੋ ਥੋੜ੍ਹਾ ਜਿਹਾ ਨਹੀਂ ਠੀਕ ਹੈ ਜੋ ਵੀ ਕਹਿ ਜੋ ਵੀ ਹੈ ਵਧੀਆ ਕਾਈਂਡ ਆਫ ਉਮੀਦ ਕਰਦਾ ਕਿ ਤੁਹਾਡੀ ਫਿਲਮ ਬਹੁਤ ਜ਼ਿਆਦਾ ਹਿੱਟ ਹੋਵੇ ਸੁਪਰ ਡੁਪਰ ਹਿੱਟ ਜਾਵੇ ਬਿਹਤਰ ਜ਼ਿਆਦਾ ਜੀ ਬਿਲਕੁਲ ਸੋ ਇਹ ਤੇ ਸੀਗੇ ਸਾਡੇ ਨਾਲ ਸਤਿੰਦਰ ਸਰਤਾਜ ਅਤੇ ਅਦਿਤੀ ਸ਼ਰਮਾ ਫਿਲਹਾਲ ਦੇ ਲਈ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਮੀਤ ਔਰ ਬਬੀਤਾ ਦੇ ਵੱਲੋਂ ਵਿਦਾ ਚਾਹੁੰਦੇ ਹਾਂ ਸਤਿ ਸ਼੍ਰੀ ਅਕਾਲ ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ ਤੁਸੀਂ ਬ੍ਰਾਮਟਨ ਜਾਣਾ ਚਾਹੁੰਦੇ ਹੋ ਸਰੀ ਜਾਣਾ ਚਾਹੁੰਦੇ ਹੋ ਸਿਰਫ 5 ਲੱਖ ਰੁਪਏ 'ਚ ਜਾਓਗੇ ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ All World Open Challenge 17 time gold medalist Mia Rafiq Mohammed Pandit Maulvi Begum Tantrik inna chora thagga to savdan specialist Vashikaran satta number love marriage pati patni ch anban videsh ch pakka hona karobar da na chalna sirf 31 ghantiyan vich samadhan free 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 Mia Rafiq Mohammed mobile 84374 94647 84374 94648